ਸੰਤਾਰਦਿਕ ਹੁਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ ਦੱਸ ਹੈ ਵਤਨੋਂ ਦੂਰ ਰੇਡੀਓ ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ دوست ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਰਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋਂ ਦੂਰ ਰੇਡੀਓ ਸਿਰਚਕ ਆਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜ਼ੁਬਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ आया वतनों दूर रेडियो वतनो दूर रेडियो लिसन लाइव वतनो दूर रेडियो विद सुखी निचड़ ਉਨਾਵਾ ਲੈ ਲਿਆ ਟਰੱਕ ਤੇਰੇ ਯਾਰ ਨੇ ਬਾਬਿਆਂ ਦੇ ਚੱਲ ਚੱਲੀ ਏ ਭਾਈ ਅੱਜ ਕਿੱਥੇ ਚੱਲੇ ਆ ਓਏ ਅੱਜ ਪੰਜਾਬ ਸਪੋਰਟਸ ਕੈਨੇਡਾ ਵਾਲਿਆਂ ਦੇ ਚੱਲਿਆ ਉੱਥੇ ਕੀ ਹੈ ਓਏ ਨੰਬਰ 1 ਟਰੈਕ ਸੂਟ ਅਤੇ ਸਪੋਰਟਸ ਦਾ ਹਰ ਤਰ੍ਹਾਂ ਦਾ ਸਮਾਨ ਸਪੋਰਟਸ ਲਈ ਹਰ ਤਰ੍ਹਾਂ ਦੀ ਯੂਨੀਫਾਰਮ ਸਕੂਲਾਂ ਲਈ ਬੱਚਿਆਂ ਦੀਆਂ ਖੂਬਸੂਰਤ ਵਰਦੀਆਂ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਪੰਜਾਬ ਸਪੋਰਟਸ ਕੈਨੇਡਾ 9057897664 ਤੇ ਹਰਦਲਜੀਤ ਬਲਵੀਰ ਸੰਧੂ ਨੂੰ ਹਮੇਸ਼ਾ ਯਾਦ ਰੱਖੋ ਆਪਣਾ ਟੇਸਟ ਦੀ ਗੱਲ ਕਰਨ ਲੱਗੇ ਆ ਜ਼ਰਾ ਧਿਆਨ ਦੇਣਾ ਆਪਣਾ ਟੇਸਟ ਗੁਲਾਬ ਜਾਮਣਾ ਇੱਕ ਖਾ ਕੇ ਹੁਣ ਕੁਝ ਨਹੀਂ ਬਣਨਾ ਦੋ ਫਲੇਵਰ ਵਾਲੀਆਂ ਨੇ ਰਸ ਮੜਾਈ ਟ੍ਰਾਈ ਦਾ ਫਸਟ ਵਨ ਸੈਕਿੰਡ ਵੀ ਆਈ ਆਪਣਾ ਟੇਸਟ ਦੀ ਕੀ ਬਾਤਾਂ ਐ ਨੇ ਦਿਲ ਸਾਡਾ ਜਿੱਤਿਆ ਕੀ ਬਾਤਾਂ ਗਰਲਸ ਐਂਡ ਗਾਇਜ਼ ਨਾਉ ਲਿਸਨ ਟੂ ਮੀ ਆਜ ਤੁਸੀਂ ਵੀ ਸਮੋਸਾ ਐਂਡ ਸਵੀਟ ਫੈਕਟਰੀ ਆ ਆਪਣਾ ਟੇਸਟ ਫਰੈਸ਼ ਪ੍ਰੋਡਕਟਸ ਐਟ ਆਲ ਲੀਡਿੰਗ ਗਰੋਸਰੀ ਸਟੋਰਸ ਆਪਣਾ ਟੇਸਟ ਬਾਈ ਸਮੋਸਾ ਸਵੀਟ ਫੈਕਟਰੀ ਦੋਸਤੋ ਤੁਹਾਡੇ ਸ਼ਹਿਰ ਚ ਖੁੱਲ ਗਿਆ ਇੱਕ ਅਜੀਹਾਂ ਸਲੂਨ ਜਿੱਥੇ ਬਿਨਾ ਕੈਂਚੀ ਦੇ ਤੁਹਾਡੀ ਦਾੜੀ ਕੱਲ ਕਿੱਤੀ ਜਾਵੇਗੀ ਜੀ ਹਾਂ ਅਮਨ ਕਲੀ ਬਿਅਰ ਇਸ ਸਲੂਨ ਚ ਤੁਹਾਡੀ ਦਾੜੀ ਤੇ ਕੁੰਡਲ ਪਾਈ ਜਾਂਦੇ ਨੇ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਸੈੱਟ ਕੀਤੀ ਜਾਂਦੀ ਹੈ ਇਹ ਲੋਕੇਸ਼ਨ ਬ੍ਰਾਮਟਨ ਦੇ 136 ਡੈਕਰ ਹਾਲੋ ਸਰਕਲ ਦੇ ਵਿੱਚ ਹੈ ਤੇ ਨੰਬਰ 4372458500 ਜੇ ਚੰਨ ਚੋਂ ਚਾਨਣੀ ਮੁੱਕ ਜਾਵੇ ਸਾਗਰ ਚੋਂ ਪਾਣੀ ਸੁੱਕ ਜਾਵੇ ਹਰ ਦਿਲ ਦੀ ਧੜਕਣ ਰੁਕ ਜਾਵੇ ਤਾਂ ਹੋ ਸਕਦਾ ਤੈਨੂੰ ਭੁੱਲ ਜਾਵਾਂ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਰੌਸ਼ਨ ਪ੍ਰਿੰਸ ਤੇ ਤੁਸੀਂ ਸੁਣ ਰਹੇ ਹੋ ਵਤਨੋ ਦੂਰ ਰੇਡੀਓ ਟਾਲ ਟਾਈਮ ਟੀਵੀ ਅਪਲਾਈਂਸਸ ਐਂਡ ਫਰਨੀਚਰ ਅਥਾਰਾਈਜ਼ ਡੀਲਰ ਫਾਰ ਵਾਲ ਮੇਜਰ ਬ੍ਰਾਂਡਸ Guaranteed lowest prices. Showcasing the latest QLED, OLED, and LED TVs. Save up to 25% off on all barbecues and up to 30% off on all appliances. Interest-free financing available. Save up to 80% on all Ashley furniture, sofa sets, bed sets, and more. Visit any of our five locations within the GTA. For more, visit teletime.ca. Are you going through a challenging time with your life? Pandit Nandhaji has experience in astrology helping people by reading into their astrological charts along with future readings. The astrologer does reading of your face, palm, horoscope, vastu, planet, black magic removal, evil spells and spirits, voodoo, spiritual healer, love, removes jadu, and many more. The astrologer has a center in Brampton with the name of Pandit Nandaji where you can visit him and find a solution to all your problems. Connect with him at 1 647 822 9607. ਮੌਰਗੇਜ ਮਿਹਰੇ ਛੇਤੀ ਤੇ ਟੈਨਸ਼ਨ ਹੋਵੇ ਘਟ ਇਸ ਲਈ ਯਾਦ ਰੱਖੋ ਇੱਕੋ ਨਾ ਪਰਮਿੰਦਰ ਮੰਗੜ 16 ਸਾਲਾਂ ਤੋਂ ਵਾਦ ਐਕਸਪੀਰੀਅੰਸ ਤੇ ਆਰਪੀਸੀ ਨਾਲ ਟਾਪ ਪ੍ਰੋਡਿਊਸਰ ਰਹਿ ਚੁਕੇ ਪਰਮਿੰਦਰ ਮੰਗੜ ਹੁਣ ਆਪਣੀ ਮੌਰਗੇਜ ਲਾਇਸਟ ਟੀਮ ਰਾਹੀਂ ਤੁਹਾਨੂੰ ਬਹੁਤ ਸਾਰੇ ਬੈਂਕਸ ਤੋਂ ਬੈਸਟ ਡੀਲਸ ਲੈ ਕੇ ਦੇ ਸਕਦੇ ਨੇ ਸੈਲਫ এমਪਲੋਇਡ ਵਾਸਤੇ ਕਾਸ ਪ੍ਰੋਗਰਾਮ No last minute surprises ਫਰਸਟ ਮੌਰਗੇਜ ਸੈਕੰਡ ਮੌਰਗੇਜ ਪ੍ਰਾਈਵੇਟ ਫੰਡਸ ਟ੍ਰਕ ਲੋਨਸ ਬਿਜ਼ਨਸ ਲੋਨਸ ਸਾਰੇ ਹੀ ਕਮਲੇ ਇੱਕੋ ਨਾ ਜਿੱਥੇ ਕੰਮ ਹੋਵੇ ਛੇਤੀ ਤੇ ਟੈਨਸ਼ਨ ਹੋਵੇ ਘਟ Perminder Maget. 647-285-9119. Johnny Cheso Santali, Toso Pachasi, Akanwe Unni. Perminder with Mortgage Alliance. Broker License Number 10530. ਯਾਰ ਸਫਰ ਬਹੁਤ ਹੀ ਚੰਗਾ ਗੁਜ਼ਰਿਆ ਰੈਂਟਲ ਗੱਡੀ ਕੈਂਡ ਸੀਗੀ ਰੇਟ ਵਧੀਆ ਸਰਵਿਸ ਲਾਜਵਾਬ ਧੰਨਵਾਦ ਤੇਰਾ ਰੂਟਸ ਕਾਰ ਰੈਂਟਲ ਨਾ ਸੁਜੋਣ ਵਾਸਤੇ ਰੂਟਸ ਕਾਰ ਰੈਂਟਲ ਅਜ਼ਮਾਲਾਓ ਟੋਰਾਂਟੋ ਆਰਵਾ ਕੈਲਗਰੀ ਐਡਮੰਟਨ ਸਰੀ ਬੀਸੀ ਵਿਨੀਪੈਗ ਇੱਕ ਸੈਂਟਰਲਾਈਜ਼ ਰੈਜ਼ਰਵੇਸ਼ਨ ਸਿਸਟਮ ਨਵੀਂ ਗੱਡੀਆਂ ਇਨਕਲੂਡਿੰਗ ਹਾਈ ਐਂਡ ਕਾਰਸ ਇੰਸ਼ੋਰੈਂਸ ਰਿਪਲੇਸਮੈਂਟ ਰੈਂਟਲਸ ਡੇਲੀ ਵੀਕਲੀ ਪਾਵੇ ਵਨ ਵੇ ਰੈਂਟਲ ਚੱਕੋ ਗੱਡੀ ਰੈਂਟ ਕਰਨੀ ਆ ਤਾਂ ਰੂਟਸ 9056799994 ਜਾਂ ਰੂਟਸ.ਸੀਏ ਰੋ ਯੂਟੀਈਐਸ ਗੱਲ ਕੀ ਕਿਤੇ ਵੀ ਜਾਓ ਆਪਕੇ ਜੀਵਨ ਮੇ ਚੱਲ ਰਹੀ ਸਾਰੀ ਸਮੱਸਿਆਵਾਂ ਕਾ ਸਮਾਧਾਨ जैसे बिजनेस हेल्थ फैमिली डिप्रेशन मैरिज वेल्थ या ड्रिंकिंग के निवारण के लिए पंडित नंदा जी के पास आए जो की एक्सपर्ट है रीडिंग में एंड रिमूविंग ऑफ ब्लैक मैजिक इवल स्पिर एंड जादू सलाह के लिए कॉल करें वर्ल्ड फेमस एस्ट्रोलॉजर नंदा जी को सिक्स फोर सेवन एट टू टू नाइन सिक्स जीरो सेवन दैट सिक्स फोर सेवन एट टू टू नाइन सिक्स जीरो सेवन लोकेटेड एट क्वीन एंडी टू वन टू क्वीन स्ट्रीट ईस्ट इन ब्रैमटन ਇਸ਼ਕਾਂ ਦੇ ਲੇਖੇ ਲੱਗ ਗਈ ਉਮਰਾਂ ਦੀ ਪੂੰਜੀ ਜੀ ਯਾਦਾਂ ਦੇ ਰਾ ਸੁਲਤਾਨੀ ਜਾਣ ਆ ਹੁਂ ਜੀ ਜੀ ਸ਼ਸ਼ੀਕਾਲ ਜੀ ਮੈਂ ਸਦਨਦੀਪ ਸੋ ਤੁਸੀਂ ਸੁਣ ਰਹੇ ਹੋ ਵਤਨੋਂ ਦੂਰ ਸੁਖੀ ਨਿਝਰ ਦੇ ਨਾਲ ਲਿਸਨ ਲਾਈਵ ਵਤਨੋਂ ਦੂ ਰੇਡੀਓ ਵਿਦ ਸੁਖੀ ਨਿਝਰ ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਏਸਟੇਟ ਦੇ ਸਾਈਨਸ ਬੈਨਰਸ ਦੇ ਵਾਸਤੇ ਕਾਰ ਟਰੱਕ ਸਾਈਨਸ ਦੇ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ 1625 ਸਟੀਲਸ ਐਵੇਨਿਊ ਈਸਟ ਸਟੀਲਸ ਦੀ ਐਡਵਾਂਸ ਦੇ ਉੱਪਰ ਲੋਕੇਟਿਡ ਹਨ ਬ੍ਰੈਮਟਨ ਦੇ ਵਿੱਚ ਉਹਨਾਂ ਦਾ ਫੋਨ ਨੰਬਰ ਹੈ 905458595695545298 ਇਹਨਾਂ ਗੁੱਪ ਕੋਲ ਚਰਚਾਂ ਲਗਾਏ ਜਿहां ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਹੀ ਪ੍ਰੋਗਰਾਮ ਵਤਨੋਂ ਦੂਰ ਦੇ ਵਿੱਚ ਮੈਂ ਤੁਹਾਡਾ ਦੋਸਤ ਤੇ ਹੋਸਟ ਲੈ ਕੇ ਹਾਜ਼ਰ ਹੋ ਗਿਆ ਜੀ ਅੱਜ ਦੀ ਇਸ ਖਾਸ ਮਹਿਫਲ ਦੇ ਵਿੱਚ ਜਿੱਥੇ ਆਪਾਂ ਗੱਲਬਾਤਾਂ ਕਰਾਂਗੇ ਨਾਲ ਦੀ ਨਾਲ ਔਰ ਇੰਡੀਆ ਤੋਂ ਵੀ ਆਪਾਂ ਜਿਹੜੀਆਂ ਹੈ ਜੀ ਖਬਰਾਂ ਦਾ ਸੈਗਮੈਂਟ ਜਿਹੜਾ ਹੈਗਾ ਉਹ ਵੀ ਦਵਾਂਗੇ ਤੁਸੀਂ ਜੁੜ ਚੁੱਕੇ ਹੋ 1320 ਦੀ ਸੁਪਰ ਹਿੱਟ ਫ੍ਰੀਕੁਐਂਸੀ ਦੇ ਵਿੱਚ ਔਰ ਜਿੱਥੇ ਤੁਸੀਂ ਵੱਖਰੇ ਵੱਖਰੇ ਹੋਸਟਾਂ ਦੇ ਨਾਲ ਪ੍ਰੋਗਰਾਮਾਂ ਨੂੰ ਇੰਜੋਏ ਕਰਦੇ ਹੋ ਸਾਡੇ ਤੋਂ ਪਹਿਲਾਂ ਚਾਵਲਾ ਸਾਹਿਬ ਨੇ ਬਹੁਤ ਹੀ ਵਧੀਆ ਪ੍ਰੋਗਰਾਮ ਜਿਹੜਾ ਹੈਗਾ ਜਿਉ ਪੇਸ਼ ਕੀਤਾ ਤੇ ਹੁਣ ਆ ਗਈ ਵਾਰੀ ਟੀਮ ਸੁਖੀ ਜਰਦੀ ਤੇ ਵਤਨੋ ਦੂਰ ਦਾ ਇਹ ਪ੍ਰੋਗਰਾਮ ਲੈ ਕੇ ਆਪਾਂ حاضر ਹੋ ਗਏ ਆ ਜੀ ਆਪ ਸਭ ਦੀ ਕਚਹਿਰੀ ਦੇ ਵਿੱਚ ਤੇ ਤੁਸੀਂ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸਾਥ ਪਾਉਣਾ ਹੈਗਾ ਆ ਔਰ ਤੁਸੀਂ ਇਸ ਪ੍ਰੋਗਰਾਮ ਨੂੰ ਇੰਟਰਨੈਟ ਦੇ ਜ਼ਰੀਏ ਅਗਰ ਦੁਨੀਆ ਦੇ ਵਿੱਚ ਕਿਤੇ ਵੀ ਸੁਣਨਾ ਚਾਹੁੰਦੇ ਹੈਗੇ ਹੋ ਤਾਂ ਤੁਸੀਂ ਈ ਆਵਾਜ਼ ਐਪ ਜਿਹੜੀ ਹੈਗੀ ਹੈ ਜੋ ਆਪਣੇ ਫੋਨ ਦੇ ਵਿੱਚ ਡਾਊਨਲੋਡ ਕਰ ਲਓ ਤੇ ਉੱਥੇ ਰੇਡੀਓ ਸੈਕਸ਼ਨ ਦੇ ਵਿੱਚ ਜਾ ਕੇ ਤੁਸੀਂ 1320 ਦੀ ਫ੍ਰੀਕੁਐਂਸੀ ਦੇ ਉੱਤੇ ਸਾਨੂੰ ਜਿਹੜਾ ਹੈਗਾ ਜੀ ਉਹ ਲਾਈਵ ਸੁਣ ਸਕਦੇ ਹੋ ਤੇ ਵੱਖਰੇ ਵੱਖਰੇ ਪ੍ਰੋਗਰਾਮਾਂ ਨੂੰ ਵੀ ਤੁਸੀਂ ਆਨੰਦ ਮਾਣ ਸਕਦੇ ਹੋ ਜੇ ਆਪਾਂ ਗੱਲ ਕਰੀਏ ਜੇ ਅੱਜ ਦੇ ਸੁਪਰ ਮੰਡੇ ਦੀ ਤੇ ਮੰਡੇ ਦਾ ਆਗਾਜ਼ ਜਿਹੜਾ ਹੋ ਚੁੱਕਿਆ ਆਪਾਂ ਅੱਜ ਇੱਕ ਨਵੇਂ ਹਫ਼ਤੇ ਵੱਲ ਵਧ ਰਹੇ ਹੈਗੇ ਆ ਤੇ ਤੁਹਾਡਾ ਪਿਛਲਾ ਹਫ਼ਤਾ ਜਿਹੜਾ ਹੈਗਾ ਜੀ ਬਹੁਤ ਵਧੀਆ ਗਿਆ ਹੋਵੇਗਾ ਤੇ ਆਉਣ ਵਾਲਾ ਹਫ਼ਤਾ ਜਿਹੜਾ ਹੈਗਾ ਜੀ ਬਹੁਤ ਵਧੀਆ ਜਾਵੇਗਾ ਇਹੋ ਜੀ ਸਾਡੀਆਂ ਸ਼ੁਭਕਾਮਨਾਵਾਂ ਹੈਗੀਆਂ ਨੇ ਇਹੋ ਜਿਹੀ ਹੀ ਬੈਸਟ ਵਿਸ਼ਸ ਦੇ ਨਾਲ ਆਪਾਂ ਜਿਹੜਾ ਜੀ ਆਪਾਂ ਆਪਣੇ ਪ੍ਰੋਗਰਾਮ ਨੂੰ ਵਾਧਦੇ ਹਾਂ ਤੁਸੀਂ ਸੁਣਾਓ ਆਪਣੀਆਂ ਗੱਲਾਂបਾਤਾਂ ਕਿਵੇਂ ਰਹਾ ਤੁਹਾਡਾ ਵੀਕਐਂਡ ਕਿਵੇਂ ਸ਼ਾਪਿੰਗਸ ਵਗੈਰਾ ਕੀਤੀਆਂ ਜਾਂ ਕਿਤੇ ਬਾਹਰ ਘੁੰਮਣ ਫਿਰਨ ਗਏ ਕਿਵੇਂ ਰਿਆ ਤੁਹਾਡਾ ਵੀਕੈਂਡ ਸਾਨੂੰ ਸਾਡੇ ਨਾਲ ਤੁਸੀਂ ਸਾਂਝ ਪਾ ਸਕਦੇ ਹੋ 9057990999 ਹੋਰ ਕੋਈ ਗੱਲਬਾਤ ਕਰਨੀ ਹੈਗੀ ਆ ਜਾਂ ਸਾਡੇ ਨਾਲ ਸਾਡੇ ਕਿਸੇ ਵੀ ਸੈਗਮੈਂਟ ਦੇ ਵਿੱਚ ਤੁਸੀਂ ਸਾਂਝ ਪਾਉਣੀ ਆ 9057990999 ਜਿੱਥੇ ਤੁਸੀਂ ਹਮੇਸ਼ਾ ਦੀ ਤਰ੍ਹਾਂ ਗੱਲਬਾਤ ਕਰਕੇ ਆਪਣੇ ਆ ਯੋਗਦਾਨ ਜਿਹੜਾ ਜੀ ਪਾ ਸਕਦੇ ਹੋ ਤੁਹਾਡੀ ਕਾਲ ਜਿਹੜੀ ਜੀ ਸਾਡਾ ਹੌਸਲਾ ਫਜ਼ਾਈ ਕਰਦੀ ਹੈਗੀ ਆ ਸਾਨੂੰ ਸਲਾਹ مشورہ ਤੁਸੀਂ ਦੇਣਾ ਹੈਗਾ ਤਾਂ ਜ਼ਰੂਰ ਸਾਡੀਆਂ ਤੁਹਾਡੀਆਂ ਜਿਹੜੀਆਂ ਜੀ ਗੱਲਾਂ ਸਾਡੇ ਸਿਰ ਮੱਥੇ ਨੇ ਤੁਸੀਂ ਸਾਨੂੰ ਦੱਸ ਸਕਦੇ ਹੋ ਕਿਸੇ ਟੌਪਿਕ ਦੇ ਬਾਰੇ ਜਾਂ ਕਿਸੇ ਖਬਰ ਦੇ ਬਾਰੇ ਤੁਸੀਂ ਗੱਲਬਾਤ ਕਰਨੀ ਹੈਗੀ ਆ ਤੁਹਾਡਾ ਆਪਣਾ ਪ੍ਰੋਗਰਾਮ ਤੇ ਤੁਹਾਡਾ ਆਪਣਾ ਵਤਨੋਂ ਦੂਰ ਚੈਨਲ 9057990999 ਤੁਹਾਡਾ ਆਪਣਾ ਹੀ ਫੋਨ ਨੰਬਰ ਹੈ ਔਰ ਟੀਵੀ ਦੇ ਜ਼ਰੀਏ ਵੀ ਤੁਸੀਂ ਸਾਨੂੰ YouTube ਦੇ ਉੱਤੇ ਲਾਈਵ ਸੁਣ ਸਕਦੇ ਹੋ ਔਰ ਬਾਅਦ ਵਿੱਚ ਵੀ ਸਾਡਾ ਜਿਹੜਾ ਪ੍ਰੋਗਰਾਮ ਦੇਖਣਾ ਹੋਵੇ ਤਾਂ ਵਤਨੋਂ ਦੂਰ W A T N O ਤੇ D U R ਨੂੰ ਤੁਸੀਂ ਟਾਈਪ ਕਰੋਗੇ YouTube ਦੇ ਉੱਤੇ ਤੇ ਸਾਡਾ ਵਤਨੋਂ ਦੂਰ ਦਾ ਜਿਹੜਾ ਚੈਨਲ ਹੈਗਾ ਆ ਉਹ ਆ ਜਾਏਗਾ ਰਿਕਾਰਡਿੰਗ ਜਿਹੜੀਆਂ ਹੈਗੀਆਂ ਜੀ ਉਹ ਵੀ ਆ ਜਾਣਗੀਆਂ ਸੋ ਇਸ ਤਰੀਕੇ ਦੇ ਨਾਲ ਸਾਡੀ ਤੁਹਾਡੀ ਸਾਂਝ ਜਿਹੜੀ ਹੈਗੀ ਜੀ ਠੀਕ 12 ਵਜੇ ਤੱਕ ਚੱਲੇਗੀ ਤੇ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਹਮੇਸ਼ਾ ਦੀ ਤਰ੍ਹਾਂ ਵੈਦਰ ਰਿਪੋਰਟ ਜਿਹੜੀ ਹੈਗੀ ਹੈ ਜੇ ਉਹ ਸਾਂਝੀ ਕਰਦੇ ਆਂ ਤੇ ਵੈਦਰ ਰਿਪੋਰਟ ਤੁਹਾਡੇ ਲਈ ਲੈ ਕੇ ਆਏ ਗਏ ਨੇ ਜੀ ਰਮਨ ਜੀ ਤੇ ਰਮਨ ਜੀ ਦਾ ਵੀ ਸਵਾਗਤ ਹੈ ਜੀ ਰਮਨ ਜੀ ਜੀ ਪਵਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਡੇ ਸਾਰੇ ਸਰੋਤਿਆਂ ਨੂੰ ਜਿਹੜੇ ਸਾਨੂੰ ਦੇਖ ਰਹੇ ਨੇ ਤੇ ਸੁਣ ਰਹੇ ਨੇ ਤੇ ਜਿਹੜੀ ਅੱਜ ਦੀ ਵੈਦਰ ਰਿਪੋਰਟ ਆ ਉਹ ਵੁਡਮਾਈਨ ਬੈਂਕਟ ਹਾਲ ਤੇ ਮੁਸਾ ਐਂਡ ਸਵੀਟ ਫੈਕਟਰੀ ਦੇ ਵੱਲੋਂ ਆ ਜੀ ਅੱਜ ਟੈਂਪਰੇਚਰ ਹੈਗਾ 2 ਡਿਗਰੀ ਤੇ ਸਾਰਾ ਦਿਨ ਟੈਂਪਰੇਚਰ 2 ਜਾਂ ਫਿਰ ਇੱਕ ਹੱਦ 0 ਡਿਗਰੀ ਟੈਂਪਰੇਚਰ ਜਾ ਸਕਦਾ ਬ ਤੇ ਮੰਗਲਵਾਰ ਯਾਨੀ ਕੱਲ ਹਵਾ ਤੇਜ਼ ਚੱਲੇਗੀ ਕਾਫੀ ਤੇ ਉਸ ਤੋਂ ਬਾਅਦ ਫਿਰ ਹਵਾ ਨਾਰਮਲ ਹੋ ਜਾਏਗੀ ਤੇ ਬੁੱਧਵਾਰ ਨੂੰ ਵੀ ਮੌਸਮ ਜਿਹੜਾ ਵੈਦਰ ਆ ਉਹ ਟੈਂਪਰੇਚਰ ਵੈਦਰ ਦਾ ਰਹੇਗਾ 1 ਡਿਗਰੀ ਟੈਂਪਰੇਚਰ ਹੋਊਗਾ ਤੇ ਉਸ ਤੋਂ ਬਾਅਦ ਮੌਸਮ ਵੈਸੇ ਸਾਫ਼ ਹੀ ਰਹਿਣਾ ਹੈ ਕੋਈ ਬਾਰਿਸ਼ ਦੇ ਚਾਂਸ ਨਹੀਂਗੇ ਤੇ ਜਿਹੜਾ ਅੱਜ ਟੈਂਪਰੇਚਰ ਹੈ ਉਹ 1 ਡਿਗਰੀ ਜਾਂ 2 ਡਿਗਰੀ ਹੀ ਰਹਿਣਾ ਹੈ ਬਸ ਜੀ ਬਿਲਕੁਲ ਔਰ ਤੁਸੀਂ ਜਿਹੜਾ ਜੀ ਖੂਬਸੂਰਤ ਵੈਦਰ ਹੈਗਾ ਜੀ ਉਹਨੂੰ ਇੰਜੋਏ ਕਰਨਾ ਹੈ ਔਰ ਜਿਵੇਂ ਰਮਨ ਹੁਣਾਂ ਨੇ ਦੱਸਿਆ ਕਿ ਵੈਦਰ ਜਿਹੜਾ ਹੈ ਜੀ ਕੋ অলਮੋਸਟ ਪਲੱਸ ਦੇ ਵਿੱਚ ਹੀ ਚੱਲ ਰਿਹਾ ਹੈਗਾ ਟੈਂਪਰੇਚਰ ਜਿਹੜਾ ਇਸ ਵੀਕ ਵੀ ਤੇ ਤੁਸੀਂ ਬਟ ਇਹ ਹੈ ਕਿ ਵਿੰਡੀ ਹੈਗਾ ਆ ਤੇ ਤੁਸੀਂ ਜੇਕਰ ਟਰੈਵਲ ਕਰ ਰਹੇ ਹੋ ਹੈਗੇ ਹੋ ਕਮਿਊਟ ਕਰ ਰਹੇ ਹੈਗੇ ਹੋ ਤੇ ਅਗਰ ਤੁਸੀਂ ਬੱਸ ਦੀ ਵੇਟ ਕਰਨੀ ਹੈ ਤਾਂ ਤਾਂ ਤੁਸੀਂ ਜ਼ਰੂਰ ਆਪਣਾ ਜਿਹੜਾ ਜੀ ਗੈਜਟ ਕੱਪੜੇ ਉਦਾਂ ਦੇ ਪਾ ਕੇ ਚੱਲੋ ਬਾਕੀ ਮੈਨੂੰ ਲੱਗਦਾ ਹੈ ਕਿ ਜੀ ਥੋੜੇ ਜਿਹੇ ਸਮੇਂ ਦੇ ਲਈ ਤਾਂ ਬਚਾ ਹੈਗਾ ਹੈ ਸੋ ਰਮਨ ਆਪਾ ਵੀਕਐਂਡ ਤੋਂ ਬਾਅਦ ਅੱਜ ਦੁਬਾਰਾ ਮਿਲ ਰਹੇ ਹੈਗੇ ਆ ਤੁਸੀਂ ਦੱਸੋ ਕਿਵੇਂ ਰਿਹਾ ਤੁਹਾਡਾ ਵੀਕਐਂਡ ਮੇਰਾ ਵੀਕਐਂਡ ਬਹੁਤ ਵਧੀਆ ਸੀ ਮੈਂ ਕਰੇ ਕੁਝ ਨਾ ਨਵੀਆਂ ਡਿਸ਼ਸ ਟਰਾਈ ਕੀਤੀਆਂ ਸੀ ਮੇਰਾ ਮਨ ਕਰ ਰਿਹਾ ਸੀ ਆ ਪਹਿਲਾਂ ਤਾਂ ਮੈਂ ਆਪਣੀ ਫਰੈਂਡ ਨੂੰ ਪੋਹਾ ਬਣਾ ਕੇ ਖੋਇਆ ਰੂਮ ਮੇਟ ਨੂੰ ਕੀ ਬਾਤ ਹੈ ਮਤਲਬ ਰਿਸਕ ਲਿਆ ਐਨੀ ਰਿਸਕ ਨਹੀਂ ਲਿਆ ਬਣਾ ਕੇ ਖੋਇਆ ਮਤਲਬ ਇਹ ਤਾਂ ਨਹੀਂ ਸਵਾਦ ਬਣਨਾ ਕਿ ਨਹੀਂ ਬਣਨਾ ਇੱਕ ਚੀਜ਼ ਦਾ ਰਿਸਕ ਲਿਆ ਸੀਗਾ ਮੈਂ ਨਾ ਉਹ ਕੁਚੋ ਵਰ ਵੀ ਬਣਾਇਆ ਸਿੱਖੋ ਇਹਦੇ ਨਾਲ ਉਹ ਹਜੇ ਮੈਂ ਡਿਸਕਲੋਸ ਨਹੀਂ ਕਰਨਾ ਥੋੜਾ ਸਹੀ ਨਹੀਂ ਬਣਿਆ ਸੀ ਤਾਂ ਕਰਕੇ ਪਰ ਪੋਹਾ ਮੇਰਾ ਬਹੁਤ ਅੱਛਾ ਬਣਿਆ ਸੀਗਾ ਹਾਂਜੀ ਕਿਉਂਕਿ ਵੈਸੇ ਵੀ ਹੈਲਦੀ ਮੰਨਿਆ ਜਾਂਦਾ ਹੈ ਨਾ ਤੇ ਕੁੜੀਆਂ ਥੋੜਾ ਫਾਸਟ ਫੂਡ ਅਵੋਇਡ ਕਰਦੀਆਂ ਨੇ ਕਈ ਕੁੜੀਆਂ ਮੇਰੇ ਵਰਗੀਆਂ ਹਾਂਜੀ ਹਾਂਜੀ ਚਲੋ ਬਹੁਤ ਅਜੇ ਚੰਗੀ ਗੱਲ ਹੈ ਜੀ ਤੁਸੀਂ ਫਿਰ ਪੋਹਾ ਜਿਹੜਾ ਹੈਗਾ ਜੀ ਇਸ ਵੀਕਐਂਡ ਦੇ ਵਿੱਚ ਬਣਾਇਆ ਤੇ ਫਿਰ ਕਿਵੇਂ ਬਾਹਰ ਸ਼ਾਪਿੰਗ ਵਗੈਰਾ ਦੇ ਕਿਤੇ ਗਏ ਕਿਤੇ ਨਹੀਂ ਸ਼ਾਪਿੰਗ ਮੈਂ ਕੀਤੀ ਸੀ ਕਿ ਸੈਟਰਡੇ ਨੂੰ ਹਾਂ ਤੇ ਮੈਂ ਕੁਝ ਸਮਾਨ ਲਿੱਤਾ ਜਿਹੜਾ ਮਤਲਬ ਬੇਸਿਕ ਸਮਾਨ ਮੈਨੂੰ ਚਾਹੀਦਾ ਸੀ ਆ ਕੁਝ ਕੁਝ ਨਾ ਡਰਾਈ ਫਰੂਟਸ ਲਾਈਕ ਸ਼ਾਪਿੰਗ ਕੀਤੀ ਮੈਂ ਤੇ ਇੱਕ ਇੱਕ ਹੋਰ ਚੀਜ਼ ਸਾਂਝੀ ਕਰਨੀ ਆ ਪਵਨ ਜੀ ਮੈਂ ਨਾ ਸੋਹੇ ਨੂੰ ਕਹਾਣੀ ਪੜ੍ਹੀ ਸੀ ਇੱਕ ਮੈਨੂੰ ਬਹੁਤ ਚੰਗੀ ਲੱਗੀ ਕਹਾਣੀ ਉਹ ਸਾਡੇ ਦਰਸ਼ਕਾਂ ਨਾਲ ਵੀ ਮੈਂ ਜ਼ਰੂਰ ਸਾਂਝੀ ਕਰਨਾ ਚਾਹੂੰਗੀ ਔਰ ਥੋੜੀ ਜਿਹੀ ਕਹਾਣੀ ਨਾ ਪਰ ਅਧੂਰੀ ਸੀਗੀ ਉਹ ਤੇ ਮੈਂ ਮੈਨੂੰ ਜਦੋਂ ਜ ਪੜਨ ਪੜਨ ਦਾ ਇੰਟਰਸਟ ਬਣਿਆ ਤੇ ਮੈਂ ਦੇਖਿਆ ਮੈਂ ਕਿ ਫਿਨਿਸ਼ ਵੀ ਹੋ ਗਈ ਉਹ ਕਿਆ ਬਾਤ ਹੈ ਬਹੁਤ ਸੋਹਣੀ ਸੀ ਇੱਕ ਮਤਲਬ ਕਿ ਇੱਕ ਮੁੰਡੇ ਤੇ ਕੁੜੀ ਦੀ ਕਹਾਣੀ ਸੀਗੀ ਅੱਛਾ ਜੀ ਤੇ ਜੇ ਮੈਂ ਹੁਣ ਵੈਸੇ ਡਿਸਕਸ ਕਰਨ ਲੱਗੀ ਤਾਂ ਬਹੁਤ ਲੰਬੀ ਚਲ ਜਾਣੀ ਆ ਤੇ ਮੈਂ ਉਹਨੂੰ ਥੋੜਾ ਜਿਹਾ ਸ਼ਾਰਟ ਕੱਟ ਕਰਕੇ ਸਮਝਾਉਂਗੀ ਉਹਦੇ ਵਿੱਚ ਇਹ ਦੱਸਿਆ ਹੋਇਆ ਸੀ ਕਿ ਇੱਕ ਮੁੰਡੇ ਤੇ ਕੁੜੀ ਦੀ ਕਹਾਣੀ ਹੁੰਦੀ ਆ ਉਹਦੇ ਵਿੱਚ ਕੁੜੀ ਜਿਹੜੀ ਹੁੰਦੀ ਆ ਉਹਦਾ ਡਿਵੋਰਸ ਹੋਇਆ ਹੁੰਦਾ ਵਾ ਛੋਟਾ ਜਿਹਾ ਬੱਚਾ ਹੁੰਦਾ ਉਹਦਾ ਤੇ ਜਿਹੜਾ ਮੁੰਡਾ ਹੁੰਦਾ ਉਹ ਦੁਨੀਆ ਘੁੰਮਦਾ ਹੁੰਦਾ ਆ ਤੇ ਉਹ ਉਹ ਮਤਲਬ ਕਿਰਾਏ ਤੇ ਰਹਿ ਰਿਹਾ ਹੁੰਦਾ ਉਹਦੇ ਕੋਲ ਆ ਕੇ ਉਹਦਾ ਵੀ ਵਿਆਹ ਹੋਇਆ ਹੁੰਦਾ ਆ ਹਮ ਹਮ ਤੇ ਕਹਾਣੀ ਦਾ ਮਤਲਬ ਜਿਹੜਾ ਕਨਕਲੂਜਨ ਤੇ ਜੇ ਮੈਂ ਆਵਾਂ ਇੰਨੇ ਕੁ ਹੁੰਦਾ ਹੈ ਕਿ ਜਿਹੜੀ ਕੁੜੀ ਹੁੰਦੀ ਹੈ ਉਹ ਆਪਣੀ ਮਜਬੂਰੀਆਂ ਤੋਂ ਫਸੀ ਹੁੰਦੀ ਹੈ ਤੇ ਮੁੰਡਾ ਜਿਹੜਾ ਆਪਣੀ ਮਜਬੂਰੀਆਂ ਤੇ ਫਸਿਆ ਹੁੰਦਾ ਦੋਨੇ ਇੱਕ ਦੂਜੇ ਨੂੰ ਲਾਈਕ ਕਰਦੇ ਹੁੰਦੇ ਆ ਬਟ ਵਿਆਹ ਨਹੀਂ ਕਰਵਾ ਪਾਉਂਦੇ ਰੀਜ਼ਨ ਨਹੀਂ ਹੁੰਦਾ ਕਿ ਦੋਨਾਂ ਦੀ ਆਪਦੀ ਮਜਬੂਰੀਆਂ ਹੁੰਦੀਆਂ ਨੇ ਕੁੜੀ ਦੀ ਮਜਬੂਰੀ ਇਹ ਹੁੰਦੀ ਆ ਕਿ ਉਹਨੂੰ ਕਿਸੇ ਤੇ ਵਿਸ਼ਵਾਸ ਨਹੀਂ ਆਉਂਦਾ ਮੁੰਡਾ ਉਹਨੂੰ ਬਹੁਤ ਮਨਾਉਂਦਾ ਆ ਹਾਂ ਤੇ ਪਰ ਉਹ ਅਸਫਲ ਹੋ ਜਾਂਦਾ ਹੈ ਐਂਡ ਵਿੱਚ ਮਤਲਬ ਕਹਾਣੀ ਕੁਝ ਇੰਟਰਸਟਿੰਗ ਨਹੀਂ ਇੰਟਰਸਟਿੰਗ ਬਣਦੀ ਬਣਦੀ ਅਨਕੰਪਲੀਟ ਜੀ ਰਹਿ ਗਈ ਮੈਨੂੰ ਬੜਾ ਅਫਸੋਸ ਹੋਇਆ ਮੈਂ ਕਿ ਕੁਝ ਬਣਨਾ ਚਾਹੀਦਾ ਸੀ ਐਂਡ ਚ ਉਹਦਾ ਹੈਪੀ ਐਂਡਿੰਗ ਨਹੀਂ ਨਾ ਉਹ ਤੁਹਾਡਾ ਐਂਡ ਦਾ ਮਤਲਬ ਵੀ ਇਸੇ ਕਰਕੇ ਜਿਉਂਕਿ ਆਪਾਂ ਬਾਲੀਵੁੱਡ ਦੀਆਂ ਜਿਹੜੀਆਂ ਮੂਵੀਆਂ ਦੇਖਦੇ ਆਂ ਉਹਦੇ ਵਿੱਚ ਨਾ ਹੈਪੀ ਐਂਡਿੰਗ ਕਰਾ ਦਿੱਤੀ ਜਾਂਦੀ ਹੈ ਬੜੀ ਇਹ ਖੂਬਸੂਰਤ ਇੱਕ ਟੌਪਿਕ ਆ ਉਹ ਕਹਿੰਦੇ ਕਿ ਜਦੋਂ ਵੀ ਆਪਾਂ ਤੁਸੀਂ ਬਾਲੀਵੁੱਡ ਦੀਆਂ ਹਿੰਦੀ ਪੰਜਾਬੀ ਮੂਵੀਜ਼ ਦੇਖਦੇ ਹਾਂ ਤੇ ਉਹਦੇ ਵਿੱਚ ਜਿਹੜਾ ਖੀਰ ਦੇ ਵਿੱਚ ਜਾ ਕੇ ਨਾ ਹੈਪੀ ਐਂਡਿੰਗ ਕਰਾ ਦਿੰਦੇ ਲਓ ਜੀ ਵਿਆਹ ਹੋ ਗਿਆ ਕੁੜੀ ਮੁੰਡਾ ਮਿਲ ਗਏ ਉਹ ਕਹਿੰਦੇ ਅਸਲੀ ਕਹਾਣੀ ਤਾਂ ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਜਿਹੜਾ ਉਹਦਾ ਫਿਰ ਜਿਹੜੇ ਬੰਦੇ ਜਾਂ ਜਿਹੜੇ ਪਰਿਵਾਰ ਨਾਲ ਜਾਂ ਜਿਹੜਾ ਆਪਾਂ ਮਿਲੇ ਨਹੀਂ ਹੁੰਦੇ ਜਾਂ ਈਵਨ ਜਿਹੜਾ ਉਹ ਮੁੰਡਾ ਕੁੜੀ ਜਿੱਦਾਂ ਆਪਾਂ ਗੱਲ ਕਰਦੇ ਹੈਗੇ ਜੇ ਮੈਰਿਜ ਤੋਂ ਬਾਅਦ ਜਿਹੜਾ ਹੈਗਾ ਜਾਂ ਪਹਿਲਾਂ ਵੀ ਜੇ ਉਹਨਾਂ ਦਾ ਲਵ ਅਫੇਅਰ ਹੁੰਦਾ ਉਹ ਬੜਾ ਇੱਕ ਸ਼ਾਰਟ ਟਰਮ ਦੇ ਲਈ ਆਪਣੇ ਇੱਕ ਦੂਜੇ ਨੂੰ ਟਾਈਮ ਦਿੱਤੇ ਹੁੰਦੇ ਵੀ ਮੰਨ ਲਓ ਕਿ ਦਿਨ ਦੇ ਵਿੱਚ ਅੱਧਾ ਘੰਟਾ ਗੱਲ ਕਰ ਲਈ ਘੰਟਾ ਗੱਲ ਕਰ ਲਈ ਤੇ ਫਿਰ ਜਦੋਂ ਵਿਆਹ ਤੋਂ ਬਾਅਦ ਕਹਿੰਦੇ ਵੀ ਜਦੋਂ 24 ਘੰਟੇ ਆਪਾਂ ਇੱਕ ਦੂਜੇ ਦੇ ਨਾਲ ਰਹਿਣਾ ਤੇ ਬਗੈਰ ਮੇਕਅਪ ਤੋਂ ਵੀ ਆਪਾਂ ਇੱਕ ਦੂਜੇ ਨੂੰ ਦੇਖਣਾ ਉੱਥੇ ਫਿਰ ਜਾ ਕੇ ਤਾਂ ਲੱਗਦਾ ਵੀ ਜਿਹੜੇ ਡਿਸੀਜਨ ਹੈਗੇ ਨੇ ਉਹ ਕਿਸ ਤਰ੍ਹਾਂ ਇੱਕ ਦੇ ਨਾਲ ਸਹੀ ਸੀਗੇ ਗਲਤ ਸੀ ਤੇ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਪੰਜ ਇਹ ਚ ਨਾ ਸਭ ਤੋਂ ਵੱਧ ਕਸੂਰ ਪਾਲਰ ਵਾਲਿਆਂ ਦਾ ਉਹਨਾਂ ਨੂੰ ਬਹੁਤ ਕਿਹਾ ਜਾਂਦਾ ਹੈ ਕਿਉਂਕਿ ਰੀਲਸ ਵੀ ਬਹੁਤ ਦੇਖੀਆਂ ਜਾਂਦੀਆਂ ਨੇ ਕਿ ਵਿਆਹ ਤੇ ਇੰਨੀ ਸੋਹਣੀ ਕੁੜੀ ਬਣ ਜਾਂਦੀ ਬਾਅਦ ਚ ਮੂੰਹ ਧੋ ਕੇ ਪਤਾ ਲੱਗਦਾ ਕਿ ਕੁੜੀ ਕਿਹੜੀ ਹੈ ਬਿਲਕੁਲ ਇਹ ਇਹ ਉਹਨਾਂ ਦਾ ਆਰਟ ਹੈਗਾ ਆ ਔਰ ਵਾਕਈ ਇਹ ਗੱਲ ਹੈਗੀ ਹੈ ਕਿ ਕਿ ਤਕਰੀਬਨ ਕਹਿੰਦੇ ਆ ਵੀ 3-4 ਮਹੀਨੇ ਦਾ ਜਿਹੜਾ ਹਨੀਮੂਨ ਪੀਰੀਅਡ ਹੁੰਦਾ ਨਾ ਜੀ ਉਸ ਤੋਂ ਬਾਅਦ ਫਿਰ ਜਿਹੜਾ ਪੀਰੀਅਡ ਇੱਕ ਆਉਂਦਾ ਹੈਗਾ ਤਕਰੀਬਨ 6 ਮਹੀਨੇ ਇੱਕ ਸਾਲ ਦਾ ਉਹ ਬੜਾ ਕਹਿ ਸਕਦੇ ਕਿ ਸੈਂਸਿਟਿਵ ਉਹ ਹੁੰਦਾ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਜੇ ਕਾਫੀ ਉਥਲ ਪੁਥਲ ਜ਼ਿੰਦਗੀ ਦੇ ਵਿੱਚ ਹੋ ਸਕਦੀ ਆ ਲੇਕਿਨ ਜੇ ਪਰਿਵਾਰ ਜਿਹੜੇ ਸੁਹਿਰਦ ਹੋਣ ਔਰ ਜੇ ਇੱਕ ਦੂਜੇ ਦੀ ਗੱਲ ਸੁਣਨ ਵਾਲੇ ਹੋਣ ਫਿਰ ਤਾਂ ਚੀਜ਼ਾਂ ਕਿਤੇ ਵੇਲੇ ਪਚ ਜਾਂਦੀਆਂ ਵਰਨਾ ਜੇ ਆਪਾਂ ਕਿਉਂਕਿ ਇਦਾਂ ਨਾ ਜੇ ਤੁਸੀਂ ਤਸਵੀਰ ਦਾ ਸਿਰਫ ਚੰਗੇ ਪੱਖ ਦੇਖੇ ਆ ਤੇ ਉਹਨਾਂ ਉਹਨਾਂ ਦੇ ਨਾਲ ਹੀ ਤੁਸੀਂ ਆਪਣਾ ਫੈਸਲਾ ਕੁਝ ਬਣਾ ਲੈਨੇ ਹੋ ਤੇ ਫਿਰ ਜਦੋਂ ਤਸਵੀਰ ਦਾ ਦੂਜਾ ਪਾਸਾ ਆਉਂਦਾ ਹੈਗਾ ਫਿਰ ਤੁਸੀਂ ਜਿਹੜਾ ਹੈਗਾ ਜੇ ਉਹ ਜ ਜਾਣੇ ਹੈਗੇ ਉਹ ਵੀ ਲੈ ਵੀ ਪਈ ਮੈਂ ਤਾਂ ਇਹ ਪਾਸਾ ਪਹਿਲਾਂ ਦੇਖਿਆ ਹੀ ਨਹੀਂ ਸੀਗਾ ਜੀ ਬਿਲਕੁਲ ਸੋ ਇਹ ਗੱਲਾਂ ਪਤਾ ਜੀ ਅਗਰ ਤੁਸੀਂ ਵੀ ਇਸ ਦੇ ਵਿੱਚ ਕੋਈ ਇਨਪੁਟ ਪਾਉਣੀ ਹੈਗੀ ਆ ਤਾਂ 90579909999 ਦੇ ਉੱਤੇ ਗੱਲਬਾਤ ਜਿਹੜੀ ਹੈ ਜੀ ਉਹ ਕਰ ਸਕਦੇ ਹੋ ਔਰ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪான்ਸਰ ਜਿਹੜਾ ਜੀ ਕਰ ਰਹੇ ਨੇ ਜੀ वुਡ ਬਾਈਂਡ ਬੈਂਕਟ ਹਾਲ ਅਗਰ ਤੁਸੀਂ ਪਾਰਟੀਆਂ ਕਰਨੀਆਂ ਹੈਗੀਆਂ ਨੇ 2000 ਜੋਈ ਦੇ ਵਿੱਚ ਤੇ ਤੁਸੀਂ ਐਡਵਾਂਸ ਬੁਕਿੰਗ ਦੇ ਲਈ ਵੁੱਡਬਾਈਂਡ ਬੈਂਕਟ ਹਾਲ ਨੂੰ ਹੁਣੇ ਹੀ ਫੋਨ ਕਰ ਲਓ 905451 1500 ਔਰ ਜਿੱਥੇ ਇਹਨਾਂ ਦਾ ਬੁੱਕ ਵੁੱਡਬਾਈਂਡ ਬੈਂਕਟ ਹੈਗਾ ਉੱਥੇ ਨਾਲ ਹੀ ਨਾਲ ਉਸੇ ਲੋਕੇਸ਼ਨ ਦੇ ਵਿੱਚ ਇਹਨਾਂ ਦਾ ਜਿਹੜਾ ਜੀ ਬਹੁਤ ਅੱਛਾ ਹੋਟਲ ਹੈਗਾ ਸੋ ਅਗਰ ਤੁਸੀਂ ਉੱਥੇ ਲੇਟ ਹੋ ਗਏ ਹੋ ਜਾਂ ਫਿਰ ਤੁਸੀਂ ਡਰਿੰਕ ਜ਼ਿਆਦਾ ਕਰ ਲਈ ਹੈ ਜਾਂ ਫਿਰ ਤੁਸੀਂ ਆਪਣੇ ਮਹਿਮਾਨਾਂ ਨੂੰ ਉੱਥੇ ਠਹਿਰਾਉਣਾ ਚਾਹੁੰਦੇ ਹੈਗੇ ਹੋ ਤੇ ਬਹੁਤ ਹੀ ਵਧੀਆ ਸਪੌਟ ਹੈ ਤੁਹਾਨੂੰ ਹੋਰ ਸੱਜੇ ਖਬੇ ਬੁਕਿੰਗ ਕਰਵਾਉਣ ਦੀ ਲੋੜ ਨਹੀਂ ਤੁਸੀਂ ਆਪਣੀ ਪਾਰਟੀ ਕਰੋ ਔਰ ਉਸ ਤੋਂ ਬਾਅਦ ਉੱਥੇ ਤੁਸੀਂ ਆਪਣਾ ਰੂਮ ਲੈ ਕੇ ਜਿਹੜਾ ਹੈਗਾ ਜੀ ਵਧੀਆ ਗੁਜ਼ਾਰ ਸਕਦੇ ਹੋ ਵੁੱਡਮੈਨ ਬੈਂਕਟ ਹਾਲ ਐਂਡ ਹੋਟਲ 905451 1500905451 1500 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ ਮਾਰਗੇਜ ਸਪੈਸ਼ਲਿਸਟ ਅਗਰ ਤੁਸੀਂ ਘਰ ਦੀ ਕਲੋਜ਼ਿੰਗ ਕਰਵਾਉਣੀ ਹੈਗੀ ਜਾਂ ਫਸਟ ਮਾਰਗੇਜ ਹੋਵੇ ਜਾਂ ਸੈਕੰਡ ਮਾਰਗੇਜ ਜਾਂ ਫਿਰ ਰੀਫਾਈਨਾਂਸ ਕਰਵਾਉਣਾ ਹੈ ਤਾਂ ਤੁਸੀਂ ਪਰਮਿੰਦਰ ਮੰਗੜਤ ਸਾਹਿਬ ਨਾਲ ਗੱਲਬਾਤ ਕਰਨੀ ਹੈ 6472859119 6472859119 ਦੇ ਉੱਤੇ ਤੁਸੀਂ ਗੱਲਬਾਤ ਜਿਹੜੀ ਹੈ ਜੀ ਕਰ ਸਕਦੇ ਹੋ ਔਰ ਅਸੀਂ ਹਮੇਸ਼ਾ ਨੰਬਰ ਦਿੰਨੇ ਹੁੰਨੇ ਆ ਜਸਟ ਵੈਜੀ ਦਾ ਅਗਰ ਤੁਸੀਂ ਵੈਜੀ ਪਕਵਾਨ ਖਾਣੇ ਹੈਗੇ ਨੇ ਤੇ ਉਹ ਵੀ ਫਰੈਸ਼ ਐਂਡ ਮੇਡ ਵਧੀਆ ਕਿਤੇ ਹੋਏ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਹੋਰ ਵੀ ਜਿਹੜੇ ਆ ਤੁਸੀਂ ਵੈਜ ਪਕਵਾਨ ਜਿਹੜੇ ਆ ਖਾਣੇ ਹੈਗੇ ਆ ਜਸਟ ਵੈਜੀ ਔਰ 284 ઓરਿੰਡਾ ਰੋਡ ਬ੍ਰੈਮਟਨ ਅਗਰ ਤੁਸੀਂ ਸਟੀਲ ਰਦਰਫੋਰਡ ਐਂਡ ਕੁਈਨ ਵਾਲੀ ਸਟਰੀਟ ਦੇ ਵਿੱਚ ਹੈਗੇ ਹੋ ਜਾਂ ਉਥੇ ਤੁਹਾਡੇ ਯਾਰਡ ਨੇ bizness ਨੇ ਤਾਂ ਤੁਸੀਂ ਲੰਚ ਕਰਨ ਦੇ ਲਈ ਇੱਕ ਵਾਰੀ ਜਸਟ ਵੈਜੀ ਨੂੰ ਜ਼ਰੂਰ ਵਿਜ਼ਿਟ ਕਰ ਲਓ ਅਗਰ ਤੁਸੀਂ ਕੇਟਰਿੰਗ ਕਰਵਾਉਣੀ ਹੈਗੀ ਆ ਤਾਂ ਵੀ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਆ ਤੁਹਾਡੇ ਘਰ ਦੇ ਵਿੱਚ ਕੋਈ ਪਾਠ ਹੈਗਾ ਆ ਜਾਂ ਤੁਸੀਂ ਗੁਰੂ ਘਰ ਦੇ ਵਿੱਚ ਜਾਂ ਹੋਰ ਕਿਸੇ ਧਾਰਮਿਕ ਸੰਬੰਧਾਂ ਦੇ ਵਿੱਚ ਪਕਵਾਨ ਖਾਣੇ ਨੇ ਜੀ ਜਾਂ ਫਿਰ ਕੇਟਰਿੰਗ ਕਰवानी ਹੈ ਤਾਂ ਪਿਓਰ ਵੇਜੀਟੇਰੀਅਨ ਵੇਜੀਟੇਰੀਅਨ ਲਈ ਤੁਸੀਂ ਪਹੁੰਚਣਾ ਹੈਗਾ ਜਸਟ ਵੇਜੀ 905 452 36 ਤਾਈ ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ ਔਰ ਇਹਨਾਂ ਦੇ ਕੋਲ ਮਠਿਆਈ ਦੀ ਵੱਡੀ ਰੇਂਜ ਹੈਗੀ ਆ ਔਰ ਕਹਿੰਦੇ ਨੇ ਕਿ ਜੇ ਅਗਰ ਤੁਸੀਂ ਵਿਆਹ ਸ਼ਾਦੀ ਦੇ ਉੱਤੇ ਭਾਜੀ ਬਰਵਾਉਣੀ ਹੈਗੀ ਆ ਮਠਿਆਈ ਲੈਣੀ ਆ ਤੇ ਡਿਸਕਾਊਂਟਡ ਪ੍ਰਾਈਸ ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਡੀਲ ਉਹ ਵੀ ਬਣਾ ਸਕਦੇ ਹੋ 9054523627 ਜਸਟ ਵੈਜੀ ਦਾ ਅਨੰਬਰ ਹੈਗਾ ਜੀ ਜੀ ਇਸੇ ਤਰੀਕੇ ਦੇ ਨਾਲ ਪਹੁੰਚ ਤੁਹਾਨੂੰ ਇਹ ਵੀ ਦੱਸ ਦਈਏ ਵੀ ਜੇ ਕਿਸੇ ਸਟੂਡੈਂਟ ਨੂੰ ਕੋਈ ਵੀ ਜੌਬ ਦੀ ਲੋੜ ਆ ਤੇ ਉਹ ਜੌਬ ਦੀ ਟੈਨਸ਼ਨ ਵਿੱਚ ਆ ਕਿ ਉਹਨੂੰ ਜੌਬ ਨਹੀਂ ਮਿਲ ਰਹੀ ਤਾਂ ਉਹ ਕ੍ਰਾਸ ਮਰਜ ਏਜੰਸੀ ਦੇ ਨਾਲ ਗੱਲ ਕਰ ਸਕਦੇ ਨੇ 9052267373 ਇਹਨਾਂ ਦਾ ਨੰਬਰ ਹੈ ਇਹਨਾਂ ਨਾਲ ਗੱਲ ਕਰਕੇ ਆਪਣੀ ਵਧੀਆ ਜੋਬ ਲੈ ਸਕਦੇ ਨੇ ਉਹਨਾਂ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਉਗੀ ਸਿਰਫ ਇੱਕ ਵਾਰ ਕਹਿੰਦੇ ਉਹਨਾਂ ਨੂੰ ਜੋਬ इजीली ਉੱਥੇ ਮਿਲ ਜਾਊਗੀ ਤੇ ਭਵਨ ਜੀ ਹੁਣ ਜੋਬਸ ਦੀ ਆਪਾਂ ਗੱਲ ਕਰ ਰਹੇ ਹਾਂ ਜਨ ਦੇ ਵਿੱਚ ਬਹੁਤ ਸਾਰੇ ਬੱਚਿਆਂ ਨੇ ਆ ਜਾਣਾ ਹੈ ਕਾਫੀ ਸਾਰੇ ਸਟੂਡੈਂਟਸ ਆਉਣ ਵੜੇ ਨੇ ਜਨਵਰੀ ਦੇ ਵਿੱਚ ਜੀ ਜੀ ਮੈਂ ਇੱਕ ਗੱਲ ਕਰਨੀ ਜ਼ਰੂਰ ਸਾਂਝੀ ਕਰਾਂਗਾ ਕਿਉਂਕਿ ਪਿਛਲੇ ਵੀਕਐਂਡ ਦੇ ਵਿੱਚ ਆਪਣੇ ਇੱਕ ਗੁਰੂ ਘਰ ਦੇ ਵੱਲੋਂ ਨਾ ਜੀ ਜੋਬ ਫਿਰ ਲਗਵਾਇਆ ਗਿਆ ਸੀਗਾ ਸੌਕਰ ਸੈਂਟਰ ਜਿਹੜਾ ਸਾਡਾ ਪਹਿਲਾਂ ਹੁੰਦਾ ਸੀਗਾ ਤੇ ਹੁਣ ਸੇਵ ਮੈਕਸ ਸੈਂਟਰ ਹੈਗਾ ਉਹ ਬ੍ਰੈਂਟਨ ਵਿੱਚ ਔਰ ਤੁਸੀਂ ਹੈਰਾਨ ਹੋ ਜੂਗੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਸਿਗੇ ਉਹ ਉਹਨਾਂ ਨੇ ਆ ਕੇ ਉੱਥੇ ਰਜਿਸਟ੍ਰੇਸ਼ਨ ਕਰਵਾਈ ਸ਼ਰਕਤ ਕੀਤੀ ਜਿੱਥੇ ਚਲੋ ਇਸ ਗੱਲ ਦਾ ਖੁਸ਼ੀ ਵੀ ਹੋਈ ਪਰ ਕਿਉਂਕਿ ਸਮਾਗਮ ਜਿਹੜਾ ਹੈਗਾ ਜੀ ਜਿਸ ਮੋਟਿਵ ਲਈ ਲਗਾਇਆ ਗਿਆ ਸੀਗਾ ਉਹ ਵਧੀਆ ਹੋਇਆ ਪਰ ਇਸ ਗੱਲ ਦੇ ਨਾਲ ਵੀ ਇਸ ਗੱਲ ਦੀ ਚਿੰਤਾ ਵੀ ਹੈਗੀ ਆ ਕਿਉਂਕਿ ਕੈਨੇਡਾ ਦੇ ਵਿੱਚ ਉਹਨੀਆਂ ਜੌਬਾਂ ਅੱਜ ਦੀ ਤਰੀਕ ਦੇ ਵਿੱਚ ਉਪਲਬਧ ਨਹੀਂ ਹੈਗੀਆਂ ਜੋ ਪਿਛਲੇ ਸਾਲ ਜਾਂ ਫਿਰ ਉਸ ਤੋਂ ਵੀ ਪਿਛਲੇ ਸਾਲ ਜਿਹੜੀਆਂ ਉਪਲਬਧ ਸੀਗੀਆਂ ਚਾਹੇ ਉਹਨੂੰ ਮੰਦੀ ਦਾ ਦੌਰ ਕਹੇ ਇਹ ਰੈਸੈਸ਼ਨ ਦਾ ਕੁਝ ਇਮਪ੍ਰੈਸ਼ਨ ਕਹਿ ਲਈਏ ਫਰਕ ਤਾਂ ਜਿਹੜਾ ਹੈਗਾ ਜੀ ਜ਼ਰੂਰ ਪਿਆ ਹੈਗਾ ਪਰ ਜੀ ਹਾਂ ਔਰ ਅਗਰ ਤੁਸੀਂ ਜਿਵੇਂ ਇੱਕ ਸਲਾਹ ਕਰਨੀ ਹੈਗੀ ਆ ਜ਼ਰੂਰ ਆਪਣੀ ਜਿਹੜੇ ਨਾਮ ਹੈਗੇ ਨੇ ਉਹ ਕਿਤੇ ਨਾ ਕਿਤੇ ਜੌਬ ਏਜੰਸੀ ਦੇ ਵਿੱਚ ਜ਼ਰੂਰ ਰਜਿਸਟਰਡ ਕਰਵਾ ਕੇ ਰੱਖੋ ਸੋ ਥੈਟ ਕਦੋਂ ਵੀ ਉਹਨਾਂ ਨੂੰ ਜਿਹੜੀ ਹੈਗੀ ਜੀ ਜੌਬਾਂ ਦੀ ਜ਼ਰੂਰਤ ਪੈਂਦੀ ਆ ਔਰ ਮੈਂ ਰਮਨ ਇੱਕ ਵਾਰੀ ਗੱਲ ਦਾ ਗੱਲ ਦੱਸਦਾ ਆ ਕਈ ਪਿਛਲੇ ਸਾਲ ਹਨ 2022 ਦੇ ਵਿੱਚ ਐਵੇਂ ਚੱਲ ਰਿਹਾ ਸੀਗਾ ਕਿ ਜਿਨ੍ਹਾਂ ਦੇ ਕੋਲ ਪੁਰਾਣੇ ਡਾਟੇ ਪਏ ਹੁੰਦੇ ਸੀਗੇ ਅ ਪੰਜ ਪੰਜ ਸਾਲ ਸੱਤ ਸੱਤ ਸਾਲ ਪੁਰਾਣੇ 10 10 ਸਾਲ ਪਸਾਲ ਪੁਰਾਣੇ ਉਹਨਾਂ ਨੂੰ ਵੀ ਫੋਨ ਆਇਆ ਕਿ ਤੁਹਾਨੂੰ ਜੌਬ ਤਾਂ ਨਹੀਂ ਚਾਹੀਦੀ ਕਿਉਂਕਿ ਉਸ ਵੇਲੇ ਬੰਦਿਆਂ ਦੀ ਇੰਨੀ ਜ਼ਰੂਰਤ ਸੀਗੀ ਇਹ ਜਸਟ ਆਪਣੀਆਂ 21-22 ਦੀਆਂ ਹੀ ਗੱਲਾਂ ਆ ਔਰ ਲੋਕਾਂ ਨੂੰ ਯਾਰਾਂ ਦੋਸਤਾਂ ਨੂੰ ਜਿਨ੍ਹਾਂ ਨੇ ਕਦੀ 8 ਸਾਲ ਪਹਿਲਾਂ 10 ਸਾਲ ਪਹਿਲਾਂ ਕਿਤੇ ਕੰਪਨੀ ਚ ਅਪਲਾਈ ਕੀਤਾ ਹੋਊਗਾ ਉਹਨਾਂ ਨੂੰ ਕੌਲਾ ਆਉਂਦੀਆਂ ਹੁੰਦੀਆਂ ਸੀਗੀਆਂ ਕਿ ਭਈ ਜਦੋਂ ਤੁਹਾਨੂੰ ਜੌਬ ਚਾਹੀਦੀ ਤੇ ਸਾਡੇ ਕੋਲ ਜੌਬ ਹੈਗੀ ਆ ਸੋ ਸਮਾਂ ਜਿਹੜਾ ਕਿ ਸਿਆਣੇ ਕਹਿੰਦੇ ਤਾਂ ਹੀ ਕਹਿੰਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ ਚੰਗੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਥੋੜਾ ਜਿਹਾ ਬਚਾ ਲੈਣਾ ਚਾਹੀਦਾ ਖਰਚਿਆਂ ਤੇ ਕੰਟਰੋਲ ਕਰਨਾ ਚਾਹੀਦਾ ਤੇ ਫਿਰ ਜਦੋਂ ਸਮਾਂ ਮਿਲੇ ਤਾਂ ਫਿਰ ਮਿਹਨਤ ਕਰਕੇ ਆਪਣੇ ਪੈਸੇ ਜਿਹੜੇ ਹੈਗੇ ਆ ਜੀ ਉਹ ਬਣਾਵਾਨੇ ਚਾਹੀਦੇ ਨੇ ਜੀ ਪਵਨ ਜੀ ਜਿਸ ਤਰ੍ਹਾਂ ਹੁਣੇ ਆਪਾਂ ਜੌਬਸ ਦੀ ਗੱਲ ਕਰ ਰਹੇ ਹਾਂ ਤੇ ਹੁਣ ਜਨੂਅਰੀ ਦੇ ਵਿੱਚ ਬਹੁਤ ਸਾਰੇ ਬੱਚਿਆਂ ਨੇ ਆ ਜਾਣਾ ਜਾਇ ਇਨਟੈਕ ਸਟਾਰਟ ਹੋ ਜਾਣਾ ਹੈ ਹਾਂ ਜੀ ਤੇ ਤੁਸੀਂ ਜਿਹੜਾ ਇਮੀਗ੍ਰੇਸ਼ਨ ਦੇ ਸਪੈਸ਼ਲਿਸਟ ਹੋ ਤੁਹਾਨੂੰ ਬਹੁਤ ਜਾਣਕਾਰੀ ਹੈ ਇਮੀਗ੍ਰੇਸ਼ਨ ਦੇ ਬਾਰੇ ਤੇ ਮੈਂ ਤੁਹਾਨੂੰ ਤੇ ਇਹ ਪੁੱਛਣਾ ਚਾਹੁੰਦੀ ਹਾਂ ਕਿਉਂਕਿ ਜੋ ਮੈਂ ਸੁਣਿਆ ਆ ਕਾਫੀ ਕੁੜੀਆਂ ਡਿਸਕਸ ਕਰ ਰਹੀ ਸੀ ਸਟੂਡੈਂਟਸ ਆਪਸ ਡਿਸਕਸ ਕਰ ਰਹੇ ਸੀ ਕਿ ਹੁਣ ਐਨਜੀਆਈਸੀ ਇਹਨਾਂ ਨੇ ਵਧਾ ਦਿੱਤੀ ਹੈ ਇੱਕ ਤਰ੍ਹਾਂ ਡਬਲ ਕਰ ਦਿੱਤੀ ਹੈ ਜੀਆਈਸੀ ਤੇ 77% ਜਿਹੜੇ ਸਟੂਡੈਂਟਸ ਨੇ ਉਹ ਨਹੀਂ ਆਉਣਗੇ ਕੈਨੇਡਾ ਕਿ ਜਿਹੜੇ ਪੀਰੈਂਟਸ ਨੇ 6-7 ਲੱਖ ਜੀਆਈਸੀ ਦਾ ਅਰੇਂਜ ਕੀਤਾ ਹੁੰਦਾ ਹੈ ਜਿਹੜੇ ਤਾਂ ਵਿਚਾਰੇ ਹੁਣ ਨੋਰਮਲ ਫੈਮਲੀਆਂ ਤੋਂ ਨੇ ਉਹ ਹੁਣ ਉਹਨਾਂ ਲਈ 6-7 ਲੱਖ ਦੁਬਾਰਾ ਅਰੇਂਜ ਕਰਨਾ ਇਟਸ ਵੈਰੀ ਟਫ ਹਾਂਜੀ ਸੋ ਬਿਲਕੁਲ ਤੁਹਾਡੀ ਗੱਲ ਦੇ ਵਿੱਚ ਵਜਨ ਹੈਗਾ ਆ ਕਿਉਂਕਿ ਜਨਵਰੀ ਇਨਟੇਕ ਤੋਂ ਇਹ ਜਿਹੜਾ ਜੀ ਵਾਧਾ ਜਿਹੜਾ ਹੈਗਾ ਆ ਉਹ ਇੰਪਲੀਮੈਂਟ ਹੋ ਜਾਣਾ ਆ ਔਰ ਕਿਉਂਕਿ ਦੇਖੋ ਹਰੇਕ ਪਰਿਵਾਰ ਦੀ ਇੱਕ ਲਿਮਟ ਹੁੰਦੀ ਆ ਔਰ ਜੇ ਆਪਾਂ ਗੱਲਬਾਤ ਕਰੀਏ ਇੱਕ ਸਾਲ ਦੀ ਫੀਸ ਜਿਹੜੀ ਹੈਗੀ ਆ ਜੀ ਉਹ ਤਕਰੀਬਨ 15-16000 ਡਾਲਰ ਉਹ ਹੋ ਜਾਂਦੀ ਆ ਤੇ 16696 ਲਾ ਲੋ 10 ਲੱਖ ਦੀ ਫੀਸ ਹੋ ਗਈ ਤੇ ਪਹਿਲਾਂ ਜੀ ਕਿ 10000 ਜੀਸੀਆਈ ਜਿਹੜੀ ਪਾਕਟ ਮਨੀ ਜਿਹਨੂੰ ਆਪਾਂ ਕਹਿ ਦਿੰਨੇ ਆ ਉਹਦਾ ਆਪਾਂ 7 ਲੱਖ ਮੰਨ ਕੇ ਚੱਲੋ ਸੋ ਐਵਰੇਜ 1.10 ਲੱਖ ਦਾ ਜਿਹੜਾ ਖਰਚਾ ਇਹ ਹੁੰਦਾ ਸੀਗਾ ਚੱਲਣ ਲੱਗੇ ਲੇਕਿਨ ਹੁਣ ਦੁਬਾਰਾ ਜਿਹੜਾ 6.5 ਲੱਖ ਮਤਲਬ 10000 ਡਾਲਰ ਹੋਰ ਵਧਾਇਆ ਗਿਆ ਪਹਿਲੇ 10000 ਤੋਂ ਹੁਣ 20000 ਤੇ 600 ਸਮਥਿੰਗ ਡਾਲਰ ਜਿਹੜੇ ਹੈਗੇ ਜਿਉਹ ਉਹ ਬਣਾ ਦਿੱਤੇ ਨੇ ਤੇ ਉਹਦਾ ਮਤਲਬ ਹੈ ਕਿ ਤਕਰੀਕ ਤਕਰੀਬਨ 6.5 ਲੱਖ ਰੁਪਇਆ ਜਿਹੜਾ ਹੈਗਾ ਆ ਉਹ ਹੁਣ ਐਪਲੀਕੈਂਟ ਨੂੰ ਹੋਰ ਜਮਾ ਕਰਾਉਣਾ ਪਊਗਾ ਜਿਨ੍ਹਾਂ ਦੇ ਆਲਰੇਡੀ ਵੀਜ਼ਾ ਪ੍ਰੋਸੈਸਿੰਗ ਚ ਹੈਗੇ ਨੇ ਜਾਂ ਉਹਨਾਂ ਨੇ ਫਾਈਲ ਲਾਈਆਂ ਹੋਈਆਂ ਨੇ ਸੋ ਇਹ ਤੁਹਾਡੀ ਗੱਲ ਬਿਲਕੁਲ درست ਹੈਗੀ ਆ ਕਿ ਘਰਾਂ ਦੇ ਵਿੱਚ ਇੰਨੀ ਪੇਮੈਂਟ ਜੇ ਆਪਾਂ ਹੁਣ 올 ਟੁਗੇਦਰ ਗੱਲ ਕਰੀਏ 10 ਲੱਖ ਉਹ ਹੋ ਗਿਆ 7 ਲੱਖ ਉਹ ਹੋ ਗਿਆ ਤੇ ਹੋਰ 7 ਲੱਖ ਹੋ ਗਿਆ ਤੇ ਇਹ ਤਕਰੀਬਨ ਤਕਰੀਬਨ 23-24 ਲੱਖ ਰੁਪਈਆ ਬਣ ਜਾਣਾ ਆ ਇੰਡੀਆ ਦੇ ਹਿਸਾਬ ਦੇ ਨਾਲ ਜਿਹੜਾ ਕਿ ਤੁਹਾਨੂੰ ਜਮ੍ਹਾਂ ਕਰਾਉਣਾ ਪੈਣਾ ਆ ਔਰ ਮੇਰੇ ਖਿਆਲ ਦੇ ਵਿੱਚ ਇਹ ਥੋੜੀ ਜੀ ਤਾਂ ਚਿੰਤਾ ਦਾ ਵਿਸ਼ਾ ਤਾਂ ਹੋਊ ਗਈ। ਆਰ ਕਿਉਂਕਿ ਇੱਕਦਮ ਜਿਹੜਾ ਹੈਗਾ ਕਿਸੇ ਵੀ ਘਰਾਂ ਦੇ ਵਿੱਚ ਆਪਾਂ ਮੰਨਦੇ ਹਾਂ ਕਿ 8-10 ਲੱਖ ਰੁਪਈਆ ਮੈਕਸਿਮਮ ਕੋਈ ਕੈਸ਼ ਦੇ ਵਿੱਚ ਰੱਖਦਾ ਇਸ ਤੋਂ ਜ਼ਿਆਦਾ ਫਿਰ ਲੋਕੀ ਇਨਵੈਸਟ ਕਰ ਦਿੰਦੇ ਆ ਜਗਾ ਲੈ ਲੈਂਦੇ ਆ ਜਾਂ ਬਿਜ਼ਨਸ ਕਰ ਲੈਂਦੇ ਨੇ ਤੇ ਕੈਸ਼ ਇੰਨਾ ਜਿਹੜਾ ਹੈਗਾ ਤਕਰੀਬਨ 20 ਤੋਂ 25 ਲੱਖ ਦਾ ਅਰੇਂਜ ਕਰਨਾ ਉਹ ਮੁਸ਼ਕਲ ਹੁੰਦਾ ਹਰ ਪਰੈਂਟਸ ਦੇ ਲਈ ਜਾਂ ਤਾਂ ਫਿਰ ਅਗਲਾ ਆਪਣੀ ਜ਼ਮੀਨ ਘੇਣੇ ਰੱਖਦਾ ਵੇਚਦਾ ਆ ਆੜਤੀਆਂ ਤੋਂ ਫੜਦਾ ਆ ਜਾਂ ਫਿਰ ਸ਼ਹਿਰਾਂ ਦੇ ਵਿੱਚ ਲੋਕਾਂ ਨੇ ਪਲਾਟ ਲੈੇ ਹੁੰਦੇ ਨੇ ਉਹਨਾਂ ਨੂੰ ਸੇਲ ਕਰਨ ਦੇ ਕੋਸ਼ਿਸ਼ ਕਰਦਾ ਔਰ ਇਹ ਗੱਲ ਅਸਲੀਅਤ ਹੈ ਕਿ ਆ ਇਸ ਚੀਜ਼ ਤੋਂ ਬਾਅਦ ਔਰ ਇਸ ਤੋਂ ਪਹਿਲਾਂ ਵੀ ਬਹੁਤਾਤ ਦੇ ਵਿੱਚ ਜਿਹੜੀਆਂ ਜ਼ਮੀਨਾਂ ਹੈਗੀਆਂ ਨੇ ਉਹ ਪੰਜਾਬ ਦੇ ਵਿੱਚ ਵਿਕਾਊ ਹੋ ਰਹੀਆਂ ਨੇ ਪਸ਼ਾਰਾਂ ਦੇ ਵਿੱਚ ਪਲਾਟ ਜਿਹੜੇ ਹੈਗੇ ਜੀ ਉਹ ਵੇਚੇ ਜਾ ਰਹੇ ਹੈਗੇ ਆ ਕਿਉਂਕਿ ਇੱਕ ਇੱਕ ਪ੍ਰੋਪਰ ਚੱਲ ਰਿਹਾ ਜੀ ਮਾਈਗ੍ਰੇਸ਼ਨ ਹੈ ਕਿਉਂਕਿ ਆਪਾਂ ਪੁਰਾਣੇ ਸਮਿਆਂ ਦੇ ਵਿੱਚ ਵੀ ਦੇਖ ਲਓ ਪੁਰਾਣੇ ਦਾ ਮਤਲਬ ਜਿਆਦਾ ਪੁਰਾਣਾ ਨਹੀਂ ਆ ਪਿਛਲੇ 3-4 ਸਾਲਾਂ ਦੇ ਵਿੱਚ ਵੀ ਜੋ ਹੋ ਰਿਹਾ ਪੇਰੈਂਟਸ ਜਿਹੜਾ ਹੈਗਾ ਜੀ ਉਹਦਾ ਵੀਜ਼ਾ ਲੱਗ ਜਾਂਦਾ ਜਦੋਂ ਬੱਚਾ ਇੱਥੇ ਪੜ੍ਹਾਈ ਤੇ ਆਉਂਦਾ ਤੇ ਉਹਦਾ ਪੇਰੈਂਟਸ ਦਾ 6-8 ਮਹੀਨੇ ਬਾਅਦ ਵੀਜ਼ਾ ਲੱਗ ਜਾਂਦਾ ਔਰ ਅੱਜ ਕੱਲ ਦੇ ਵਿੱਚ ਆਪਾਂ ਦੇਖਦੇ ਆ ਕਿ ਹਰੇਕ ਪੇਰੈਂਟਸ ਦੇ 2 3 1 2 3 ਬੱਚੇ ਹੈਗੇ ਨੇ ਉਹ ਹੌਲੀ ਹੌਲੀ ਦੋਨੇ ਬੱਚੇ ਇੱਥੇ ਕੈਨੇਡਾ ਪਹੁੰਚ ਜਾਂਦੇ ਆ ਤੇ ਫਿਰ ਪੇਰੈਂਟਸ ਦਾ ਵੀਜ਼ਾ ਲੱਗ ਜਾਂਦਾ ਤੇ ਪੇਰੈਂਟਸ ਵੀ ਆ ਜਾਂਦਾ ਤੇ ਉਹਨਾਂ ਨੂੰ ਹੁੰਦਾ ਹੈ ਕਿ ਹੁਣ ਅਸੀਂ ਆਤ ਸਾਰੇ ਗਏ ਹੈਗੇ ਆ ਆਪਾਂ ਇੱਥੇ ਕੈਨੇਡਾ 'ਚ ਸੈਟਲ ਹੋ ਜਾਈਏ ਇਸ ਕਰਕੇ ਪੰਜਾਬ ਦੇ ਵਿੱਚੋਂ ਜਿਹੜੀਆਂ ਜੀ ਜ਼ਮੀਨਾਂ ਹੈਗੀਆਂ ਆ ਉਹ ਵੇਚਣ ਦਾ سلسلہ ਜਿਹੜਾ ਹੈਗਾ ਉਹ ਅ ਲੇਕਿਨ ਕਈ ਬੁੱਧੀਜੀਵੀਆਂ ਦਾ ਹੁਣ ਇਹ ਕਹਿਣਾ ਹੈ ਕਿ ਅਗਰ ਤੁਸੀਂ ਸੋਹਿਰਦ ਹੈਗੇ ਹੋ ਅਗਰ ਤੁਸੀਂ ਬਚਾ ਸਕਦੇ ਹੋ ਤੇ ਪੰਜਾਬ ਵਿਚ ਲੀਆਂ ਜਿਹੜੀਆਂ ਜ਼ਮੀਨਾਂ ਹੈਗੀਆਂ ਜੀ ਉਹਨਾਂ ਨੂੰ ਬਚਾਉਣਾ ਜ਼ਰੂਰੀ ਆ ਇਕਨੋਮਿਕਲੀ ਵੀ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਫਾਇਦਾ ਮਿਲੂਗਾ ਕਿਉਂਕਿ ਜਿਹੜਾ ਇੱਕ ਸਿਲਕ ਰੂਟ ਬਣ ਰਿਹਾ ਹੈਗਾ ਆ ਜੋ ਤੁਸੀਂ ਦੇਖ ਰਹੇ ਹੋਵੋਗੇ ਕਿ ਅਸ ਵੇਲੇ ਵੀ ਦਿੱਲੀ ਤੋਂ ਕਟੜਾ ਔਰ ਦਿੱਲੀ ਤੋਂ ਅਮਰਸਰ ਜਿਹੜਾ ਹੈਗਾ ਜੀ ਹਾਈਵੇ ਬਣੇ ਨੇ ਰੇਲਵੇ ਲਾਈਨ ਜਿਹੜੀ ਹੈਗੀ ਜੇ ਉਹ ਪੈ ਰਹੀ ਆ ਇਹ ਸਾਰਾ ਕੰਟੀਨੈਂਟ ਜਿਹੜਾ ਹੈਗਾ ਆ ਅੱਗੇ ਇਹ ਮਹਾਨ ਹਾਈਵੇ ਬਣਨੇ ਹੈਗੇ ਨੇ ਔਰ ਪ੍ਰੋਪਰ ਯੂਐਸ ਦੀਆਂ ਜਿਹੜੀਆਂ ਜੀ ਕੰਪਨੀਆਂ ਹੈਗੀਆਂ ਜਪਾਨ ਸਾਹਿਬ ਨੇ 11 ਦੀ ਗੱਲਬਾਤ ਕਰੀਏ ਆਨ ਰੂਟ ਉੱਥੇ ਬਣਨੇ ਆ ਜਿੱਦਾਂ ਹਰ ਇੱਕ 50 80 ਕਿਲੋਮੀਟਰ ਤੋਂ ਬਾਅਦ ਆਨ ਰੂਟ ਬਣਾਇਆ ਕਰਨੇ ਨੇ ਜਿਵੇਂ ਆਪਾਂ ਇੱਥੇ ਆਪਣੇ ਹਾਈਵੇਜ਼ ਦੇ ਉੱਤੇ ਦੇਖਦੇ ਆ ਸੋ ਉਹ ਸਾਰਾ ਪਲਾਨ ਆਲਰੇਡੀ ਹੋ ਚੁੱਕਾ ਆ ਤੇ ਪੰਜਾਬ ਕਿਉਂਕਿ ਆਪਣੀ ਬਾਰਡਰ ਸਟੇਟ ਹੈਗੀ ਆ ਇੱਥੇ ਵੱਡੇ ਵੱਡੇ ਜਿਹੜੇ ਵੇਅਰ ਹਾਊਸ ਆ ਉਹਨਾਂ ਦਾ ਬਣਨਾ ਲਾਜ਼ਮੀ ਹੈਗਾ ਹੈ ਬਣਨੇ ਪੈਣੇ ਆ ਇੱਥੇ ਔਰ ਉਸ ਤੋਂ ਬਾਅਦ ਫਿਰ ਰੋਜ਼ਗਾਰ ਦੇ ਸਾਧਨ ਇਨਵੈਸਟਮੈਂਟਾਂ ਦੇ ਸਾਧਨ ਜਿਹੜੇ ਜੀ ਹੋਣੇ ਆ ਤੇ ਕਾਰਪੋਰੇਟ ਘਰਾਣਿਆਂ ਨੂੰ ਇਸ ਵੇਲੇ ਜ਼ਮੀਨਾਂ ਦੀ ਬਹੁਤ ਜ਼ਿਆਦਾ ਲੋੜ ਆ ਆਪਾਂ ਪਹਿਲਾਂ ਜ਼ਿਕਰ ਕਰਦੇ ਹੁੰਦੇ ਸੀ ਕਿ ਜੇ ਆਪਾਂ ਟਿਕਰੀ ਬਾਦਲ ਬਾਰਡਰ ਦੇ ਉੱਤੇ ਜਾ ਕੇ ਆਪਣੀਆਂ ਜ਼ਮੀਨਾਂ ਦੇ ਲਈ ਉੱਥੇ ਸੰਘਰਸ਼ ਕੀਤਾ ਕਿ ਸਾਡੇ ਤੋਂ ਸਾਡੀਆਂ ਜ਼ਮੀਨਾਂ ਖੋਈਆਂ ਜਾਣੀਆਂ ਨੇ ਲੇਕਿਨ ਜੇ ਦੂਜੇ ਪਾਸੇ ਗੱਲਬਾਤ ਕਰੀਏ ਤੇ ਆਪਾਂ ਅੱਜ ਜਿਹੜੀਆਂ ਜੀ ਤੁਸੀਂ ਹਾਈਵੇ ਦੇ ਉੱਤੇ ਜਾ ਕੇ ਦੇਖੋ ਫੋਰ ਸੇਲ ਦੇ ਵਿਕਾਊ ਦੇ ਬੋਰਡ ਜਿਹੜੇ ਹੈਗੇ ਜੀ ਉਹ ਲੱਗੇ ਹੋਏ ਨੇ ਆਲਮੋਸਟ ਜਿੰਨਾ ਵੀ ਹਾਈਵੇ ਬਣ ਰਹੇ ਹੈਗੇ ਨੇ ਚਾਹੇ ਨਵੇਂ ਬਣਦੇ ਆ ਪੁਰਾਣੇ ਬਣਦੇ ਆ ਲੋਕਾਂ ਦਾ ਮੰਨਣਾ ਹੈਗਾ ਕਿ ਆਪਣੀਆਂ ਜ਼ਮੀਨਾਂ ਦਾ ਜਦੋਂ ਵੱਧ ਵੱਧ ਜਿਹੜਾ ਹੈਗਾ ਜੀ ਮੁੱਲ ਲਦਾ ਤੇ ਆਪਾਂ ਉਹਨੂੰ ਵੇਚ ਕੇ ਕਿਤੇ ਨਾ ਕਿਤੇ ਬਾਹਰ ਇਨਵੈਸਟ ਕਰ ਦਈਏ ਇਹ ਕਿਤੇ ਨਾ ਕਿਤੇ ਸਾਡੀ ਦੂਰ ਇੰਦੇਸ਼ੀ ਦੀ ਜਿਹੜੀ ਹੈ ਜੀ ਉਹ ਕਮੀ ਆ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਥੋੜਾ ਜਿਹਾ ਹੋਰ ਜਾਗਰੂਕਤਾ ਹੋ ਜਾਵੇਗੀ ਜਾਂ ਫਿਰ ਜਿਹੜੇ ਲੋਕ ਇਕਨੋਮਿਕਸ ਨੂੰ ਸਮਝਦੇ ਹੈਗੇ ਨੇ ਆਪਾਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਤੋਂ ਕਿਸੇ ਨਾ ਕਿਸੇ ਇਕਨੋਮਿਕਸ ਨੂੰ ਬੁਲਾ ਕੇ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਜੀ ਭਵਨ ਜੀ ਇਸੇ ਤਰੀਕੇ ਨਾਲ ਆਪਾਂ ਆਡੀਅנס ਨੂੰ ਵੀ ਆਪਣੀ ਦੱਸ ਜੀ ਵੀ ਜੇ ਕਿਸੇ ਨੇ ਆਪਣੇ ਨਾਲ ਆਪਣੇ ਸਾਡੇ ਨਾਲ ਆਪਣੇ ਵਿਊਜ਼ ਸਾਂਝੇ ਕਰਨੇ ਨੇ ਤਾਂ ਉਹ 905 799 09999 ਤੇ ਸਟਨਰ ਸਾਨੂੰ ਕਾਲ ਕਰਕੇ ਆਪਣੇ ਵੀਜ਼ਾ ਸ਼ੇਅਰ ਕਰ ਸਕਦੇ ਨੇ ਤੇ ਪਵਨ ਜੀ ਹੁਣੇ ਆਪਾਂ ਗੱਲ ਕਰਦੇ ਬੇਸਿਸ ਸਟੂਡੈਂਟਸ ਜੀ ਤੇ ਮੈਨੂੰ ਇਹ ਪੁੱਛਣਾ ਆ ਵੀ ਜਿੱਦਾਂ ਤੁਸੀਂ ਡੀਲ ਕਰਦੇ ਹੋ ਅਲੱਗ-ਅਲੱਗ ਲੋਕਾਂ ਨਾਲ ਸਟੂਡੈਂਟਸ ਨਾਲ ਡੀਲ ਕਰਦੇ ਹੋ ਤੁਹਾਡੇ ਅਕੋਰਡਿੰਗ ਕੀ ਲੇਟੈਸਟ ਅਪਡੇਟ ਆ ਵੀ ਕਿੰਨੇ ਸਟੂਡੈਂਟਸ ਇਸ ਵਾਰ ਆ ਰਹੇ ਨੇ ਤੇ ਕਿੰਨੇ ਘਟੇ ਨੇ ਇਹ ਜਿੰਸ ਹੁੰਦੇ ਨਾਲ ਅ ਰਮਨ ਅਜੇ ਬਿਲਕੁਲ ਬਹੁਤ ਹੀ ਫਰੈਸ਼ ਅਪਡੇਟ ਹੈਗੀ ਆ ਐਵਰੇਜ ਸਾਨੂੰ ਪਤਾ ਹੈ ਕਿ ਤਕਰੀਬਨ 올 ਓਵਰ ਵਰਲਡ ਤੋਂ ਕੈਨੇਡਾ ਦੇ ਵਿੱਚ ਤਕਰੀਬਨ 7 ਤੋਂ 8 ਲੱਖ ਜਿਹੜਾ ਹੈਗਾ ਸਟੂਡੈਂਟ ਉਹ ਆ ਜਾਂਦਾ ਅ ਪੰਜਾਬ ਦੀ ਔਰ ਜੇ ਖਾਸ ਕਰਕੇ ਇੰਡੀਆ ਦੀ ਗੱਲ ਕਰੀਏ ਤਕਰੀਬਨ ਹਰ ਇੱਕ ਇੰਟੇਕ ਦੇ ਵਿੱਚ 7 ਤੋਂ 8 ਸਾਲ ਸਾਲ ਦੇ ਵਿੱਚ ਇੱਕ ਸਾਲ ਦੇ ਵਿੱਚ ਹਾਂਜੀ ਤੇ ਇੱਕ ਸਾਲ ਦੇ ਵਿੱਚ 3 ਇੰਟੇਕ ਹੁੰਦੀਆਂ ਜੀ ਇੱਕ ਜਨਵਰੀ ਇੰਟੇਕ ਹੁੰਦੀ ਆ ਮਈ ਇੰਟੇਕ ਹੁੰਦੀ ਆ ਤੇ ਸਪਟੰਬਰ ਇਨਟੇਕ ਸਪਟੰਬਰ ਇਨਟੇਕ ਜਿਹੜੀ ਹੈ ਜਿਹ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਹੁੰਦੀ ਹੈ ਜਿਹਦੇ ਵਿੱਚ ਬਹੁਤ ਜ਼ਿਆਦਾ ਸਟੂਡੈਂਟ ਆਉਂਦਾ ਹੈਗਾ ਤੇ ਜਨੂਅਰੀ ਤੇ ਜਿਹੜੀ ਆਪਣੀ ਮਈ ਇਨਟੇਕ ਆ ਇਹ ਥੋੜੀਆਂ ਜੀਆਂ ਛੋਟੀਆਂ ਇਨਟੇਕਸ ਹੁੰਦੀਆਂ ਨੇ ਮੇਨ ਕਲਾਸਾਂ ਜਿਹੜੀਆਂ ਆਪਣੇ ਕੈਨੇਡਾ ਦਾ ਜਿਹੜਾ ਸਟੱਡੀ ਸਿਸਟਮ ਹੈਗਾ ਉਹ ਸਪਟੰਬਰ ਤੋਂ ਸਟਾਰਟ ਹੁੰਦਾ ਜਿਵੇਂ ਆਪਣੇ ਇੰਡੀਆ ਦੇ ਵਿੱਚ ਮਾਰਚ ਤੋਂ ਕਲਾਸਾਂ ਚੱਲਦੀਆਂ ਨੇ ਇੱਥੇ ਸਪਟੰਬਰ ਤੋਂ ਕਲਾਸਾਂ ਜਿਹੜੀਆਂ ਨਵੀਆਂ ਕਲਾਸਾਂ ਉਹ ਸ਼ੁਰੂ ਹੁੰਦੀਆਂ ਨੇ ਸੋ ਫਰਕ ਤਾਂ ਜ਼ਰੂਰ ਪਾਊਗਾ ਜੀ ਔਰ ਪਰ ਮੈਂ ਇਹਨੂੰ ਦੂਜੇ ਪਾਸੇ ਦੇਖਦਾ ਕਿਉਂਕਿ ਦੇ ਉਹ ਉਹ ਕਿਤੇ ਨਾ ਕਿਤੇ ਫਿਰ ਹੀਲਾ ਕਰੂਗਾ ਇਹ ਮਾ ਮਾਪੇ ਭਾਵੇਂ ਤੰਗ ਹੋਣਗੇ ਜਾਂ ਹੋਰ ਜਿੱਥੇ ਅੱਗੇ ਦੋ ਖੇਤ ਗਹਿਣੇ ਰੱਖਣੇ ਸੀਗੇ ਹੁਣ ਤਿੰਨ ਰੱਖਣਗੇ ਕਿਤੇ ਨਾ ਕਿਤੇ ਹੀਲਾ ਤਾਂ ਕਰਨਗੇ ਪਰ ਇਹ ਸਰਕਾਰ ਦੇ ਲਈ ਮੈਂ ਕਹਿੰਦਾ ਕਿ ਜਿਹੜਾ ਇਹ ਕੈਨੇਡੀਅਨ ਗਵਰਨਮੈਂਟ ਔਰ ਕੈਨੇਡੀਅਨ ਸਕੂਲਸ ਜਿਹੜੇ ਹੈਗੇ ਨੇ ਕਾਲਜੇਸ ਖਾਸ ਕਰਕੇ ਜਿਨ੍ਹਾਂ ਦੇ ਵਿੱਚ ਬੱਚੇ ਪੜ੍ਹਨ ਦੇ ਲਈ ਆਉਂਦੇ ਨੇ ਉਹਨਾਂ ਲਈ ਤਾਂ ਫਾਇਦੇ ਵਾਲਾ ਹੀ ਸੌਦਾ ਆ ਔਰ ਜਿਹੜੀਆਂ ਇੱਥੇ ਦੀਆਂ ਬੈਂਕਾਂ ਨੇ ਉਹਨਾਂ ਨੂੰ ਫਰੀ ਦੇ ਵਿੱਚ ਦੇਖੋ ਬਿਲੀਅਨਸ ਆਫ ਡਾਲਰ ਹੈਗਾ ਆ ਉਹ ਮਿਲ ਜਾਣਾ ਕਈ ਇਹੋ ਜਿਹੀਆਂ ਬੈਂਕਾਂ ਨੇ ਜਿਹੜੀਆਂ ਬੈਂਕਾਂ 2013-14 ਤੋਂ ਪਹਿਲਾਂ ਉਹਨਾਂ ਦੇ ਜਿਹੜੇ ਜੀ ਇੰਨੇ ਜ਼ਿਆਦਾ ਵਧੀਆ ਫੰਡਸ ਨਹੀਂ ਹੁੰਦੇ ਸੀਗੇ ਔਰ ਉਹਨਾਂ ਦੇ ਜ਼ਿਆਦਾ ਸ਼ੇਅਰ ਵੀ ਇੰਨੇ ਵਧੀਆ ਨਹੀਂ ਸੀਗੇ ਲੇਕਿਨ ਜਦੋਂ ਇਹ ਚੀਜ਼ 10000 ਪ੍ਰਾਲੀ ਵੀ ਸ਼ੁਰੂ ਹੋਈ ਸੀ ਨਾ ਤਕਰੀਬਨ ਰਮਨ 2000 ਇਹ 14 ਕ ਦੇ ਆਸ-ਪਾਸ ਪ੍ਰੋਗਰਾਮ ਜ਼ਿਆਦਾ ਚੱਲਿਆ ਸੀਗਾ ਇਹਨੂੰ ਕਹਿੰਦੇ ਸਟੂਡੈਂਟ ਪਾਰਟਨਰਸ਼ਿਪ ਪ੍ਰੋਗਰਾਮ ਸਟੂਡੈਂਟ ਪਾਰਟਨਰਸ਼ਿਪ ਪ੍ਰੋਗਰਾਮ ਦੇ ਵਿੱਚ ਇਹੀ ਚੀਜ਼ ਚੱਲੀ ਸੀ ਕਿ ਠੀਕ ਹੈ ਤੁਸੀਂ 10000 ਦੀ ਜੀਆਈਸੀ ਰੱਖੋ ਆਪਣੀ ਇੱਕ ਸਮੈਸਟਰ ਦੀ ਫੀਸ ਤਾਰੋ ਤੇ ਤੁਸੀਂ ਆਪਣਾ ਵੀਜ਼ਾ ਜਿਹੜਾ ਹੈਗਾ ਆ ਉਹ ਐਕਸਪ੍ਰੈਸ ਦੇ ਵਿੱਚ ਲਵਾ ਸਕਦੇ ਹੋ ਜਲਦੀ ਲਵਾ ਸਕਦੇ ਹੋ ਤੁਹਾਨੂੰ ਪੁਰਾਣੇ ਫੰਡ ਸ਼ੋਅ ਕਰਨ ਦੀ ਲੋੜ ਨਹੀਂ ਜਿੱਦਾਂ ਆਸਟ੍ਰੇਲੀਆ ਦੇ ਵਿੱਚ ਸਾਨੂੰ 25-25 ਲੱਖ ਦੀਆਂ ਐਫ. ਡੀ.ਆਂ ਜਿਹੜੀਆਂ ਜੇ ਉਹ ਸ਼ੁਰੂ ਅਸ਼ੋਅ ਕਰਾਉਣੀ ਆ ਪੈਂਦੀਆਂ ਸੀਗੀਆਂ ਤੇ ਇਸ ਕਰਕੇ ਇਹ ਜਿਹੜਾ ਪ੍ਰੋਗਰਾਮ ਹੈ ਜੀ ਕਾਫੀ ਵਿਕਸਿਤ ਹੋਇਆ ਤੇ ਹੁਣ ਇਹ 20000 ਜਿਹੜਾ ਹੈਗਾ ਜੀ ਔਨ ਕਰਕੇ ਤੁਸੀਂ ਦੇਖੋ ਕਿ ਬੈਂਕਾਂ ਦੇ ਕੋਲ ਕਿੰਨਾ ਜ਼ਿਆਦਾ ਫੰਡ ਜਿਹੜਾ ਹੈਗਾ ਜੀ ਹੋ ਜਾਣਾ ਹੈਗਾ ਤੇ ਸਾਡੇ ਨਾਲੇ ਆਪਣੇ ਇੱਕ ਕਾਲਰ ਜੁੜੇ ਨੇ ਜੀ ਆਪਾਂ ਉਹਨਾਂ ਦਾ ਵੀ ਸਵਾਗਤ ਹੈ ਤੁਸੀਂ ਰੇਡੀਓ ਦੀ ਆਵਾਜ਼ ਕੱਟ ਤ ਤੁਸੀਂ ਬੰਦੇ ਰਹਿ ਗਿਓ ਜੀ ਹਾਂਜੀ ਮੇਰਾ ਮੇਰਾ ਤਾਂ ਰੇਡੀਓ ਬੰਦਾ ਜੀ ਹਾਂਜੀ ਹਾਂਜੀ ਨੇ ਹੁਣ ਠੀਕ ਆ ਰਹੀ ਏ ਜੇ ਬੱਸ ਹਾਂਜੀ ਹਾਂਜੀ ਤੇ ਮੈਂ ਕਿਹਾ ਸੱਸੀ ਕਾਲ ਜੀ ਸਾਰਿਆਂ ਨੂੰ ਜਣ ਵਾਲੇ ਵੀ ਤੁਹਾਨੂੰ ਸੱਸੀ ਕਾਲ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਕੱਲ ਬਾਤ ਚੱਲ ਰਹੀ ਏ ਤੁਹਾਡੀ ਥੈਂਕ ਯੂ ਜੀ ਵਧੀਆ ਲੱਗਾ ਸੁਣ ਕੇ ਤੇ 10000 ਤੋਂ ਦੇਖ ਲਓ ਜੀ ਸਿੱਧਾ ਹੀ ਆਵਾਜ਼ ਮੇਰੀ ਮੈਨੂੰ ਸੁਣੀ ਜਾਂਦੀ ਜੀ ਮੇਰਾ ਤਾਂ ਰੇਡੀਓ ਬੰਦਾ ਜੀ ਹੈਲੋ ਹੈਲੋ ਪਵਨ ਜੀ ਹਾਂਜੀ ਹਾਂਜੀ ਮੈਂ ਮੈਂ ਤਾਂ ਹੀ ਆਪਣਾ ਮਾਈਕ ਬੰਦ ਕੀਤਾ ਕਿ ਮੈਂ ਕਿ ਤੁਹਾਨੂੰ ਆਪਣੀ ਇਕੋ ਹਾਂਜੀ ਕਰੋ ਗੱਲ ਹਾਂਜੀ ਹਾਂਜੀ ਹੁਣ ਠੀਕ ਆ ਜੀ ਹੁਣ ਠੀਕ ਆ ਮੈਂ ਕਿਹਾ ਦੇਖ ਲਓ 10000 ਤੋਂ 205600 ਕਿੰਨੇ 35 ਕਰ ਦਿੱਤੇ ਹੁਣ ਜੀ ਹਾਂਜੀ ਹਾਂਜੀ ਬਹੁਤ ਮਾੜਾ ਹੋਇਆ ਜੀ ਬਹੁਤ ਮਾੜਾ ਹੋਇਆ ਤੇ ਐਦਾਂ ਹੋਣਾ ਨਹੀਂ ਚਾਹੀਦਾ ਜੀ ਬੈਠੇ ਹੁਣ ਤੇ ਚਲੋ ਜ਼ੋਰ ਤਾਂ ਨਹੀਂ ਲਾਣਾ ਹੀ ਆ ਅੰਗਰੇਜ਼ਾਂ ਤਾਂ ਜਾਂਦੇ ਐਥੇ ਸਟੂਡੈਂਟ ਪਹਿਲਾਂ ਆਉਂਦੇ ਹੀ ਨਹੀਂ ਸੀ ਪਹਿਲਾਂ ਉੱਧਰ ਜਾਂਦੇ ਸੀ ਨਿਊਜ਼ੀਲੈਂਡ ਵਗੈਰਾ ਨਿਊਜ਼ੀਲੈਂਡ ਵਗੈਰਾ ਆਸਟ੍ਰੇਲੀਆ ਹਾਂਜੀ ਤੇ ਆ ਐਨੀ ਫੀਸ ਵਧਾ ਕੇ ਜੀ ਇਹ ਵੀ ਇੱਕ ਕਿਸਮ ਦਾ ਜੁਰਮ ਹੈ ਜੀ ਜੀ ਬਿਲਕੁਲ ਔਰ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਕਿਉਂ ਕਿ ਹੁਣ ਅਗਲੇ ਨਾਲ ਵੀ ਕੁਝ ਨਾ ਕੋ ਕਰਨਾ ਹੀ ਹੈ ਜੀ ਐਤੋਂ ਹੁਣ ਉਹ ਗਿਆ ਸੀ ਉਹਦਾ ਜਾਜ ਖਰਾਬ ਹੋ ਗਿਆ ਵੀ ਹੋ ਗਿਆ ਜੀ ਤਾਂ ਜਾਜ ਐਨੇ ਦਿਨ ਵਿਚਾਰਾ ਟੁੱਟੋ ਉੱਤੇ ਬੈਠਾ ਰਿਆ ਔਰ ਟੁੱਟੋ ਦੇ ਵੀ ਕੋਈ ਸਟੈਪ ਲੈਣਾ ਹੀ ਹੈ ਕਿਸੇ ਪਾਸੇ ਨੂੰ ਤੇ ਬਾਕੀ ਵਿਚਾਰਾ ਆਪੋ ਆਪਣੇ ਜੀ ਸਾਰਿਆਂ ਦੇ ਬਹੁਤ ਬਹੁਤ ਮਿਹਰਬਾਨੀ ਜੀ ਥੈਂਕ ਯੂ ਤੁਸੀਂ ਥੈਂਕ ਯੂ ਜੀ ਥੈਂਕ ਯੂ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਧੰਨਵਾਦ ਜੀ ਬਹੁਤ ਵਧੀਆ ਵਿਚਾਰ ਜਿਹੜੇ ਹੈਗੇ ਆ ਦੇਖੋ ਹੁੰਦਾ ਤਾਂ ਇਹੀ ਆ ਜੇ ਹੁਣ ਕਿਉਂਕਿ ਚੱਲ ਰਿਹਾ ਸੀਗਾ ਪਿਛਲੇ ਸਾਲ ਤੋਂ ਆ ਆਪਾਂ ਆਮ ਸੁਣਦੇ ਸੀਗੇ ਰਮਨ ਭਾਈ ਇੱਥੇ ਕੰਮ ਹੈ ਨਹੀਂ ਇੰਟਰਨੈਸ਼ਨਲ ਸਟੂਡੈਂਟ ਨੂੰ ਕੰਮ ਨਹੀਂ ਮਿਲਦਾ ਪਿਆ ਔਰ ਅਕਮੋਡੇਸ਼ਨ ਨਹੀਂ ਮਿਲਦੀ ਰਹਿਣ ਨੂੰ ਜਗ੍ਹਾ ਨਹੀਂ ਮਿਲਦੀ ਪਈ ਤੁਸੀਂ ਇੱਥੇ ਦੀ ਤਾਂ ਆਪਾਂ ਚਲੋ ਬ੍ਰੈਂਟਨ ਮਿਸਿਸ ਆਗਾ ਦੇ ਵਿੱਚ ਤੇ ਚੀਜ਼ਾਂ ਮੈਨੇਜ ਕਰ ਲੈਨੇ ਆ ਤੁਸੀਂ ਮੜਾ ਜਾਂ ਕਿਸੇ ਨੂੰ ਬਾਹਰ ਫੋਨ ਕਰਕੇ ਦੇਖੋ ਜਿੱਦਾਂ ਜਿੱਥੋਂ ਇੱਥੇ 100 150 ਕਿਲੋਮੀਟਰ ਕੋਈ ਸ਼ਹਿ ਉੱਥੇ ਤਾਂ ਰਹਿਣ ਦੇ ਵੀ ਬਹੁਤ ਵੱਡੀ ਪ੍ਰੋਬਲਮ ਆ ਲੋਕਾਂ ਨੂੰ ਸਟੂਡੈਂਟਸ ਨੂੰ ਇੱਥੇ ਆਉਣ ਤੋਂ ਬਾਅਦ ਰਹਿਣ ਦੇ ਲਈ ਘਰ ਨਹੀਂ ਮਿਲਦੇ ਪਿਛਲੀ ਵਾਰੀ ਵੀ ਇਹਨਾਂ ਸਮਿਆਂ ਦੇ ਵਿੱਚ ਲੋਕਾਂ ਨੇ ਉਹ ਸਟੂਡੈਂਟਾਂ ਨੂੰ ਧਰਨੇ ਲਾਉਣੇ ਪਏ ਸੀਗੇ ਕਾਲਜ ਦੇ ਬਾਹਰ ਤੇ ਕਾਲਜ ਨੇ ਪਹਿਲਾਂ ਤਾਂ ਉਹਨਾਂ ਦੀ ਚਲੋ ਗੱਲ ਮੰਨ ਲਈ ਫਿਰ ਉਹਨਾਂ ਨੇ ਆਪਣੀ ਜਿਹੜਾ ਹੈਗਾ ਜੀ ਨੋਟੀਫਿਕੇਸ਼ਨ ਦੇ ਵਿੱਚ ਇਹ ਗੱਲ ਕਹੀ ਵੀ ਜੇ ਤਾਂ ਤੁਸੀਂ ਪਹਿਲਾਂ ਤੋਂ ਕਾਲਜ ਦੇ ਅੰਦਰ ਜਿਹੜੀ ਹੈਗੀ ਆ ਜੀ ਅਕਮੋਡੇਸ਼ਨ ਲੈ ਕੇ ਆਉਨੇ ਹੈਗੇ ਹੋ ਤਾਂ 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 ਠੀਕ ਆ ਵਰਨਾ ਸਾਡੀ ਜ਼ਿੰਮੇਵਾਰੀ ਨਹੀਂ ਹੈਗੀ ਅਕਮੋਡੇਸ਼ਨ ਦੇਣਾ ਤੁਹਾਨੂੰ ਤੋ ਇਹ ਕਮੋਡੇਸ਼ਨ ਆਪਣੀ ਆਪ ਲੱਭਣੀ ਹੈਗੀ ਆ ਇੱਥੇ ਕਾਲਜ ਦੇ ਬਾਹਰ ਧਰਨੇ ਲਾ ਕੇ ਨਹੀਂ ਤੁਹਾਨੂੰ ਕਮੋਡੇਸ਼ਨ ਮਿਲਣੀ ਸੋ ਕਾਲਜ ਆਪਾਂ ਨੂੰ ਇਹ ਗੱਲਾਂ ਨੂੰ ਸਮਝਣਾ ਪਊਗਾ ਕਿ ਜਾਂ ਤਾਂ ਪੇਰੈਂਟਸ ਨੂੰ ਸਮਝਣਾ ਪਊਗਾ ਕਿ ਜੇ ਤੁਸੀਂ ਹਰ ਚੀਜ਼ ਨੂੰ ਮੰਨਦੇ ਹੈਗੇ ਹੋ ਕਿ ਇਹ ਚੀਜ਼ ਹੋਣੀ ਚਾਹੀਦੀ ਆ ਤੇ ਉਹ ਚੀਜ਼ ਨੂੰ ਆਪਾਂ ਪਹਿਲਾਂ ਪੇ ਕਰਕੇ ਅਰੇਂਜ ਕਰਕੇ ਘਰੋਂ ਤੁਰੀਏ ਵੀ ਹਾਂ ਵੀ ਪਈ ਮੇਰੇ ਜੁਆਕ ਦੇ ਕੋਲ ਅਕੋਮੋਡੇਸ਼ਨ ਹੈਗੀ ਆ ਉਹ ਕਾਲਜ ਉਹਨੂੰ ਦੇ ਰਿਹਾ ਹੈ ਜਾਂ ਬਾਹਰੋਂ ਮਿਲ ਰਹੀ ਹੈਗੀ ਆ ਸੋ ਇਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜੀ ਕਾਰਨ ਉਹੀ ਬਣ ਰਿਹਾ ਕਿ ਕਿਤੇ ਨਾ ਕਿਤੇ ਜੀ ਸਾਡੇ ਨਾਲ ਹੋਰ ਕਾਲਰ ਜੁੜੇ ਨੇ ਜੀ ਸਵਾਗਤ ਹੈ ਤੁਹਾਡਾ ਵਤਨੋਂ ਦੂਰ ਦੇ ਵਿੱਚ ਹਾਂ ਜੀ ਠੀਕ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਜਿਹੜਾ ਤੁਹਾਡੀ ਉਹ ਗੱਲ ਚੱਲ ਰਹੀ ਸੀ ਨਾ ਜ਼ਮੀਨਾਂ ਬੀਤੇ ਮਾਈਗ੍ਰੇਸ਼ਨ ਔਰ ਸਾਰਾ ਕੁਛ ਵੀ ਉਹ ਹਾਈਵੇਜ਼ ਔਰ ਠੀਕ ਆ ਫੋਕਸ ਹੋ ਰਿਹਾ ਜੀ ਸਵਾਲ ਇਸ ਗੱਲ ਦਾ ਹੈ ਵੀ ਵੱਡੀ ਗੱਲ ਤਾਂ ਸਭ ਤੋਂ ਇਹ ਹੈ ਵੀ ਜਿਹੜੇ ਕਿਤਾ ਜਿਹੜੇ 10000 ਤੋਂ 2635 ਕਾਇਨ ਹੈ ਇਹ ਹੁਣ ਗੱਲ ਇਹ ਕੀ ਸਾਰੇ ਪੰਜਾਬ ਦਾ ਯੂਥ ਇੱਥੇ ਉਂ ਕਈ ਫਿਰ ਇਲਾਜ ਇਹੋ ਹੀ ਆ ਪੰਜਾਬ ਕੋਲੇ ਜੀ ਬਹੁਤ ਬਹੁਤ ਹਾਂਜੀ ਗੱਲ ਆ ਜੀ ਤੁਹਾਡੀ ਬਸ ਜੀ ਇਹ ਕੋਈ ਇਹ ਇਹ ਸੋਲੂਸ਼ਨ ਨਹੀਂ ਹੈਗਾ ਜੀ ਇਹ ਦੇਖੋ ਮੈਂ ਤਾਂ ਕਹਿੰਦਾ ਉਹ ਥੋੜੇ ਲੋਕ ਨੇ ਕੱਲ ਅਸੀਂ ਮੈਂ ਕਿਸੇ ਜਗ੍ਹਾ ਤੇ ਬੈਠਾ ਸੀ ਜ਼ਿਆਦਾ ਲੋਕ ਤਾਂ ਇਹਨੂੰ ਐਕਸੈਪਟ ਕਰ ਰਹੇ ਨੇ ਮੈਂ ਮੇਰੀ ਮੇਰਾ ਵੀ ਪੁਆਇੰਟ ਆ ਮੈਂ ਤਾਂ ਕਹਿੰਦਾ 30000 ਕਮਨੀ ਚਾਹੀਦੀ ਆ ਜੀ ਹਾਕੇ ਤੇ ਖੁਦਕਸ਼ੀਆਂ ਜਾਂ ਜਿਹੜਾ ਹੋਣ ਕੁਛ ਕੁੜੀਆਂ ਮੁੰਡਿਆਂ ਦਾ ਬੁਰਾ ਜਾਂ ਇੱਥੇ ਕੁਝ ਕੈਂਡੀ ਆ ਬਾਕੀ ਉਹ ਉਹ ਖਬਰਾਂ ਆ ਰਹੀਆਂ ਨੇ ਉਹ ਹੋਰ ਹੋਰ ਹੈ ਦਸ਼ੌਰਿਆਂ ਚ ਤਾਂ ਫਿਰ ਇਹ ਅਫਸਰ ਵਿੱਚ ਗੱਲ ਇਹ ਹੈ ਵੀ ਦੇਖੋ ਗੱਲ ਇਹ ਹੁੰਦੀ ਆ ਨਾ ਇਸ ਇੱਕ ਘਰ ਵਿੱਚ ਰਹਿਣਾ ਇੱਥੇ ਹਾਂਜੀ ਚਾਰ ਕਮਰੇ ਨੇ ਮੇਰੇ ਤਿੰਨ ਪੂਆ ਦੇ ਮੁੰਡੇ ਨੇ ਮੈਂ ਤੁਹਾਨੂੰ ਹਾਈਪੋਥੈਟਿਕਲੀ ਬਸ ਫਿਰ ਕੋਈ ਐਜ਼ ਐਗਜ਼ਾਮਪਲ ਦੇ ਤੌਰ ਤੇ ਹਾਂਜੀ ਅੱਛਾ ਦੋ ਮਾਮੇ ਦੇ ਮੁੰਡੇ ਨੇ ਪੰਜ ਜਨ ਨੂੰ ਕੋਈ ਨਾ ਕੋਈ ਮੈਂ ਹੈਲਪ ਚਾਹੀ ਵੀ ਆ ਉਹ ਮੈਂ ਕਰਨੀ ਵੀ ਚਾਹਉਨਾ ਕਿ ਮੇਰੇ ਵਾਸਤੇ ਜ਼ਿਆਦਾ ਐਪਰੋਪ੍ਰੀਏਟ ਇਹ ਹੈ ਨਹੀਂ ਕਿ ਨਾ ਉਹਨਾਂ ਦੀ ਉੱਥੇ ਹੈਲਪ ਕਰਕੇ ਉਹਨਾਂ ਨੂੰ ਅਸ਼ਭ ਕਰਾਂ ਜਾਂ ਇੱਥੇ ਸਾਬੇ ਬਮਾਂ ਤੇ ਆਪਣੇ ਘਰ ਵਿੱਚ ਜਿੱਥੇ ਚਾਰ ਕਮਰੇ ਨੇ ਤੇ ਮਤਲਬ ਅਸੀਂ ਚਾਰ ਇੱਥੇ ਮੈਂਬਰ ਆ ਪੰਜ ਉਹ ਆ ਜਾਂ ਤਾਂ ਸਾਡੇ ਬਾਅਦ ਇੱਕ ਇਹ ਫਿਰ ਮੁਸ਼ਕਲ ਹੋ ਜੇ ਹਾਂਜੀ ਜਿਹੜੇ ਹਾਲਾਤ ਜਿੰਨੇ ਮੁਰਕਾਂ ਨੇ ਹਾਲਾਤ ਆਪਣੇ ਆਪ ਦੇ ਇਹਨੇ ਖਰਾਬ ਕਰ ਲਏ ਤੇ ਉਹਨਾਂ ਨੂੰ ਹੁਣ ਜਦੋਂ ਹੋ ਗਏ ਤਾਂ ਸੁਧਾਰ ਤਾਂ ਉੱਥੇ ਸੁਧਾਰ ਹਮੇਸ਼ਾ ਉੱਥੇ ਹੋਇਆ ਕਰਦਾ ਹੁੰਦਾ ਹੈ ਮੂਵਮੈਂਟ ਹੈ ਜਿਹੜੀ ਇਹ ਇੱਕ ਹੱਦ ਤੱਕ ਠੀਕ ਹੁੰਦੀ ਹੈ ਨਾ ਕਿ ਐਨ ਐਨ ਮਾਸ ਜਿੰਨੇ ਕਹਿੰਦੇ ਸਾਰੀ ਉਸਾਈ ਦੁਨੀਆ ਇੱਕ ਪਾਸੇ ਤੁਰ ਜੇ ਉਹ ਕੋਈ ਉਹ ਉਹ ਸਹੀ ਹਾਲਾਤ ਨਹੀਂ ਹੁੰਦੇ ਜੀ ਜੀ ਬਿਲਕੁਲ ਵਾਜਿਬ ਗੱਲ ਹੈ ਜੀ ਤੁਹਾਡੀ ਹਾਂਜੀ ਉੱਤਕੜੇ ਉੱਤਕ ਜੰਗ ਦੇ ਹਾਲਾਤ ਹੁਮੇ ਨੇ ਜਿਸ ਤਰ੍ਹਾਂ ਹੁਣ ਹਾਵਾ ਉੱਥੇ ਗਾਜ਼ਾ ਪੱਟੀ ਤੋਂ ਹੋਰ ਈਜੀਪਟ ਵਿੱਚ ਉਹ ਪਰਮਾਨੈਂਟ ਤਾਂ ਹੁਣ ਇਹਨੇ ਬੰਦੇ ਲੱਖਾਂ ਨੂੰ ਉਹਨਾਂ ਦੇ ਇੱਕ ਸੰਭਾਲ ਨਹੀਂ ਸਕਣਾ ਹੈਗਾ ਕਿਸੇ ਵਕਤ ਉਹਨੂੰ ਰੀਸੈਟ ਕਰਨਾ ਪੈਣਾ ਹੈ ਜੀ ਅੱਛਾ ਦੂਜੀ ਗੱਲ ਸੀ ਜਦ ਮੈਂ ਤੁਸੀਂ ਕਹੇ ਜ਼ਮੀਨ ਵਾਲੀ ਗੱਲ ਜ਼ਮੀਨ ਦਾ ਤਾਂ ਕਿ ਖਰ ਅਸੀਂ ਵੀ ਬੇਚੀ ਸਾਰ ਨੂੰ ਬੇਤੀਆ ਜੇ ਹੁਣ ਮਹਿੰਗੀਆਂ ਹੋਣਗੀ ਅੱਜ ਜਿਨ੍ਹਾਂ ਨੂੰ ਉਹਨੂੰ ਚਾਹੀਦੇ ਨੇ ਠੀਕ ਨਾ ਇੱਕ 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 ਜਿਹੜਾ ਇਕਨੋਮਿਸਟਾਂ ਦਾ ਇੱਕ ਗਰੁੱਪ ਉਹਨਾਂ ਨੇ ਥਿੰਕ ਕੇ ਆ ਵੀ ਮੈਂ ਕਿ ਹੋ ਮਹਿੰਗਾ ਹੋਣੇ ਕਿਉਂਕਿ ਕਸ਼ਮੀਰ ਘਟ ਰਹੀ ਹੈ ਪਰ ਜਿਹੜਾ ਲਊਗਾ ਜਿਹੜਾ ਜ਼ਮੀਨ ਉਸ ਵਕਤ ਉਹ ਕਿਸ ਖਿਆਲ ਨਾਲ ਲਊਗਾ ਯੂਨੀਵਰਸਿਟੀ ਕਹਿੰਦੀ ਹੈ ਵੀ 8.5 ਲੱਖ ਤੋਂ ਏਕੜ ਜਿਹੜਾ ਇੱਕ ਉੱਪਰ ਖਰੀਦਣਾ ਤਾਂ ਐਗਰੀਕਲਚਰ ਦੇ ਵਾਸਤੇ ਹੋ ਮਤਲਬ ਉਹ ਉਹ ਮਤਲਬ ਉਹਨਾਂ ਕਹਿ ਰਿਹਾ ਵੀ ਉਹ ਠੀਕ ਨਹੀਂਗਾ ਹਾਂਜੀ ਜੀ 아이 ਤੋਂ 5 ਸਾਲ ਨੂੰ ਮੈਂ ਜ਼ਮੀਨ ਵੇਚਦਾ ਉਸ ਵਕਤ 80 ਰੁਪਈਆ ਦਾ ਡਾਲਰ ਹੋ ਜਾਂਦਾ ਮੇਰੇ ਪੱਲੇ ਤਾਂ ਬਰਾਬਰ ਹੀ ਮੇਰੇ ਖਿਆਲ ਮੁਸ਼ਕਲ ਨਹੀਂ ਉਹ ਉਸ ਅਮਾਉਂਟ ਦੇ ਫੇਰਾਉ ਹਮਣਾ ਪੇਮ ਜੀ ਬਿਲਕੁਲ ਔਰ ਦੇਖੋ ਗੱਲ ਤੇਹੀ ਹੈ ਨਾ ਜੀ ਜੀ ਹਾਂ ਜੀ ਹਾਂ ਤੁਸੀਂ ਸਿਕਾ ਪਾਰਟਿਸਪੀਟ ਕਰੋ ਮੇਰੀ ਗੱਲ ਨਾਲ ਵਿੱਚ ਥੋੜਾ ਜਿਹਾ ਨਾ ਦਖਲ ਦੇਵੋ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਦੇਖੋ ਬਿਲਕੁਲ ਤੁਹਾਡੀ ਗੱਲ ਦਰੁਸਤ ਹੈਗੀ ਆ ਔਰ ਆਪਾਂ ਇਸ ਗੱਲ ਨੂੰ ਸਮਝਦੇ ਆ ਕਿ ਇਹ ਇੱਕ ਪ੍ਰਵਾਸ ਆ ਜੇ ਪੂਰੇ ਦਾ ਪੂਰਾ ਪ੍ਰਵਾਸ ਆ ਔਰ ਜੇ ਕਿ ਆਪਾਂ ਉਥੇ ਪੰਜਾਬ ਦੇ ਕਾਲਜਾਂ ਦੀ ਗੱਲਬਾਤ ਕਰੀਏ ਪੰਜਾਬ ਦੇ ਕਾਲਜ ਜਿਹੜੇ ਜੀ ਅੱਜ ਖਾਲੀ ਪਏ ਨੇ ਔਰ ਵੱਡੇ ਵੱਡੇ ادارے ਜਿਨ੍ਹਾਂ ਦੇ ਵਿੱਚ ਆਪਾਂ ਚਾਹੇ ਹੁਣ ਜਲੰਧਰ ਦਾ ਖਾਲਸਾ ਕਾਲਜ ਬਹੁਤ ਮਸ਼ਹੂਰ ਰਿਹਾ ਆ ਉਹ ਅੱਜ ਖਾਲੀ ਖਾਲੀ ਨਜ਼ਰ ਆਉਂਦਾ ਤੇ ਕਿਉਂਕਿ ਪ੍ਰਵਾਸ ਤਾਂ ਸਾਰਾ ਇਧਰ ਨੂੰ ਆ ਰਿਹਾ आई ड नॉट हंदी हां ये ड नॉट जेड़े जे जेड़े सिर्फ ਸੀਨੀਅਰਸ ਉੱਤੇ ਰਹਿ ਜਾਣਗੇ ਜਾਂ ਉਹ ਬੰਦੇ ਰਹਿ ਜਾਣਗੇ ਜਿਹੜੇ ਜਿਹਨਾਂ ਦੀ ਪਹੁੰਚ ਹੈ ਨਹੀਂ ਜਿਹਦਾ ਮਤਲਬ ਅਸੀਂ ਅਸੀਂ ਇਹਦਾ ਮਤਲਬ ਅਸੀਂ ਉਹ ਕਲਾਸ ਉੱਤੇ ਛੱਡਿਆ ਵਾਂ ਕਿ ਜਿਹੜੀ ਮਤਲਬ ਵੋਕਲ ਨਹੀਂ ਜਿਹੜੀ ਐਫੀਸ਼ੀਐਂਟ ਨਹੀਂ ਜਾਂ ਜਿਹੜੀ ਇਕਨੋਮੀ ਕਰੇ ਵਾਇਬਲ ਨਹੀਂ ਅਸੀਂ ਇੱਕ ਇਸ ਲਈ ਉਹ ਕਲਾਸ ਉੱਤੇ ਫਿਰ ਪੰਜਾਬ ਦੇ ਵਿੱਚ ਰਹਿ ਕੀ ਗਿਆ ਫਿਰ ਜੀ ਬਿਲਕੁਲ ਬਿਲਕੁਲ ਇਹ ਇਹ ਦਰਦ ਜਾਇਜ਼ ਦਰਦ ਹੈ ਜੀ ਆਪਣਾ ਬਿਲਕੁਲ ਨਹੀਂ ਦਰਦ ਵੀ ਜਾਇਆ ਹੈ ਇਕਨੋਮਿਕ ਪੁਆਇੰਟ ਆਫ ਊ ਨਾਲ ਸਾਡੀ ਸਾਡੇ ਕੋਲ ਸਰਕਾਰਾਂ ਸਿਕੁਰਿਟੀ ਦਾ ਉਸ ਤਰ੍ਹਾਂ ਹੋਣ ਇਹਨਾਂ ਨੂੰ ਨਾ ਚਾਹੀਦਾ ਉੱਥੇ ਉੱਥੇ ਉਸ ਕਰਨ ਨੂੰ ਕਿਸੇ ਸਾਰੇ ਅਸਲ ਵਿੱਚ ਗੱਲ ਇਹ ਹੈ ਵੀ ਜਿਹੜੇ ਜਿਹੜੇ ਪੋਲੀਟੀਸ਼ੀਅਨ ਨੇ ਉਹਦਾ ਬਹੁਤ ਆਧ ਪਰ ਜਾਂ ਅਨ ਪਰ ਜਾਂ ਆਧ ਪਰ ਦਾ ਫਾਊਂਡੇਸ਼ਨ ਮੰਨਦਾ ਐਕਸਪਰਟਸ ਵੀ ਦਾ ਰਾਈ ਨਹੀਂ ਲਈ ਜਾਂਦੀ ਬਿਲਕੁਲ ਜੀ ਬਿਲਕੁਲ ਦੇਖੋ ਹੁਣ ਰਾਜਨੀਤੀ ਦੇ ਆਪਣੇ ਆਪ ਦੇ ਵਿੱਚ ਬਹੁਤ ਮੈਂ ਤੁਹਾਨੂੰ ਇੱਕ ਗੱਲ ਦੱਸਦਾ 1978 1969 ਵਿੱਚ ਜੋ ਟਾਈਮ ਮੈਗਜ਼ੀਨ ਜਿਹੜਾ ਯੂ ਐਸ ਏ ਦਾ ਉਹਦੇ ਵਿੱਚ ਛਪਿਆ ਸੀ ਕਿ ਪੰਜਾਬ ਵਿੱਚ ਆਉਂਦੇ 10 20 ਸਾਲਾਂ 25 ਸਾਲਾਂ ਵਿੱਚ ਪਾਣੀ ਦਾ ਬਹੁਤ ਵੱਡੀ ਸਮੱਸਿਆ ਪੈਦਾ ਹੋ ਜਾਏਗੀ ਨਾਰਥਰਨ ਇੰਡੀਆ ਵਿੱਚ ਜਿਹੜਾ ਜਿਹੜਾ ਫੂਡ ਗ੍ਰੇਨ ਬਾਸਕਟ ਹੈ ਉੱਥੇ ਪਾਣੀ ਇਹ ਜੇ ਮੈਨੂੰ ਪਤਾ ਹੈ 1978 ਤੱਕ ਕਿਸ ਸਰਕਾਰ ਨੂੰ ਨਹੀਂ ਪਤਾ ਸੀਗਾ ਹਾਂਜੀ ਹਾਂਜੀ ਪਤਾ ਸੀ ਮੈਂ ਇੱਕ ਗੱਲ ਕਰੀ ਆ ਇੱਕ ਐਕਸ਼ਨ ਮੇਰੇ ਦੋਸਤ ਨੇ ਮਖਾ ਜਦ ਤੁਸੀਂ ਇਹਨੇ ਨੰਬਰ ਦੇ ਰਹੇ ਮੈਂ ਪ੍ਰਾਇੋਰਟੀ ਤੇ ਹਾਂਜੀ ਤੁਸੀਂ ਥੋੜੇ ਮਖਾ ਬਿਜਲੀ ਬੋਰਡ ਕੋਲੇ ਜੀਓਲੋਜੀਸਟ ਦੀ ਪੋਸਟ ਹੈ ਔਰ ਕਹਿੰਦਾ ਉਹ ਕੀ ਕਰਨਾ ਮਹੋ ਦਾ ਕਰਨਾ ਵੀ ਇਹ ਮੈਂ 10 ਮਹਿਮਾਨ ਆਪਣੇ ਘਰ ਸਾਧਨੇ ਹਾਂਜੀ ਸ਼ਾਮ ਨੂੰ 10 ਮਹਿਮਾਨ ਆਹੋਗੇ ਫਿਰ ਮੈਨੂੰ ਮੇਰੇ ਘਰ ਵਾਲੀ ਨੇ ਸ਼ਾਮ ਨੂੰ ਦਸਿਆ ਵੀ ਪਿੱਪੇ ਚ ਹੱਥ ਮਾਰ ਕੇ 8:00 ਤੱਕ ਹੀ 1:30 ਕਿ ਲੋਈ ਆ ਜੀ 9:00 ਵੱਜ ਗਏ ਮਹਿਮਾਨ ਦਾਫ ਹੋ ਗਏ ਪੰਜ ਅਸੀਂ ਘਰ ਦਾ 15 ਬੰਦੇ ਨੇ ਆਟਾ ਪੁੱਪੇ ਚ ਹੈ ਨਹੀਂ ਇਹਨਾਂ ਆਟਾ ਦਾ ਪਹਿਲਾਂ ਦੇਖ ਦੈਂਟ ਦੇਖਣਾ ਚਾਹੀਦਾ ਬਿਲਕੁਲ 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 ਗੱਲ ਤੁਹਾਡੀ ਹਾਂਜੀ ਹਾਂਜੀ ਤੁਸੀਂ ਜਿਹੜਾ ਇਸ਼ਾਰਾ ਕਰ ਰਹੇ ਹੋ ਗੱਲ ਬਹੁਤ ਸਿਆਣੀ ਹੈ ਜੀ ਡੂੰਗੀ ਗੱਲ ਇਹਨਾਂ ਨੂੰ ਮੈਂ ਤੁਸੀਂ ਜਿਹੜੇ 15 ਲੱਖ ਟਿਊਬਲ ਦੇ ਤੁਸੀਂ ਹੀਟ ਦੇ ਪਾਣੀ ਦਾ ਹੋਰੋਂ ਮੇਰੇ ਦੋਸਤ ਬਣੇ ਹੋਏ ਨੇ 15 ਸਾਲ ਹੋ ਗਏ 20 ਸਾਲ ਹੋ ਗਏ ਸ਼ਾਇਦ ਮੈਨੂੰ ਯਾਦ ਆ ਇੱਥੇ ਮੈਨੂੰ 33 ਮਸਾ 33 ਹੋ ਜਾਣਾ ਹੈ 28 ਤਰੀਕ ਨੂੰ ਐਸਆਈ ਨੂੰ ਇਹ ਇਹਨਾਂ ਨੂੰ ਪਤਾ ਨਹੀਂ ਉਹਨਾਂ ਨੂੰ ਪਤਾ ਸਭ ਕੁਝ ਇਹ ਸਾਰਾ ਕੁਝ ਉਹ ਕਰ ਰਹੇ ਨੇ ਅੱਛਾ 1972 ਵਿੱਚ ਤੁਹਾਨੂੰ ਥੋੜਾ ਜਿਹਾ ਟਾਈਮ ਬੋਲੋ ਜੀ ਤੁਸੀਂ ਗੱਲ ਨੂੰ ਸ਼ਾਰਟ ਕਰ ਲਿਆ ਆਪਣੇ ਦੋ ਕਾਲਰ ਹੋਰ ਹੋਰ ਔਨ ਔਨ ਏਅਰ ਹੈਗੇ ਨੇ ਜੀ ਆਪਾਂ ਤੁਹਾਡੀ ਗੱਲ ਬਹੁਤ ਬੜੀ ਬੜੀ ਵਾਜਬ ਹੈ ਜੀ ਆਪਾਂ ਦੁਬਾਰਾ ਤੁਸੀਂ ਸਾਡੇ ਨਾਲ ਜ਼ਰੂਰ ਚਾਲੂ ਰੱਖਿਓ ਮੈਂ ਤੁਹਾਨੂੰ ਦਮੂਗੇ ਅਦਾ ਮੈਂ ਹਾਂਜੀ 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 ਤੁਸੀਂ ਕਨਕਲੂਡ ਕਰ ਲਓ 1972 ਵਿੱਚ ਮੇਰੀ ਡਿਊਟੀ ਲੱਗੀ ਸੀ ਕਿਉਂਕਿ ਮੈਂ ਸਰਵਿਸਰ ਕਹਿਣਾ ਉਹ ਤੇ ਪੈਨਸ਼ਨ ਵੀ ਲੈਣਾ ਇੰਡੀਆ ਵਿੱਚ ਜੀ ਜੀ ਸੈਂਸਸ ਦੀ ਸੈਂਸਸ ਜਦ ਸਾਲੀਆ ਕੰਪਲੀਟ ਹੋਇਆ এপ্রিল 1971 ਵਿੱਚ ਇਹ ਡਾਟਾ ਬਣਿਆ ਕਿ ਇੰਡੀਆ ਦੀ ਪਾਪੂਲੇਸ਼ਨ ਵਿੱਚ 53 ਕਰੋੜ 74 ਲੱਖ 50 ਹਜ਼ਾਰ ਕੋਸ ਹੈ ਠੀਕ ਹੈ ਪੰਜ ਦੋ ਤਿੰਨ ਡਾਕਟਰਸ ਵੀ ਔਰ ਦੋ ਤਿੰਨ ਇਕਨੋਮਿਸਟਾਂ ਵੀ ਇਹ ਆਏ ਆਏ ਵੀ ਹੁਣ ਅਸੀਂ 500 ਮੀਡੀਅਨ ਤੋਂ ਵੱਧ ਗਏ ਆ 50 ਕਰੋੜ ਤੋਂ ਹੁਣ ਸਾਨੂੰ ਕੋਈ ਨਾ ਕੋਈ ਦਾ ਹੱਲ ਅਦਰਵਾਈਜ਼ ਸਾਡੀ ਇਕਨੋਮੀ ਬਹੁਤ ਤਬਾਹ ਹੋ ਜਾਏਗੀ ਔਰ ਸਾਡੀ ਸਿਹਤ ਤੇ ਵੀ ਫਰਕ ਪੈ ਜਾਏਗਾ ਸਿਹਤ ਵੀ ਸਾਡੀ ਠੀਕ ਨਹੀਂ ਐਮਪਲੋਇਮੈਂਟ ਵੀ ਨਹੀਂ ਜੀ ਕਿਸੇ ਨੇ ਹੁਣ ਉਹ ਇੰਨਾ ਸੱਠਾਂ ਸਾਬਾਂ ਵਿੱਚ ਮੈਂ ਜਾਤੋਂ ਦੇਖ ਰਿਹਾ ਹੁਣ ਅਸੀਂ ਦੇ ਬੀਬੀਨ ਦੇ ਨੇੜੇ ਪਹੁੰਚ ਗਏ ਕਿਸੇ ਨੇ ਪੁੱਛਿਆ ਹੀ ਨਹੀਂਗਾ ਇਹ ਕੱਟ ਅਸੀਂ ਕੋਈ ਕਰੀ ਨੇ ਕੁਝ ਰਹੇ ਹੈ ਜੀ ਬਿਲਕੁਲ ਹੋਰ ਬਹੁਤ ਵਧੀਆ ਤੁਸੀਂ ਜਿਹੜੇ ਹੈ ਜੀ ਵਿਦ ਫੈਕਟਸ ਮੈਨੂੰ ਬੜੀ ਤੁਹਾਡੀ ਗੱਲ ਅੱਛੀ ਲੱਗੀ ਤੁਸੀਂ ਵਿਦ ਫੈਕਟਸ ਜਿਹੜੀਆਂ ਚੀਜ਼ਾਂ ਨੂੰ ਸ਼ੇਅਰ ਕੀਤਾ ਤੇ ਆਪਾਂ ਇਹਦੇ ਤੇ ਤੁਹਾਡੇ ਨਾਲ ਖੁੱਲ ਕੇ ਚਰਚਾ ਕਰਾਂਗੇ ਸਟ੍ਰੈਟਿਕਲੀ ਦੱਸਿਆ ਕਰੂੰਗਾ ਵੀ ਉਹ ਕੁਝ لیکن کسے نے ਹੁਣ ਉਹ ਤੁਸੀਂ ਜ਼ਰੂਰ ਪਾਰਟਿਸਪੇਟ ਕਰਿਆ ਕਰੋ ਤੇ ਆਪਾਂ ਤੁਹਾਡੇ ਨਾਲ ਜ਼ਰੂਰ ਅਗਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਪ੍ਰੋਬੇਸ਼ਨ ਹੋਗੀ ਉਹ ਬਿਲਕੁਲ ਉਹ ਸਾਨੂੰ ਲੋੜ ਕਿ ਨਹੀਂ ਸੀ ਹੁਣ ਉਹ ਅਸੀਂ ਸਾਡਾ ਇੰਡੀਆ ਯੂਥ ਵਿੱਚ ਸਾਸੀਂ ਪਹਿਲਾ ਨੰਬਰ ਉਹ ਸਰਦਾਰ ਸਾਹਿਬ ਮਾਫੀ ਚਾਹੂੰਗਾ ਸਾਡੇ ਅਗਲੇ ਕਾਲਰ ਲਾਈਨ ਤੇ ਹੈਗੇ ਨੇ ਜੀ ਸਰਦਾਰ ਹਾਂਜੀ ਤੁਸੀਂ ਪਲੀਜ਼ ਕਨਕਲੂਡ ਕਰ ਲਓ ਜੀ ਬਹੁਤ ਬਹੁਤ ਧੰਨਵਾਦ ਬਹੁਤ 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 ਮਿਹਰਬਾਨੀ ਔਰ ਮੇਰੇ ਨਾਲ ਹੈਗੇ ਨੇ ਜੀ ਇਸ ਵੇਲੇ ਸਾਡੇ ਮਨਪ੍ਰੀਤ ਜੀ ਵੀ ਜੁੜ ਚੁੱਕੇ ਨੇ ਜੀ ਇੰਡੀਆ ਤੋਂ ਆਪਾਂ ਉਹਨਾਂ ਦਾ ਵੀ ਸਵਾਗਤ ਕਰਦੇ ਆ ਤੇ ਨਾਲ ਦੇ ਨਾਲ ਅਮਨ ਜੀ ਹੈਗੇ ਨੇ ਜੀ ਕਰਲੀ ਬੇੜ ਤੋਂ ਤੇ ਆਪਾਂ ਉਹਨਾਂ ਦਾ ਵੀ ਸਵਾਗਤ ਕਰਦੇ ਆ ਪਹਿਲਾਂ ਆਪਾਂ ਅਮਨ ਜੀ ਨਾਲ ਗੱਲਬਾਤ ਕਰਦੇ ਆ ਅਮਨ ਜੀ ਸਵਾਗਤ ਹੈ ਜੀ ਸਤਿ ਸ਼ਕਾਲ ਸਤਿ ਸ਼ਕਾ ਸਾਰੀ ਸਾਰੀ ਟੀਮ ਨੂੰ ਤੇ ਕਿੰਨੇ ਵੀ ਆਪਣੇ ਲਿਸਨ ਸੁਣਦੇ ਨੇ ਸਾਰਿਆਂ ਨੂੰ ਸਤਿ ਸ਼ਕਾਲ ਸਚੀ ਕਾਲ ਜੀ ਔਰ ਆਪਾਂ ਦੱਸ ਦਈਏ ਜੀ ਕਿ ਅਮਨ ਜੀ ਸਰਵਿਸਿਜ਼ ਦਿੰਦੇ ਹੈਗੇ ਨੇ ਜੀ ਕਰਲੀ ਬੀਅਰ ਦੀਆਂ ਅਗਰ ਤੁਸੀਂ ਆਪਣੀ ਦਾੜ੍ਹੀ ਨੂੰ ਕਰਲ ਕਰਨਾ ਹੈਗਾ ਆ ਔਰ ਇਹਨਾਂ ਦੇ ਕੋਲ ਸਪੈਸ਼ਲ ਮਸ਼ੀਨ ਹੈ ਜਿਹੜੀ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਅਮਨ ਜੀ ਆਪਣੀ ਸਰਵਿਸਿਜ਼ ਦੇ ਬਾਰੇ ਦੱਸੋ ਜੀ ਓਕੇ ਤੇ ਜਿਹੜੇ ਅਸੀਂ ਬੀਅਰ ਕਰਲਿੰਗ ਕਰਦੇ ਆ ਉਹ ਸਾਡੇ ਕੋਲ ਇੱਕ ਜੁਨੀਕ ਤਰੀਕੇ ਨਾਲ ਅਸੀਂ ਬੀਅਰ ਕਰਲਿੰਗ ਕਰਦੇ ਆ ਜਿਹੜੇ ਸਾਡੇ ਪ੍ਰੋਡਕਟ ਹੁੰਦੇ ਨੇ ਜਿਹਦੇ ਨਾਲ ਅਸੀਂ ਗੱਲ ਕਰਦੇ ਆ ਉਹ ਸਾਰਾ ਟੈਸਟਡ ਬਾਈ ਲੈਬ ਹੁੰਦੇ ਨੇ ਜੀ ਕਿਆ ਬਾਤ ਪੁਰੇ ਨਾਲ ਕਿਸੇ ਨੂੰ ਕੋਈ ਵੀ ਹੇਅਰ ਫਾਲ ਨਹੀਂ ਹੋਊਗਾ ਕੁਸ਼ ਵੀ ਨਾ ਕੋਈ ਅਲਰਜੀ ਹੁੰਦੀ ਤੇ ਵਿਦਆਉਟ 스멜 ਹੁੰਦੇ ਨੇ ਉਹ ਜਦੋਂ ਕਿ ਆਪਾਂ ਪਹਿਲਾਂ ਇੰਡੀਆ ਤੋਂ ਜਾਂ ਕਿਸੇ ਹੋਰ ਪਾਸੋਂ ਪ੍ਰੋਡਕਟ ਲਵਾਨੇ ਕੈਮੀਕਲ ਉਹਨਾਂ ਦੇ ਵਿੱਚ 스멜 ਵਗੈਰਾ ਹੁੰਦੀ ਆ ਤੇ ਉਹਨਾਂ ਨਾਲ ਕੀ ਹੁੰਦਾ ਉਹਨਾਂ ਨਾਲ ਹੇਅਰ ਫਾਲ ਸਟਾਰਟ ਹੋ ਜਨਾਦਾ ਲਈ ਬਟ ਜਿਹੜੇ ਆਪਣੇ ਕੋਲ ਹੁੰਦੇ ਨੇ ਪ੍ਰੋਡਕਟ ਸਾਰੇ ਆਰਗੇਨਿਕ ਹੋਣਗੇ ਤੇ ਟੈਸਟਡ ਬਾਈ ਲੈਬ ਹੁੰਦਾ ਪ੍ਰੋਡਕਟਰ ਨੇ ਕੋਲ ਤੇ ਸੈਕੰਡ ਜਿਹਦੇ ਆਪਣੇ ਕੋਲ ਇੱਕ ਮਸ਼ੀਨ ਹੁੰਦੀ ਆ ਜਿਹਦੇ ਨਾਲ ਆਪਾਂ ਸਾਰਾ ਪ੍ਰੋਸੈਸ ਕਰਦੇ ਆ ਪੀਅਰਡ ਕਰਦੇ ਆ विदाउट कटिंग कटिंग वाला प्लीज कोई भी कॉल ना करें क्योंकि ਸਾਡਾ ਕੰਮ ਕਟਿੰਗ ਦਾ ਨਹੀਂ ਹੁੰਦਾ ਸਿਰਫ ਬੀਅਰਡ ਕਰ ਲਿੰਦਾ ਹੁੰਦਾ ਵਿਦਾਊਟ ਕਟਿੰਗ ਕਰਕੇ ਅਸੀਂ ਦਾੜੀ ਦੀ ਬਹੁਤ ਸੋਹਣੀ ਸ਼ੇਪ ਬਣਾ ਦਿੰਦੇ ਆ ਤੇ ਸੈਕੰਡ ਐਸੀਓ ਦੇ ਵਿੱਚ ਇਹ ਮਸ਼ੀਨ ਯੂਜ਼ ਕਰਦੇ ਆ ਹੇਅਰ ਵਾਸਤੇ ਉਹ ਹੀ ਇਹਨੂੰ ਮਸ਼ੀਨ ਕਰਦੀ ਕਿ ਉਹਦੇ ਅੰਦਰ ਇੱਕ ਸੈਂਸਰ ਹੁੰਦੇ ਨੇ ਜੇ ਕਿਸੇ ਨੂੰ ਕੋਈ ਵੀ ਅਲਰਜੀ ਹੋਵੇ ਕੋਈ ਵੀ ਕਿਸੇ ਦਾ ਹੇਅਰ ਫਾਲ ਹੁੰਦਾ ਹੋਵੇ ਉਹ ਮਸ਼ੀਨ ਉਹ ਸਾਰੀ ਚੀਜ਼ ਨੂੰ ਕਵਰ ਕਰਦੀ ਆ ਜੀ ਇਸ ਤੋਂ ਇਲਾਵਾ ਇੱਕ ਹੋਰ ਸਾਡੇ ਕੋਲ ਥਰਡ ਪ੍ਰੋਡਕਟ ਸੀ ਕਲਰ हेयर कलर ਕਈ ਲੋਕਾਂ ਨੂੰ ਕਲਰ ਤੋਂ ਬਹੁਤ ਜ਼ਿਆਦਾ ਅਲਰਜੀ ਹੋ ਜਿੰਦੀ ਹੈ ਕਈ ਵਾਰੀ ਕਿਤਾ ਕਲਰ ਵਗੈਰਾ ਲਾਣਿਆ ਰੈੱਡਿਸ਼ ਹੋ ਜਾਂਦੀ ਹੈ ਜਾਂ ਕਿਸੇ ਨੂੰ ਸ਼ੂਟ ਨਹੀਂ ਬੈਠਦਾ ਕਲਰ ਕਿੰਨਾ ਸੈਂਸਟਿਵ ਹੁੰਦੀ ਹੈ ਹਾਂਜੀ ਯਾ ਇੱਕ ਸਾਡੇ ਕੋਲ ਸਪੈਸ਼ਲ ਕਲਰ ਹੁੰਦਾ ਜੀ ਉਹ ਕੋਈ ਬੰਦਾ ਯੂਜ਼ ਕਰੂਗਾ ਨਾ ਉਹ ਬੰਦੇ ਨੂੰ ਅਲਰਜੀ ਨਹੀਂ ਹੋਏਗੀ ਠੀਕ ਹੈ ਤੇ ਇਸ ਤੋਂ ਇਲਾਵਾ ਸਾਡੇ ਕੋਲ ਹੇਅਰ ਆਇਲ ਬੀਅਰਡ ਆਇਲ ਹੁੰਦੇ ਨੇ ਜਿਹੜੇ ਸਾਡੇ ਕੋਲ ਆਇਲ ਹੁੰਦੇ ਨੇ ਉਹ ਵੀ ਸਾਰੇ ਟੈਸਟਡ ਬਾਈ ਲੈਬ ਹੁੰਦੇ ਨੇ ਵਿਦਆਊਟ ਕੈਮੀਕਲ ਹੁੰਦਾ ਹਰ ਇੱਕ ਚੀਜ਼ ਸਾਡੇ ਕੋਲ ਟੈਸਟ ਹੁੰਦਾ ਕੈਨੇਡੀਅਨ ਟੈਸਟਡ ਬਾਇ ਲੈਬ ਹੁੰਦੇ ਨੇ ਕੋਈ ਇਹ ਨਹੀਂ ਹੈਗਾ ਵੀ ਕੋਈ ਇੰਡੀਆ ਤੋਂ ਟੈਸਟ ਕਰਵਾ ਦੇ ਕਿ ਤੋ ਹੋਰ ਕਰਵਾ ਦੇ ਫਿਰ ਸਾਡੇ ਕੋਲ ਸਾਰੇ ਕੈਨੇਡੀਅਨ ਲੈਬ ਦੇ ਵਿੱਚ ਅਸੀਂ ਸਾਰੇ ਪ੍ਰੋਟੈਕਟਿਵ ਟੈਸਟ ਕਰਵਾਉਣੀ ਆ ਕਿਸੇ ਨੂੰ ਵੀ ਕੋਈ ਵੀ ਸਰਵਿਸ ਚੱਲ ਹੁਣ ਲੈਣੀ ਹੋਵੇ ਤਾਂ ਸਾਡਾ ਇਸ ਟਾਈਮ ਆ ਅਸੀਂ ਆਫਰਸ ਕਰ ਰਹੇ ਆ ਤੇ ਜਿਹੜਾ ਕੋਈ ਸਾਡਾ ਬਿਲਕੁਲ ਜੀ ਔਰ ਵਤਨੋਂ ਦੂਰ ਦੇ ਸਰੋਤਿਆਂ ਦੇ ਲਈ ਜਿਹੜੀ ਵਧੀਆ ਜਿਹੀ ਆਫਰ ਜਿਹੜੀ ਹੈਗੀ ਤੁਸੀਂ ਸ਼ੇਅਰ ਕਰੋ ਔਰ ਸਰੋਤਿਓ 437 245 8500 ਅਮਨ ਕੋਰਲੀ ਵੇਟ ਦਾ ਨੰਬਰ ਹੈਗਾ 437 245 8500 ਤੇ ਵਧੀਆ ਜੀ ਡੀਲ ਜਿਹੜੀ ਹੈਗੀ ਜੀ ਸਾਡੇ ਲਿਸਨਰਸ ਦੇ ਲਈ ਤੁਸੀਂ ਜ਼ਰੂਰ ਸੰਜੋਗ ਕਰੋ ਉਹ ਕਿ ਭਾਈ ਜਿਹੜਾ ਕੋਈ ਬੰਦਾ ਵਤਨੋਂ ਦੂਰ ਜੀਤੋ ਐਡ ਸੁਣ ਕੇ ਸਾਡੇ ਕੋਲ ਬੀਅਰ ਕਰਲਿੰਗ ਕਰਾਉਣ ਵਾਸਤੇ ਆਊਗਾ ਅਸੀਂ ਉਹਨੂੰ 50 ਡਾਲਰ ਦਾ ਆਇਲ ਫ੍ਰੀ ਦੇਵਾਂਗੇ ਕੀ ਬਾਤ ਹੈ ਜੀ acha ji ਠੀਕ ਹੈ ਇਸ ਤੋਂ ਇਲਾਵਾ ਅਸੀਂ ਹੋਰ ਜਿਹੜਾ ਬੀਅਰ ਦਾ ਟ੍ਰੀਟਮੈਂਟ ਵੀ ਉਹਨੂੰ ਫ੍ਰੀ ਦੇਵਾਂਗੇ ਸਿਰਫ ਐਸੀ ਉਹ ਤੋਂ ਚਾਰਜ ਬੀਅਰ ਕਰਲਿੰਗ ਦੇ ਕਰਾਂਗੇ ਅਗਰ ਵੈਸੇ ਕੋਈ ਵੀ ਚਾਰਜ ਨਹੀਂ ਕਰਾਂਗੇ ਜੀ ਆ ਦੋਸਤੋ ਤੇ ਫਿਰ ਤੁਸੀਂ ਨੰਬਰ ਹੁਣੀ ਕਮਾਓ ਆਰ ਨੰਬਰ ਨੋਟ ਕਰ ਲਓ 437 245 8500 ਅਮਨ ਕਰਲੀ ਬੇੜ 437 245 8500 ਜੀ ਅਮਨ ਜੀ ਓਕੇ ਜੇ ਕਿਸੇ ਨੇ ਸਾਡਾ ਕੋਈ ਕੰਮ ਵਗੈਰਾ ਦੇਖਣਾ ਹੋਵੇ ਕੋਈ ਰਿਵਿਊ ਵਗੈਰਾ ਚੈੱਕ ਕਰਨਾ ਹੋਵੇ ਕੋਈ ਪ੍ਰੋਬਲਮ ਐਸੀ 5 ਸਟਾਰ ਦੇ ਵਿੱਚ ਚੱਲ ਰਹੇ ਆ ਮੈਨੂੰ 6 ਸਾਲ ਹੋ ਗਏ 5 ਸਟਾਰ ਦੇ ਵਿੱਚ ਰਹਿੰਦੇ ਹਾਂ ਉਹ ਸਾਡਾ ਤੁਸੀਂ Google ਤੇ ਵਿਜ਼ਿਟ ਕਰ ਸਕਦੇ ਆ ਸਾਡਾ ਪੇਜ ਅਮਨ ਕਰਲੀ ਬੇੜ ਨਾਮ ਪਰ ਸਾਡਾ ਪੇਜ ਬਣਿਆ ਹੈ ਜਿੱਦਾਂ ਜਿੱਦ ਕੇ ਸਭ ਦੇ ਨੂੰ ਕੋਈ ਵੀ ਡਾਟ ਹੋਂਦਾ ਵੀ ਨਹੀਂ ਪਤਾ ਨਹੀਂ ਕੰਮ ਵਿੱਚ ਕਿੰਨੇ ਦਾ ਹੋਊਗਾ ਉਹ ਸਾਡਾ ਕੰਮ ਵਗੈਰਾ ਤੇ ਸਾਡਾ ਇੰਸਟਾਗ੍ਰਾਮ ਤੇ ਪੇਜ ਹੈਗਾ ਪੰਜਾਬ ਬੀਅਰਡ ਕਰਲਿੰਗ ਦੇ ਨਾਂ ਤੇ ਪੇਜ ਬਣਿਆ ਹੋਇਆ ਬੰਦਾ ਉਹ ਵੀ ਚੈੱਕ ਕਰ ਸਕਦਾ ਟਿਕਟੋਕ ਤੇ ਐਨੀਵੇਅਰ ਸਾਡਾ ਚੈੱਕ ਕਰ ਸਕਦਾ ਸਿਰਫ ਤੁਸੀਂ ਬੀਅਰਡ ਕਰ ਲਈ ਪਰੋਂਗੇ ਅਮਨ ਕਰ ਲਈਏ ਆਟੋ ਆਟੋਮੈਟਿਕਲੀ ਤੁਹਾਨੂੰ ਟਿਕਟੋਕ ਤੇ ਐਵਰੀਵੇਅਰ ਤੁਹਾਨੂੰ ਮਿਲ ਜੇ ਜੇ ਬਿਲਕੁਲ ਔਰ ਤੁਸੀਂ ਇਸ ਸਪੈਸ਼ਲ ਡੀਲ ਦਾ ਫਾਇਦਾ ਲੈਣਾ ਹੈਗਾ ਆ ਔਰ ਬਿਰਗੈਰ ਕੈਂਚੀ ਲਵਾਏ ਤੁਸੀਂ ਆਪਣਾ ਜੀ ਦਾੜੀ ਨੂੰ ਕਲਰ ਕਰਵਾਉਣਾ ਹੈਗਾ ਆ ਜਾਂ ਫਿਰ ਤੁਸੀਂ ਕਲਰ ਕਰਉਣਾ ਹੈਗਾ ਆ ਜਾਂ ਫਿਰ ਹੋਰ ਤੁਹਾਨੂੰ ਕੋਈ ਕੇਸਾਂ ਦੇ ਸਬੰਧ ਦੇ ਵਿੱਚ ਵਾਲਾਂ ਦੇ ਸਬੰਧ ਦੇ ਵਿੱਚ ਦਾੜੀ ਦੇ ਸਬੰਧ ਦੇ ਵਿੱਚ ਕੋਈ ਵੀ ਹੈਲਪ ਚਾਹੀਦੀ ਹੈਗੀ ਆ ਕੋਈ ਤੁਹਾਨੂੰ ਤੇਲ ਚਾਹੀਦੇ ਨੇ ਵਧੀਆ ਤੇ ਤੁਸੀਂ ਅਮਨ ਹੁਣਾਂ ਤੋਂ ਜਿਹੜਾ ਹੈਗਾ ਜੀ ਇਹਦੇ ਬਾਰੇ ਰਾਫਤਾ ਕਾਇਮ ਕਰ ਲੈਣਾ 437 245 8500 ਅਮਨ ਜੀ ਲੋਕੇਸ਼ਨ ਦੱਸ ਕੇ ਹਾਂ ਜੀ ਆਪਾਂ ਲੋਕੇਸ਼ਨ ਦੱਸ ਦਈਏ ਜੀ ओके okay, मेरी लोकेशन ਹੈ ਜੀ ਬ੍ਰੈਮਟਨ ਦੇ ਵਿੱਚ ਜੇਮਸਪੋਰਟ ਜੇਮਸਪੋਰਟ ਐਂਡ ਵਿਲੀਅਮ ਵਿਲੀਅਮ ਤੇ ਉਹ ਮੈਨੂੰ ਕਾਲ ਕਰ ਸਕਦੇ ਨੇ ਉਸ ਤੋਂ ਬਾਅਦ ਫਿਰ ਮੈਂ ਸਾਰਾ ਉਹਨਾਂ ਨੂੰ ਐਡਰੈਸ ਵਗੈਰਾ ਦੇ ਦਾਂਗਾ ਬਿਲਕੁਲ ਜੀ ਨੰਬਰ ਸੇਵ ਕਰ ਲਓ 437 245 8500 ਤੇ ਅਮ ਜੀ ਫਿਰ ਆਪਾਂ ਕਰਦੇ ਹਾਂ ਜੀ ਔਰ ਅਖੀਰ ਦੇ ਵਿੱਚ ਕੋਈ ਗੱਲਬਾਤ ਕਰਨੀ ਚਾਹੋਗੇ ਥੈਂਕ ਯੂ ਸੋ ਮਚ ਸਾਰਿਆਂ ਨੂੰ ਧੰਨਵਾਦ ਸਾਰਿਆਂ ਦਾ ਸੁਣਨ ਵਾਲਿਆਂ ਦਾ ਤੇ ਥੋੜੀ ਪ੍ਰੋਪਰਟੀ ਮੇਰਾ ਸੀ ਬਹੁਤ ਬਹੁਤ ਧੰਨਵਾਦ ਹੈ ਜੀ ਔਰ ਤੁਸੀਂ ਅਮਨ ਹੁਣ ਦੇ ਨਾਲ ਗੱਲਬਾਤ ਜਿਹੜੀ ਹੈ ਜੀ ਉਹ ਕਰ ਲੋਗੇ ਥੈਂਕ ਯੂ ਸੋ ਮਚੀ ਔਰ ਆਪਾਂ ਹੁਣ ਗੱਲਬਾਤ ਕਰਦੇ ਹਾਂ ਜੀ ਮਨਪ੍ਰੀਤ ਉਹਨਾਂ ਦੇ ਨਾਲ ਪੰਜਾਬ ਤੋਂ ਸਾਡੇ ਨਾਲ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਨੇ ਅਮਨ ਜੀ ਤੇ ਸਵਾਗਤ ਕਰਦੇ ਹਾਂ ਜੀ ਤੁਹਾਡਾ ਵੀ ਵੈਲਕਮ ਸਤਿ ਸ਼੍ਰੀ ਅਕਾਲ ਪਮਨ ਜੀ ਤੁਹਾਡਾ ਵੀ ਵੈਲਕਮ ਔਰ ਜਿੰਨੇ ਸਰੋਤੇ ਸੁਣ ਰਹੇ ਨੇ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਹ ਦੇਸ਼ ਦੇ ਵਿੱਚ ਕਈ ਸੂਬਿਆਂ ਦੇ ਵਿੱਚ بارش ਹੋਈ ਔਰ بارش ਹੋਣ ਤੋਂ ਬਾਅਦ ਠੰਡ ਜਿਹੜੀ ਆ ਹੋਰ ਜ਼ਿਆਦਾ ਵਧਣ ਜਾ ਰਹੀ ਆ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਰਾਜਾਂ ਦੇ ਵਿੱਚ ਮੀਂਹ ਪੈਣ ਦੀ ਜਿਹੜੀ ਪੁਵਿਕ ਬਾਣੀ ਆ ਪਮਨ ਜੀ ਕੀਤੀ ਆ ਇੰਨਾ ਹੀ ਨਹੀਂ ਆਈਐਮਡੀ ਨੇ 12 ਦਸੰਬਰ ਤੋਂ ਪੱਛਮੀ ਬੰਗਾਲ ਡਿਸਟ੍ਰਿਕਟ ਕਮ ਦੇ ਵੱਖ-ਵੱਖ ਹਿੱਸਿਆਂ 'ਚ ਗੜੇਮਾਰੀ ਦਾ ਜਿਹੜਾ ਅਲਰਟ ਆ ਉਹ ਵੀ ਜਾਰੀ ਕੀਤਾ ਆ ਤੇ ਇਹਦੇ ਨਾਲ ਹੀ ਜੰਮੂ ਕਸ਼ਮੀਰ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ 'ਚ ਵੀ ਮੀਂਹ ਤੇ ਬਰਫਬਾਰੀ ਦੀ ਜਿਹੜੀ ਸੰਭਾਵਨਾ ਆ ਉਹ ਦੱਸੀ ਆ ਕਹ ਸਕਦੇ ਆ ਵੀ ਠੰਡ ਜਿਹੜੀ ਆ ਜਾਂ ਟੈਂਪਰੇਚਰ ਦਿਨੋਂ ਦਿਨ ਆਪਣੇ ਸਿਖਰ ਵੱਲ ਵਧ ਰਿਹਾ ਤੇ ਇਹਦੇ ਨਾਲ ਹੀ ਇੱਕ ਹੋਰ ਮੌਸਮ ਵਿਭਾਗ ਦਾ ਜਿਹੜਾ ਅਲਰਟ ਆ ਉਹ ਕਹਿੰਦੇ ਦਿੱਲੀ ਚ ਪ੍ਰਦੂਸ਼ਣ ਦਾ ਜਿਹੜੀ ਆ ਗੁਣਵੱਤਾ ਉਹ ਲਗਾਤਾਰ ਖਰਾਬ ਸ਼੍ਰੇਣੀ ਦੇ ਵਿੱਚ ਆ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਤਿੰਨ ਕੁ ਦਿਨਾਂ ਤੱਕ ਰਾਜਧਾਨੀ ਚ ਪ੍ਰਦੂਸ਼ਣ ਦੀ ਸਮੱਸਿਆ ਜਿਹੜੀ ਆ ਹੋਰ ਜ਼ਿਆਦਾ ਵੱਧ ਸਕਦੀ ਆ ਸੋ ਇਹ ਮੌਸਮ ਦੀ ਜਾਣਕਾਰੀ ਸੀ ਇਸ ਤੋਂ ਬਿਨਾ ਸਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਹੈ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਉਣ ਦਾ ਫੈਸਲਾ ਜਿਹੜਾ ਉਹਨਾਂ ਨੇ ਕਿਹਾ ਬਰਕਰਾਰ ਰਹੂਗਾ ਸੁਪਰੀਮ ਕੋਰਟ ਦੀ ਪੰਜ ਮੈਂਬਰੀ ਬੈਂਚ ਨੇ ਸੰਵਿਧਾਨ ਦੀ ਧਾਰਾ 370 ਦੇ ਉਪਬੰਧਾਂ ਨੂੰ ਰੱਦ ਕਰਨ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਤੇ ਜਿਹੜਾ ਫੈਸਲਾ ਉਹ ਸੁਣਾਇਆ ਹੈ ਔਰ ਇਸ ਫੈਸਲੇ ਦੇ ਵਿੱਚ ਤਿੰਨ ਜੱਜਾਂ ਦੇ ਫੈਸਲੇ ਸ਼ਾਮਲ ਸੀ ਦੋਵਾਂ ਦੇ ਆਪਸ ਵਿੱਚ ਮਿਲੇ ਤੇ ਤੀਜੇ ਜੱਜ ਨੇ ਦੋਨਾਂ ਫੈਸਲਿਆਂ ਦੇ ਨਾਲ ਸਹਿਮਤੀ ਪ੍ਰਗਟਾਈ ਖਬਰ ਲੰਬੀ ਚੌੜੀ ਜੀ ਅਸੀਂ ਕਸ਼ਮੀਰ ਤੇ ਝਾਤ ਪਾਵਾਂਗੇ ਤੇ ਮੇਰੇ ਖਿਆਲ ਦੇ ਨਾਲ ਸਾਡੇ ਲਈ 1 ਘੰਟਾ ਵੀ ਥੋੜਾ ਪਰ ਫੈਸਲੇ ਤੋਂ ਬਾਅਦ ਹੋਸ਼ੋ ਕੇ ਦੇਸ਼ ਦੀ ਵਿਜ਼ਾਰਤ ਨੇ ਕੀ kiya ਹੋ ਮੈਂ ਇੱਕ ਦੋ ਜਿਹੜੇ ਨੇ ਕਮੈਂਟਸ ਆਉ ਉਹ ਸ਼ੇਅਰ ਕਰਦੇ ਨਹੀਂ ਸਰੋਤਿਆਂ ਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਕੀ ਕਹਿੰਦੇ ਧਾਰਾ 370 ਨੂੰ ਰੱਦ ਕਰਨ ਦਾ ਸੁਪਰੀਮ ਕੋਰਟ ਦਾ ਫੈਸਲਾ ਇਤਿਹਾਸਕ ਹੈ ਤੁਸੀਂ ਵਿਧਾਨਕ ਰੂਪ ਚ 5 ਅਗਸਤ 2019 ਨੂੰ ਭਾਰਤ ਦੀ ਸੰਸਦ ਦੇ ਵੱਲੋਂ ਕੀਤੇ ਗਏ ਫੈਸਲਿਆਂ ਨੂੰ ਪ੍ਰਕਰਾਰਕ ਰੱਖਮਾਲਾਈ ਇਹ ਜੰਮੂ ਕਸ਼ਮੀਰ ਤੇ ਲਦਾਖ ਚ ਸਾਡੀਆਂ ਭੈਣਾਂ ਤੇ ਭਰਾਵਾਂ ਲਈ ਉਮੀਦ ترقی ਤੇ ਏਕਤਾ ਦਾ ਇੱਕ ਸ਼ਾਨਦਾਰ ਐਲਾਨ ਹੈ ਅਦਾਲਤ ਨੇ ਆਪਣੇ ਡੂੰਗੇ ਵਿਵੇਕ ਦੇ ਨਾਲ ਏਕਤਾ ਦੇ ਉਸ ਸਾਰ ਨੂੰ ਮਜ਼ਬੂਤ ਕੀਤਾ ਜਿੰਨੂੰ ਅਸੀਂ ਭਾਰਤੀ ਹੋਣ ਨਾਤੇ ਸਭ ਤੋਂ ਉੱਪਰ ਮੰਨਦੇ ਹਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਹਿੰਦੇ ਮੈਂ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕਰਦਾ ਹਾਂ ਜਿਸ ਤਾਰਾ ਚ 370 ਨੂੰ ਖਤਮ ਕਰਨ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਗਿਆ ਤੇ ਅੱਜ ਦੇ ਇਸ ਫੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਧਾਰਾ 370 ਨੂੰ ਰੱਦ ਕਰਨ ਦਾ ਫੈਸਲਾ ਪੂਰੀ ਤਰ੍ਹਾਂ ਸੰਵਿਧਾਨਕ ਸੀ ਭਰੱਖਿਆ ਮੰਤਰੀ ਰਾਜਨਾਥ ਸਿੰਘ ਉਹਨਾਂ ਨੇ ਵੀ ਫੈਸਲੇ ਦਾ ਸਵਾਗਤ ਕੀਤਾ ਹੈ ਉਹਨਾਂ ਨੇ ਵੀ ਖੁਸ਼ੀ ਪ੍ਰਗਟਾਈ ਹੈ ਇਸ ਤੋਂ ਬਿਨਾ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਨੇ ਸਾਰੇ ਆਮ ਪਬਲਿਕ ਦੇ ਵੱਲੋਂ ਵੀ ਜਿਹੜੇ ਨੇ ਕਮੈਂਟਸ ਪਾਸ ਕੀਤੇ ਗਏ ਨੇ ਸੋ ਕੁੱਲ ਮਿਲਾ ਕੇ ਆਪਾਂ ਤਾਂ ਚਾਹੁੰਦੇ ਆਂ ਵੀ ਭਾਰਤ ਸਾਰਿਆਂ ਦਾ ਸਾਂਝਾ ਏ ਅੱਗੇ ਹੀ ਵੰਡਿਆ ਗਿਆ ਔਰ ਉਹਦਾ ਸੰਤਾਪ ਜਿਹੜਾ ਹੈ ਅਸੀਂ ਅੱਜ ਤੱਕ ਨਹੀਂ ਭੁੱਲ ਸਕੇ ਤੇ ਜੇ ਹੁਣ ਕਿਸੇ ਕੋਨੇ ਨੂੰ ਖੁਸ਼ ਹੋਣ ਦੀ ਗੱਲ ਹੁੰਦੀ ਆ ਤਾਂ ਪ੍ਰਾਣ ਇਸ ਜ਼ਖਮ ਤਾਂ ਤਾਜ਼ੇ ਹੋਣਗੇ ਤੇ ਜਿਹੜੇ ਨਵੇਂ ਮਿਲ ਜਾਣੇ ਉਹਨਾਂ ਦੀ ਪਰਪਾਈ ਹੋਣੀ ਬਹੁਤ ਆਖੀਏ ਸੋ ਕੋਰਟ ਦੇ ਫੈਸਲੇ ਤੇ ਸਾਰਿਆਂ ਨੇ ਖੁਸ਼ੀ ਪ੍ਰਗਟਾਈ ਹੈ ਤੇ ਮੈਨੂੰ ਲੱਗਦਾ ਹੈ ਵੀ ਇੱਕ ਬੂਸਟ ਆ ਸਾਰਿਆਂ ਨੂੰ ਏਕਤਾ ਦੇ ਵਿੱਚ ਰਹਿਣ ਦੇ ਲਈ ਜੀ ਜੀ ਬਿਲਕੁਲ ਜੀ ਔਰ ਇਹ ਗੱਲਾਂ ਜ਼ਰੂਰੀ ਨੇ ਜੀ ਕਿਉਂਕਿ ਤੁਸੀਂ ਬਹੁਤ ਵਧੀਆ ਗੱਲ ਕੀਤੀ ਦੇਸ਼ ਦੀ ਅਖੰਡਤਾ ਦੇ ਬਾਰੇ ਗੱਲਬਾਤ ਕੀਤੀ ਹੈਗੀ ਆ ਔਰ ਦੇਸ਼ ਨੂੰ ਜਿਹੜਾ ਜੀ ਇੱਕ ਜੁੱਟ ਰੱਖਣ ਦੇ ਬਾਰੇ ਗੱਲਬਾਤ ਕੀਤੀ ਇਹ ਜਿਵੇਂ ਤੁਸੀਂ ਕਿਹਾ ਕਿ ਜੰਮੂ ਕਸ਼ਮੀਰ ਦੇ ਉੱਤੇ ਤਾਂ ਭਵੇਂ ਆਪਾਂ ਜਿੰਨੀ ਮਰਜ਼ੀ ਭਵੇਂ ਇੱਕ ਘੰਟਾ ਜਿਹੜਾ ਹੈਗਾ ਜੀ ਜੰਮੂ ਕਸ਼ਮੀਰ ਦੀ ਹਿਸਟਰੀ ਕਿਵੇਂ ਕਿਵੇਂ ਜਿਹੜੇ ਜਿਹੇ ਰਾਜਨੀਤਿਕ ਪਰਿਵਾਰ ਉਮਰ ਅਬਦੁੱਲਾ ਫਰਕ ਅਬਦੁੱਲਾ ਸਾਹਿਬ ਹੋਏ ਤੇ ਫਿਰ ਉਸ ਤੋਂ ਬਾਅਦ ਮਹਿਬੂਬਾ ਮੁਫਤੀ ਹੁਣ ਦਾ ਫੈਮਿਲੀ ਆਈ ਉਹਨਾਂ ਨੇ ਵੀ ਰਾਜ ਕੀਤਾ ਲੇਕਿਨ ਗੱਲ ਉੱਥੇ ਵੀ ਇਹੀ ਆ ਜਾਂਦੀ ਆ ਜੀ ਕਿ ਇੰਨਾ ਚਿਰ ਇਹਨਾਂ ਪਰਿਵਾਰਾਂ ਦੇ ਵੱਲੋਂ ਰਾਜ ਕਰਨ ਦੇ ਬਾਵਜੂਦ ਜੰਮੂ ਕਸ਼ਮੀਰ ਦੇ ਲੋਕਾਂ ਦੀ ਜ਼ਿੰਦਗੀ ਜਿਹੜੀ ਆ ਜੀ ਦਰਬਦਰ ਥੱਲੇ ਹੀ ਗਈ ਹੈਗੀ ਆ ਔਰ ਨਾ ਉੱਥੇ ਕੋਈ ਇੰਡਸਟਰੀ ਆਈ ਨਾ ਕੋਈ ਉੱਥੇ ਕੋਈ ਵੱਡੀ ਇਨਵੈਸਟਮੈਂਟ ਆਈ ਜੋ ਵੀ ਕੇਂਦਰ ਸਰਕਾਰ ਦੇ ਵੱਲੋਂ ਭੇਜਿਆ ਜਾਂਦਾ ਸੀਗਾ ਕਿਉਂਕਿ ਉੱਥੇ ਉਸ ਵੇਲੇ ਅਤਵਾਦ ਦਾ ਰੌਲਾ ਰੌਲੇ ਪੈਂਦੇ ਸੀਗੇ ਤੇ ਇਸ ਕਰਕੇ ਕੋਈ ਜ਼ਿਆਦਾ ਉੱਥੇ ਡਿਵੈਲਪਮੈਂਟ ਨਹੀਂ ਹੋਈ ਜਿਹਦੇ ਕਰਕੇ ਜੰਮੂ ਕਸ਼ਮੀਰ ਮੇਰੇ ਖਿਆਲ ਆ ਗਿਆ ਕਿ ਦੁਨੀਆ ਦੇ ਨਾਲੋਂ 100 150 ਸਾਲ ਪਿੱਛੜ ਗਿਆ ਕੋਈ ਸਮਾਂ ਹੁੰਦਾ ਸੀਗਾ ਜਦੋਂ ਜਤਿੰਦਰ ਹੁਣੀ ਤਰਮਿੰਦਰ ਹੁਣੀ ਉੱਥੇ ਜਾ ਕੇ ਫਿਲਮਾਂ ਦੀ ਸ਼ੂਟਿੰਗ ਕਰਦੇ ਸੀਗੇ ਤੇ ਫਿਰ ਇੱਕ ਇਹ ਵੀ ਦੌਰ ਆਇਆ ਕਿ ਲੋਕੀ ਉੱਥੋਂ ਜਾਣ ਤੋਂ ਵੀ ਕੰਨੀ ਕਰਤੌਣ ਲੱਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਜੀ ਕਿ ਜੇ ਉਸ ਚੀਜ਼ ਨੂੰ ਆਪਾਂ ਉਸ ਏਰੀਏ ਨੂੰ ਉੱਥੇ ਸੁੱਖ ਸ਼ਾਂਤੀ ਹੋਵੇ ਤਾਂ ਟੂਰਿਜ਼ਮ ਹੀ ਇੰਨਾ ਕੁ ਹੋ ਜਾਣਾ ਇੱਕ ਇੱਕ ਰਿਸਰਚ ਦੱਸਦੀ ਹੈ ਮਨਪ੍ਰੀਤ ਕਿ ਇੰਡੀਆ ਦੇ ਵਿੱਚ ਇੰਨੀ ਜ਼ਿਆਦਾ ਟੈਂਡੈਂਸੀ ਹੈਗੀ ਹੈ ਟੂਰਿਜ਼ਮ ਦੀ ਕਿ ਜੇ ਆਪਾਂ ਆਪਣਾ ਟੂਰਿਜ਼ਮ ਹੀ ਸਹੀ ਕਰ ਲਈਏ ਨਾ ਤੇ ਆਪਾਂ ਨੂੰ ਕਿਸੇ ਵੱਡੀ ਇਨਵੈਸਟਮੈਂਟ ਦੀ ਲੋੜ ਨਹੀਂ ਹੈਗੀ ਜੀ ਲੋ ਬਿਲਕੁਲ ਬਿਲਕੁਲ ਕਿਉਂਕਿ ਸਭ ਕੁਝ ਉੱਥੇ ਹੈਗਾਏ ਬਹੁਤ ਦੇਖਣਯੋਗ ਸਾਡੇ ਕੋਲ ਜਗ੍ਹਾ ਹੈਗੀਆਂ ਨੇ ਕਿਤੇ ਨਾ ਕਿਤੇ ਲੋਕ ਥੋੜੀ ਜੀ ਅਨ ਸਿਕਿਓਰ ਫੀਲ ਕਰਦੇ ਆ ਸਮਝ ਲਓ ਤੁਸੀਂ ਉਹਦੇ ਕਰਕੇ ਘਟਿਆ ਕੁਝਕ ਜਿਹੜੀਆਂ ਨੇ ਅਸੀਂ ਸਵਾਵਾ ਜਿਹੜੀਆਂ ਨੇ ਓਟਲੀਆਂ ਕੀਤੀਆਂ ਹੋਈਆਂ ਨੇ ਤੇ ਜਿਵੇਂ ਤੁਸੀਂ ਟੂਰਿਜ਼ਮ ਦੀ ਗੱਲ ਕੀਤੀ ਜੰਮੂ ਕਸ਼ਮੀਰ ਵਰਗੀ ਜਗਾ ਜਿੱਥੇ ਜਾਣ ਤੋਂ ਕਿਸੇ ਦਾ ਮਨ ਡਰਦਾ ਏ ਔਰ ਜਾਣ ਨੂੰ ਮਨ ਕਰਦਾ ਵੀ ਏ ਤੇ ਉਹਦੀ ਜਗ੍ਹਾ ਸਾਡੇ ਕੋਲ ਹੋਵੇ ਤੇ ਸੋਹਣੇ ਤੇ ਸੁਹਾਗੇ ਵਾਲੀ ਗੱਲ ਆ ਸੋ ਉਮੀਦ ਕਰਦੇ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਹੋਰ ਜਿਆਦਾ ਇਹਨਾਂ ਚੀਜ਼ਾਂ ਨੂੰ ਤਵੱਜੋ ਦੇਗੀ ਅਗਲੀ ਖਬਰ ਦੇ ਬਹਲਵਾਦੀ ਇੱਕ ਮਿੰਟ ਵਿੱਚ ਮੈਂ ਥੋੜਾ ਜਿਹਾ ਵਿੱਚ ਦੋ ਤਿੰਨ ਸਪான்ਸਰ ਜੀ ਐਡ ਕਰ ਲਿਆ ਅੱਜ ਅਸੀਂ ਸਪான்ਸਰ ਤੋਂ ਥੋੜਾ ਜਿਹਾ ਪਿੱਛੇ ਚੱਲਦੇ ਪਏ ਆਂ ਦੇਸੀ ਚੱਕੀ ਆਟਾ ਅਗਰ ਤੁਸੀਂ ਵਧੀਆ ਆਟਾ ਜਿਹੜਾ ਹੈਗਾ ਜੀ ਉਹ ਖਾਣਾ ਚਾਹੁੰਦੇ ਹੈਗੇ ਹੋ ਆਪਣੇ ਨਾਰਮਲ ਜਿਹੜਾ ਰੈਗੂਲਰ ਆਟੇ ਨੂੰ ਬਦਲਣਾ ਹੈਗਾ ਤੇ ਤੁਸੀਂ ਪਹੁੰਚਣਾ ਹੈਗਾ ਦੇਸੀ ਚੱਕੀ ਆਟਾ 350 ਮਾਫ ਕਰਨਾ ਗ੍ਰੇਡ ਪੰਜਾਬ ਪਲਾਜ਼ਾ ਆਪਣੇ ਵਿੱਚ ਜਿਹੜਾ ਮਾਲਟਨ ਦੇ ਵਿੱਚ ਹੈਗਾ ਜਿੱਥੇ ਸਾਡਾ ਆਫਿਸ ਵੀ ਲੋਕੇਟਡ ਹੈਗਾ ਉੱਥੋਂ ਤੁਸੀਂ ਲੈਣਾ ਹੈਗਾ ਦੇਸੀ ਚੱਕੀ ਆਟਾ ਬਗੈਰ ਕਣਕ ਚਾਵਲ ਤੇ ਮੱਕੀ ਤੋਂ ਬਣਿਆ ਹੋਇਆ ਆਟੇ ਨੂੰ ਤੁਸੀਂ ਯੂਜ਼ ਕਰਕੇ ਦੇਖੋ 416 675 44 44 ਦੇ ਉੱਤੇ ਤੁਸੀਂ ਗੱਲਬਾਤ ਜਿਹੜੀ ਹੈ ਜੀ ਕਰ ਸਕਦੇ ਹੋ ਔਰ ਟਾਂਗਰੀ ਇੰਸ਼ੋਰੈਂਸ ਇੰਸ਼ੋਰੈਂਸ ਕਰਨੀ ਹੈਗੀ ਹੈ ਇਨਵੈਸਟਮੈਂਟ ਗਰੁੱਪ ਇੰਸ਼ੋਰੈਂਸ ਡਿਸੇਬਿਲਟੀ ਇੰਸ਼ੋਰੈਂਸ ਜਾਂ ਫਿਰ ਕੋਈ ਸਟੇਟ ਪਲੈਨਿੰਗ ਹੋਵੇ ਤਾਂ ਟਾਂਗਰੀ ਇੰਸ਼ੋਰੈਂਸ ਦੇ ਨਾਲ ਤੁਸੀਂ ਜ਼ਰੂਰ ਗਾਫਤਾ ਕੰਮ ਕਰਨਾ 900 ਫੰਡ 405 12 99 ਦੇ ਉੱਤੇ ਗੱਲਬਾਤ ਜਿਹੜੀ ਹੈ ਜੀ ਉਹ ਕੀਤੀ ਜਾ ਸਕਦੀ ਹੈਗੀ ਆ ਓੰਕਾਰ ਟ੍ਰੈਵਲ ਇੰਡੀਆ ਨੂੰ ਜਾਣਾ ਹੈਗਾ ਤੇ ਵਧੀਆ ਰੇਟਾਂ ਦੇ ਉੱਤੇ ਤੁਸੀਂ ਟਿਕਟਾਂ ਬੁੱਕ ਕਰਵਾਉਣੀਆਂ ਚਾਹੁੰਦੇ ਹੋ ਤੇ ਇਹਨਾਂ ਦੇ ਕੋਲ ਜਨਵਰੀ ਫਰਵਰੀ ਮਾਰਚ ਦੇ ਵਿੱਚ ਕਾਫੀ ਵਧੀਆ ਰੇਟ ਜਿਹੜੇ ਹੈਗੇ ਜਿਓ ਆਏ ਹੈਗੇ ਨੇ ਔਰ ਅਗਰ ਤੁਸੀਂ ਪੈਕੇਜ ਲੈ ਕੇ ਕਿਤੇ ਘੁੰਮਣ ਫਿਰਨ ਜਾਣਾ ਹੈ ਤਾਂ ਵੀ ਤੁਸੀਂ ਓਂਕਾਰ ਟ੍ਰੈਵਲ ਨੂੰ ਇੱਕ ਵਾਰੀ ਡਬਲ ਚੈੱਕ ਕਰ ਲਓ 9056789555 ਦੇ ਉੱਤੇ ਹਮੇਸ਼ਾ ਦੀ ਤਰ੍ਹਾਂ ਤੁਸੀਂ ਉਹਨਾਂ ਨਾਲ ਗੱਲਬਾਤ ਜਿਹੜੀ ਹੈ ਜਿਓ ਕਰ ਸਕਦੇ ਹੋ ਕਿ ਆਹ ਦੀਆਂ ਗੱਡੀਆਂ ਲੈਣੀਆਂ ਹੈਗੀਆਂ ਨੇ ਤੇ ਇਹਨਾਂ ਦੇ ਕੋਲ ਬਹੁਤ ਵਧੀਆ ਸਟਾਕ ਜਿਹੜਾ ਅਵੇਲੇਬਲ ਹੈਗਾ ਕਿ ਆਹ 427 QEW

55001 ਦੇ ਤੇ ਤੁਸੀਂ ਗੱਲਬਾਤ ਕਰਨੀ ਹੈ ਜੀ Kia 427 QEW ਦੇ ਨਾਲ ਤੁਸੀਂ ਗੱਲਬਾਤ ਜਿਹੜੀ ਆ ਉਹ ਕੀਤੀ ਜਾ ਸਕਦੀ ਆ BWC ਇਮੀਗ੍ਰੇਸ਼ਨ ਇਮੀਗ੍ਰੇਸ਼ਨ ਦੇ ਨਾਲ ਤੁਹਾਡਾ ਕੋਈ ਵੀ ਸਵਾਲਕਾਰ ਹੋਵੇ ਕੋਈ ਵੀ ਤੁਹਾਡਾ ਕੁਐਸਚਨ ਆਨਸਰ ਹੋਵੇ ਜਾਂ ਫਿਰ ਤੁਸੀਂ ਇੱਥੇ ਵਿਜ਼ਟਰ ਵਿਜ਼ਿਟ ਤੇ ਆਏ ਹੋ ਜੇ ਜਾਂ ਇੰਟਰਨੈਸ਼ਨਲ ਸਟੂਡੈਂਟ ਹੈਗੇ ਹੋ ਤੁਸੀਂ ਕੋਈ ਵੀ ਪ੍ਰੋਗਰਾਮ ਦੇ ਬਾਰੇ ਡੀਟੇਲ ਦੇ ਵਿੱਚ ਗੱਲਬਾਤ ਕਰਨੀ ਆ ਇੰਡੀਆ ਪਾਕਿਸਤਾਨ ਜਾਂ ਫਿਰ ਕਿਤੋਂ ਵੀ ਤੁਸੀਂ ਦੁਨੀਆ ਤੋਂ ਇੱਥੇ ਮਾਈਗ੍ਰੇਟ ਹੋਣਾ ਚਾਹੁੰਦੇ ਹੈਗੇ ਹੋ ਤੇ 905 912 11 55B ਫੋਰ ਬੈਸਟ ਰਦਰਫੋਰਡ ਐਂਡ ਸਟੀਲ ਵਾਲੀ ਇੰਟਰਸੈਕਸ਼ਨ 350 ਰਦਰਫੋਰਡ ਰੋਡ ਸਾਊਥ ਦੇ ਉੱਤੇ ਲੋਕੇਟਿਡ ਬੀਡਬਲਿਊਸੀ ਇਮੀਗ੍ਰੇਸ਼ਨ ਦੇ ਨਾਲ ਤੁਸੀਂ ਕੰਮ ਕਰਨਾ ਜੀ ਗੱਲਬਾਤ 905 912 1155 ਜੀ ਮਨਪ੍ਰੀਤ ਜੀ ਇਸ ਤੋਂ ਬਿਨਾ ਅਸੀਂ ਪੰਜਾਬ ਦੀ ਥੋੜੀ ਜਿਹੀ ਸਿਆਸਤ ਵੱਲ ਜਾਣਦੇ ਆ ਸਿਆਸਤ ਕਿਸੇ ਹੋਰ ਕਦਰ ਪੜਕੀ ਆਪਸ ਵਿੱਚ ਨਹੀਂ ਆਪਾਂ ਸਭ ਜਾਣਦੇ ਆ ਕਿ ਪਿਛਲੇ ਇੱਕ ਦੋ ਦਿਨ ਹੀ ਭਗਵੰਤ ਮਾਨ ਹੋਣ ਦੀ ਬੇਟੀ ਦੀ ਇੱਕ ਵੀਡੀਓ ਜਿਹੜੀ ਆ ਮੈਨੂੰ ਇੱਕੋ ਬਹੁਤ ਆ ਰਹੀ ਜੇ ਤੁਸੀਂ ਕੰਸੋਲ ਤੋਂ ਥੋੜਾ ਨੂੰ ਸੈੱਟ ਕਰ ਸਕਦੇ ਹੋ ਪਲੀਜ਼ ਕਰਿਓ ਪਗਵੰਤ ਮਾਨ ਹੁਣਾਂ ਦੀ ਗੇਟੀ ਦੀ ਜਿਹੜੀ ਆ ਇੱਕ ਵੀਡੀਓ ਵਾਇਰਲ ਹੋਈ ਹੈ ਜਿਹੜੀ ਅੱਗ ਦੀ ਤਰ੍ਹਾਂ ਫੈਲੀ ਆ ਔਰ ਵੀਡੀਓ ਦੇ ਵਿੱਚ ਉਹਨਾਂ ਨੇ ਕੁਝ ਪਰਿਵਾਰਕ ਜੋ ਵੀ ਇਲਜ਼ਾਮ ਲਗਾਏ ਸੀ ਉਹਨਾਂ ਨੂੰ ਦੁਹਰਾਉਂਦੇ ਨਹੀਂ ਸਾਰਿਆਂ ਨੂੰ ਪਤਾ ਹੈ ਪਰ ਉਸ ਵੀਡੀਓ ਤੋਂ ਬਾਅਦ ਸਿਆਸਤ ਜਾਂ ਕੁਝ ਕੁ ਲੋਕਾਂ ਦਾ ਰੁਖ ਇਸ ਕਦਰ ਬਦਲਿਆ ਵੀ ਮੈਨੂੰ ਐ ਲੱਗਦਾ ਵੀ ਸੋਸ਼ਲ ਮੀਡੀਆ ਤੇ ਸੱਚੀ ਲੋਕ ਇੰਨੇ ਵਿਹਲੇ ਬੈਠਿਆ ਵੀ ਕੰਮ ਦੀ ਗੱਲ ਤੋਂ ਬਿਨਾ ਕਿਹਦੇ ਘਰ ਚ ਅੱਗ ਬਲੀ ਐ ਸੀ ਅਸੀਂ ਬਲੀ ਤੇ ਤੇਲ ਪਾਉਣਾ ਆ ਉਹ ਵਾਲਾ ਕੰਮ ਕਰਨਾ ਆ ਇਹ ਸਾਡੀ ਆਮ ਪਬਲਿਕ ਦੇ ਵਿੱਚੋਂ ਵੀ ਕੁਝ ਕੁ ਲੋਕ ਨਿਕਲੇ ਕੁਝਕ ਨੇ ਕੁੜੀ ਨੂੰ ਗਲਤ ਠਹਿਰਾਇਆ ਕੁਝਕ ਨੇ ਭਗਵੰਤ ਮਾਨ ਹੋਣਾ ਨੂੰ ਤੇ ਸਿਆਸਤ ਜਿਹੜੀ ਉਹ ਪ੍ਰੈਸ ਕਾਨਫਰੰਸ ਆਪੇ ਉਤਰਾਈ ਔਰ ਉਹਨੂੰ ਕੁੜੀ ਨੂੰ ਦਿਲਾਸੇ ਦੇਣ ਦੀਆਂ ਗੱਲਾਂ ਹੋਣ ਲੱਗੀਆਂ ਵੀ ਅਸੀਂ ਬੇਟੀ ਦੇ ਨਾਲ ਆ ਪਰਿਵਾਰ ਦੇ ਨਾਲ ਆ ਭਗਵੰਤ ਮਾਨ ਹੋਣਾ ਦੇ ਔਗਣਾ ਨੂੰ ਗਨਾਇਆ ਜਾਣ ਲੱਗਿਆ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਜਿਹੜੀ ਸਾਹਮਣੇ ਜਿਹੜੀ ਸੱਚੀ ਤੇ ਮੈਨੂੰ ਬੜੀ ਚੰਗੀ ਲੱਗਦੀ ਆ ਉਹ ਸ਼ਾਇਦ ਕਿਸੇ ਭਗਵੰਤਮਾਨ ਹੋਣਾ ਦੇ ਪਿੰਡੂ ਕਿਸੇ ਨਾਤੀ ਦੀ ਆ ਉਹ ਆਣ ਕੇ ਕੁੜੀ ਨੂੰ ਵੀਡੀਓ ਚ ਰਿਕਵੈਸਟ ਕਰਦੇ ਨੇ ਵੀ ਧੀਏ ਇਹ ਲੋਕ ਸੱਚੀ ਚ ਬਲਦੀ ਤੇ ਤੇਲ ਪਾਉਂਦੇ ਆ ਤੇ ਅਗਲੇ ਦੇ ਘਰ ਦਾ ਤਮਾਸ਼ਾ ਵੇਖਦੇ ਆ ਤੂੰ ਉਮੀਦ ਕਿੰਨਾ ਤੋਂ ਰੱਖ ਰਹੀ ਆ ਜਿਨ੍ਹਾਂ ਨੇ ਸਿੱਧੂ ਮੂਸੇ ਵਾਲੇ ਦੀ ਲਾਈਫ ਦਾ ਤਮਾਸ਼ਾ ਦੇਖਣਾ ਚਾਹਿਆ ਜਿਨ੍ਹਾਂ ਨੇ ਦੀਪ ਸਿੱਧੂ ਨੂੰ ਗਦਾਰ ਠਹਿਰਾਇਆ ਜਿਹੜੇ ਕਦੇ ਵੀ ਏ ਲੋਕਾਂ ਦੇ ਘਰ ਨਹੀਂ ਬਚਾ ਸਕੇ ਤੇ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਆ ਕਈਆਂ ਦੇ ਨਸ਼ਿਆਂ ਦੇ ਨਾਲ ਜਵਾਈ ਵੀ ਮਰ ਗਏ ਤੇ ਪੁੱਤ ਵੀ ਮਰ ਗਏ ਧੀਆ ਵੀ ਨਸ਼ਿਆਂ ਤੇ ਲੱਗ ਗਈਆਂ ਔਰ ਸੌਹਾ ਖਾਦੀਆਂ ਇਹਨਾਂ ਨੇ ਗੁਰੂਆਂ ਦੀਆਂ ਗੁਰੂ ਘਰਾਂ ਦੀਆਂ ਤੇ ਪੰਜਾਬ ਦੇ ਵਿੱਚ ਫਿਰ ਕੋਈ ਖਾਸ ਬਦਲਾਅ ਸੀ ਪੀੜੀ ਨੂੰ ਲੈ ਕੇ ਨਹੀਂ ਦੇਖਿਆ ਚਾਏ ਉਦਾਂ ਅਸੀਂ ਪੰਜਾਬ ਦੀਆਂ ਸੜਕਾਂ ਪੱਕੀਆਂ ਦੇਖ ਲਈਆਂ ਕੁਝ ਦੇਖ ਲਿਆ ਸੀ ਬੇਰੁਜ਼ਗਾਰ ਪੰਜਾਬ ਦੇ ਵਿੱਚ ਅਜੇ ਵੀ ਲੋਕ ਜਿਹੜੇ ਰੋਲਦੇ ਤੇ ਨਸ਼ਿਆਂ ਦੀ ਭੇਟ ਚੜਦੇ ਦੇਖ ਕੇ ਸੋ ਉਹਨਾਂ ਨੇ ਆ ਕੇ ਇੱਕ ਤਰੀਕੇ ਨਾਲ ਇਮੋਸ਼ਨਲੀ ਉਸ ਬੱਚੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਪਿੰਡ ਦੇ ਆ ਚਾਚੇ ਤਾਏ ਆ ਬੇਟਾ ਰਿਸ਼ਤੇ ਨਾ ਤੇ ਆ ਨੂੰ ਫੋਨ ਕਰ ਜਾ ਕਿਦਾਂ ਕੁਝ ਵੀ ਪਰ ਆਪਣੀ ਲਾਈਫ ਦਾ ਜਿਹੜਾ ਤਮਾਸ਼ਾ ਆ ਉਹ ਲੋਕਾਂ ਦੇ ਸਾਹਮਣੇ ਨਾ ਬਣਾ ਬਣਾਓ ਮੈਨੂੰ ਹਰਾਨ ਹੋ ਰਹੀ ਕਿ ਭਗਵੰਤ ਮਾਨ ਦੀ ਧੀ ਨੇ ਇਲਜ਼ਾਮ ਲਾਏ ਭਗਵੰਤ ਮਾਨ ਨੂੰ ਕਿ ਉਸ ਗੱਲ ਦੀ ਫਿਕਰ ਨਹੀਂ ਆ ਵੀ ਅਸੀਂ ਜਾਂ ਤੁਸੀਂ ਲੋਕ ਉੱਠ ਕੇ ਇੱਕ ਪਿਓ ਨੂੰ ਬਿਲਕੁਲ ਹੀ ਨਕਾਰ ਕੇ ਕਹਿ ਰਹੇ ਹੋ ਵੀ ਅਸੀਂ ਤੈਨੂੰ ਮੋਢੇ ਤੇ ਥਾਪੀ ਦਿੰਨੇ ਅਸੀਂ ਤੇਰੇ ਨਾਲ ਖੜੇ ਹਾਂ ਤੂੰ ਹੋਰ ਜਲੂਸ ਖੰਡ ਮਲਬਾਰੇ-ਬਾਰੇ ਜਾਈਏ ਇਹੋ ਜੇ ਲੋਕਾਂ ਤੋਂ ਜੀ ਬਿਲਕੁਲ ਔਰ ਗਲਬਤ ਕਰਦੇ ਆ ਜੀ ਆਪਾਂ ਜ਼ੂਮ ਰੈਂਟੇ ਕਾਰ ਦੀ 416 318 4416 318 4000 ਦੇ ਉੱਤੇ ਤੁਸੀਂ ਜ਼ੂਮ ਰੈਂਟੇ ਕਾਰ ਦੇ ਨਾਲ ਗੱਲਬਾਤ ਕਰ ਲੈਣੀ ਹੈਗੀ ਆ ਜਿੱਥੋਂ ਤੁਸੀਂ ਲੈ ਕੇ ਜਾ ਸਕਦੇ ਹੋ ਜੀ ਰੈਂਟਲ ਕਾਰਾਂ ਬਹੁਤ ਹੀ ਵਾਜਿਬ ਪ੍ਰਾਈਸ ਦੇ ਉੱਤੇ ਵੀਕਲੀ ਪ੍ਰਾਈਸ ਦੇ ਨਾਲ ਇਹਨੇ ਲਗਾਏ ਹੋਏ ਨੇ ਜੀ ਤੁਸੀਂ 200 ਡਾਲਰ ਪਰ ਵੀਕ ਦੇ ਉੱਤੇ ਕਾਰ 250 ਡਾਲਰ ਜਿਹੜਾ ਹੈਗੀ ਜੀ ਐਸਯੂਵੀ ਸਸਟ 350 350 ਦੇ ਉੱਤੇ ਤੁਸੀਂ ਲੈ ਕੇ ਜਾ ਸਕਦੇ ਹੋ ਪਿਕਅਪ ਟਰੱਕ ਜਾਂ ਫਿਰ ਡਿਲੀਵਰੀ ਵੈਨ ਸੋ ਇੰਨੀਆਂ ਵਧੀਆ ਲੋਕੇਸ਼ਨ ਔਰ ਇੰਨੀਆਂ ਵਧੀਆ ਜਿਹੜੀਆਂ ਜੀ ਡੀਲਸ ਜਿਹੜੀਆਂ ਤੁਹਾਡੇ ਲਈ ਲੱਗੀਆਂ ਹੋਈਆਂ ਤੁਸੀਂ ਗੱਲ ਕਰਨੀ ਹੈਗੀ ਆ ਜ਼ੂਮ ਰੈਂਟੇ ਕਾਰ ਦੇ ਨਾਲ 416 318 4000 ਦੇ ਉੱਤੇ ਤੁਸੀਂ ਉਹਨਾਂ ਨਾਲ ਗੱਲਬਾਤ ਕਰਨੀ ਹੈ ਜੀ ਔਰ ਤੜਕਾ ਕਿੰਗ ਦੀ ਗੱਲਬਾਤ ਕਰੀਏ ਤੜਕਾ ਕਿੰਗ ਡਾਊਨਟਾਊਨ ਬ੍ਰੈਮਟਨ ਦਾ ਬਹੁਤ ਹੀ ਆਲੀਸ਼ਾਨ ਰੈਸਟੋਰੈਂਟ ਅਗਰ ਤੁਸੀਂ ਸ਼ਾਮ ਨੂੰ ਜਾਣਾ ਹੈਗਾ ਜੀ ਆਪਣੇ ਡਾਊਨਟਾਊਨ ਬ੍ਰੈਮਟਨ ਦੇ ਵਿੱਚ ਢੀੜੀ ਮਾਰਨ ਦੇ ਲਈ ਤੇ ਫਿਰ ਡਿਨਰ ਤੁਸੀਂ ਕਰਨਾ ਹੈਗਾ ਤੜਕਾ किंग एमर्सरी ਕੋਲチェ ਦੀ ਗੱਲਬਾਤ ਕਰੀਏ ਜਾਂ ਫਿਰ ਵੈਜ ਨਾਨ ਵੈਜ ਦੀ ਫੂਡ ਦੀ ਗੱਲਬਾਤ ਕਰੀਏ ਆਥੈਂਟਿਕ ਫੂਡ ਜਿਹੜਾ ਹੈਗਾ ਤੁਸੀਂ ਇੰਜੋਏ ਕਰਨਾ ਤੜਕਾ ਕਿੰਗ ਔਰ ਇਹਨਾਂ ਦੀ ਦੂਸਰੀ ਲੋਕੇਸ਼ਨ ਜਿਹੜੀ ਹੈ ਜੇ ਆ ਰਹੀ ਆ ਬਹੁਤ ਜਲਦ ਟੀਕੇ ਮੀਟ ਵਾਲਾ ਉਹ ਜਿੱਥੋਂ ਤੁਸੀਂ ਜੀ ਆਥੈਂਟਿਕ ਔਰ ਵਧੀਆ ਕੁਆਲਟੀ ਦਾ ਜਿਹੜਾ ਜੀ ਫਰੈਸ਼ ਮੀਟ ਜਿਹੜਾ ਹੈਗਾ ਉਹ ਲੈਣਾ ਹੈਗਾ ਹਰਨਟਾਰੀਓ ਐਂਡ ਮੇਫੀਲਡ ਦੀ ਇੰਟਰਸੈਕਸ਼ਨ ਦੇ ਉੱਤੇ ਯੂਨਿਟ ਨੰਬਰ 5 ਨੰਬਰ ਦੇ ਉੱਤੇ ਇਹ ਆ ਰਹੇ ਨੇ ਜੀ ਟੀਕੇ ਮੀਟ ਵਾਲਾ 905 970 722 ਤੜਕਾ ਕਿੰਗ 905 970 722 ਦੇ ਉੱਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਜੀ ਕਰ ਸਕਦੇ ਹੋ ਜੀਮਨਪ੍ਰੀ ਜੀ ਜੀ ਇਸ ਦਿਨ ਨਾਲ ਸਾਡੇ ਕੋਲ ਸਮਾਂ ਬਹੁਤ ਘੱਟ ਰਹਿ ਗਿਆ ਪਰ ਮੈਂ ਇੱਕ ਜਾਣਕਾਰੀ ਵਾਲੀ ਜਿਹੜੀ ਖਬਰ ਸਾਂਝੀ ਕਰਦਮਾ ਐਨ ਆਰ ਆਈ ਭੈਣ ਭਰਾ ਜਿਹੜੇ ਪੰਜਾਬ ਨੂੰ ਜਾ ਰਹੇ ਨੇ ਗਏ ਨੇ ਤੁਹਾਡੀ ਜਾਣ ਪਛਾਣ ਚ ਤੁਸੀਂ ਜਾਣ ਹੈ ਪੰਜਾਬ 'ਚ ਇੱਕ ਵਾਰ ਫਿਰ ਤੋਂ ਸਵਾਇਨ ਫਲੂ ਨੇ ਦਸਤਕ ਦਿੱਤਾ ਹੈ ਲੋਕਾਂ ਦੀ ਚਿੰਤਾ ਕਾਫੀ ਵਧੀ ਹੈ ਤੁਸੀਂ ਪੰਜਾਬ ਨੂੰ ਜਾ ਰਹੇ ਹੋ ਤੇ ਆਪਣਾ ਤੇ ਆਪਣੀ ਸਿਹਤ ਦਾ ਖਿਆਲ ਰੱਖਣਾ ਹੈ ਡਾਕਟਰਾਂ ਦੇ ਵੱਲੋਂ ਕਿਹਾ ਗਿਆ ਜੇਕਰ ਤੁਹਾਨੂੰ ਹਲਕੀ ਖੰਘ ਜ਼ੁਕਾਮ ਜਾਂ ਬੁਖਾਰ ਹੈ ਤਾਂ ਸਮਝੋ ਤੁਸੀਂ ਸਵਾਇਨ ਫਲੂ ਦੇ ਮਰੀਜ਼ ਹੋ ਤੇ ਇੱਕ ਇੱਕ ਆਗਰੀ ਦੇ ਵਿੱਚ ਜਿਹੜਾ ਤੁਸੀਂ ਸ਼ਾਮਲ ਹੋ ਚੁੱਕੇ ਹੋ ਸੋ ਕਹਿਣ ਦਾ ਮਤਲਬ ਇਹ ਵੀ ਆਪਣੀ ਸਿਹਤ ਦਾ ਖਿਆਲ ਰੱਖਣਾ ਜੇ ਸਿਮਟਮਸ ਤੁਹਾਨੂੰ ਲੱਗਦੇ ਨੇ ਤੇ ਤੁਰੰਤ ਤੁਸੀਂ ਡਾਕਟਰ ਦੇ ਕੋਲ ਆਪਣੇ ਇਲਾਜ ਦੇ ਲਈ ਜਾਣਾ ਹੈ ਖਿਆਲ ਰੱਖਿਓ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਔਰ ਮਿਲਦੇ ਹਾਂ ਜੀ ਫਿਰ ਕੱਲ ਨੂੰ ਦੁਬਾਰਾ ਸੇਮ ਟਾਈਮ ਤੇ Take. Sí. ਤੇ ਗੱਲਬਾਤ ਦੇ ਨਾਲ ਨਾਲ ਤੇ ਜਿੱਥੇ ਜੀ ਸਮਾਂ ਹੈਗਾ ਜੀ ਉਹ ਵੀ ਆਪਣੀ ਚਾਲ ਚੱਲ ਰਿਹਾ ਔਰ ਸਾਨੂੰ ਉਮੀਦ ਹੈ ਕਿ ਤੁਸੀਂ ਸਾਡੇ ਨਾਲ ਜਿੰਨਾ ਵੀ ਸਮਾਂ ਸਾਂਝ ਪਾਈ ਔਰ ਸਾਡੇ ਕਈ ਲਿਸਨਰ ਜਣ ਹੈਗੇ ਨੇ ਜੀ ਔਰ ਉਹਨਾਂ ਨੇ ਅੱਜ ਸਾਡੇ ਨਾਲ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਬੜੇ ਫਿਗਰ ਐਟ ਫੈਕਟਸ ਦੇ ਨਾਲ ਵਧੀਆ ਲੱਗਦਾ ਹੈਗਾ ਜਦੋਂ ਤੁਸੀਂ ਸਾਡੇ ਨਾਲ ਸਾਂਝ ਪਾਉਨੇ ਹੈਗੇ ਹੋ ਔਰ ਤੁਸੀਂ ਸਾਡੇ ਨਾਲ ਪ੍ਰੋਪਰਸ ਜਿਹੜੀਆਂ ਹੈਗੀਆਂ ਜੀ ਗੱਲਾਂ ਬਾਤਾਂ ਕਰਦੇ ਹੈਗੇ ਹੋ ਤੇ ਇਦਾਂ ਹੀ ਤੁਸੀਂ ਸਾਡੇ ਨਾਲ ਸਾਂਝ ਪਾਇਆ ਕਰੋ 9057990999 ਦੇ ਉੱਤੇ ਤੇ ਆਪਾਂ ਉਮੀਦ ਕਰਦੇ ਆ ਕਿ ਜੀ ਤੁਹਾਡਾ ਅੱਜ ਦਾ ਦਿਨ ਜਿਹੜਾ ਹੈਗਾ ਜੀ ਬਹੁਤ ਹੀ ਵਧੀਆ ਜਾਵੇ ਡਰਾਈਵ ਕਰ ਰਹੇ ਹੈਗੇ ਹੋ ਤਾਂ ਡਰਾਈਵ ਸੇਵ ਕਰਨੀ ਹੈ ਜੀ ਤੇ ਪੀਜ਼ਾ ਡਿਪੋ ਦੀ ਗੱਲ ਬਾਤ ਪੀਜ਼ਾ ਖਾਣਾ ਹੈਗਾ ਤੇ ਤੁਸੀਂ ਪੀਜ਼ਾ ਡਿਪੋ ਦੀ ਕਿਸੇ ਵੀ ਲੋਕੇਸ਼ਨ ਦੇ ਉੱਤੇ ਗੱਲਬਾਤ ਕਰਕੇ ਪੀਜ਼ਾ ਖਾ ਸਕਦੇ ਹੋ ਆਰ ਟੈਲੀਟਾਈਮ ਇਲੈਕਟ੍ਰੋਨਿਕਸ 9052735550 ਦੇ ਉੱਤੇ ਤੁਸੀਂ ਗੱਲਬਾਤ ਕਰਕੇ ਟੈਲੀਟਾਈਮ ਇਲੈਕਟ੍ਰੋਨਿਕਸ ਤੋਂ ਵਧੀਆ ਡੀਲਸ ਜਿਹੜੀਆਂ ਜੀ ਉਹ ਲੈ ਸਕਦੇ ਹੋ ਪੰਜਾਬ ਸਪੋਰਟਸ ਵੇਅਰ ਪੰਜਾਬ ਸਪੋਰਟਸ ਨੂੰ ਤੁਸੀਂ ਵਿਜ਼ਿਟ ਕਰ ਸਕਦੇ ਹੋ ਅਗਰ ਤੁਸੀਂ ਕੋਈ ਵੀ ਐਸੈਸਰੀ ਯੂਨੀਫਾਰਮ ਟਰੈਕਸੂਟ ਟਰੋਫੀਜ਼ ਲੈਣੀਆਂ ਸਪੋਰਟ 905791 634 ਦੇ ਉੱਤੇ ਗੱਲਬਾਤ ਜਿਹੜੀ ਹੈ ਜੀ ਕੀਤੀ ਜਾ ਸਕਦੀ ਆ ਤੇ ਸਮਾਂ ਹੋ ਗਿਆ ਜੀ ਆਪ ਸਾਡਾ ਔਰ ਸਾਡੇ ਤੋਂ ਬਾਅਦ ਫਿਰ ਇੱਕ ਤੋਂ ਇੱਕ ਬਾਅਦ